ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। Liquor consumption is injurious to health. ਬੜੀ ਲੱਗਦੀ ਫਿਕਰ ਤੇਰੀ ਤਣੀ ਪਈ ਨੀ ਕੋਈ ਦਿਲ ਜੀਤ ਨਾ ਗਾਣਾ ਕਰ ਲੈਣੀ ਮਾਡਲ ਬਣੀ ਪਈ ਨੀ ਲੱਗਦਾ ਮਿਕਸ ਕਰੀਏ ਰੱਬ ਨੇ ਹਾਏ ਐਸ਼ ਕਰੀ ਨਾਨੀ ਨੀ ਲੱਗ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ ਬਣੀਆਂ ਟੌਮ ਮੇਰੀਆਂ ਜੀਨਾਂ ਨੀ ਬਣੀਆਂ ਟੌਮੀ ਦੀਆਂ ਜੀਨਾਂ ਨੀ ਬਈ ਮੈਨੂੰ ਪਤਾ ਮੇਰੇ ਘਰਦਿਆਂ ਨੇ ਮੰਨਣਾ ਨੀ ਪਜਾ ਲਾਂ ਪਜਾ ਲੇਗਾ
ਸੌਰੀ। ਉਹ ਸੌਰੀ ਤਾਂ ਠੀਕ ਹੈ ਪਰ ਨਹੀਂ ਨਹੀਂ ਮੈਡਮ ਜੀ, ਸੌਰੀ ਨਹੀਂ ਸੌਰੀ, ਤੇ ਤੁਸੀਂ ਸਵੇਰ ਤੋਂ ਪਹਿਲਾਂ ਫੋਨ ਨਹੀਂ ਕਰਨਾ, ਮੇਰੇ ਸੌਰੀ। ਓਕੇ, ਬੀ ਆ ਗੁੱਡ ਟੀਚਰ। ਸੋਨਮ ਕੌਣ ਆ ਭਾਈ? ਮਾਤਾ ਮੈਂ ਆ, ਮੈਂ ਕੁੜੀ ਕੱਢ ਲਿਆ ਆ। ਘੰਟਾਸਿਆਂ ਵਾਲੇ ਤੇ ਨਹੀਂ? ਮਗਰ ਨਹੀਂ, ਹਲੇ ਇਹਦੇ ਘਰੇ ਨਹੀਂ ਪਤਾ ਲੱਗਾ, ਹੋਸਟਲ ਚੋਂ ਚੱਕੀ ਆ। ਮਾਂ ਸਦਕੇ, ਆ ਤੇ ਬਾਹਲਾ ਸੋਹਣਾ ਕੰਮ ਕੀਤਾ, ਮਹਾਰਾਜ ਚੜ੍ਹਦੀ ਕਲਾ ਕਰੇ ਰੰਗ ਭਾਗ ਲਾਵੇ। ਤੂੰ ਖਲੋ ਇੱਕ ਮਿੰਟ, ਹੈ ਮੈਂ ਹੁਣੇ ਆਈ। ਮੈਂ ਕਿਹਾ ਜੀ ਉੱਠ, ਆਪਣਾ ਚੜ੍ਹਦਾ ਕੁੜੀ ਕੱਢ ਲਿਆ। ਤੇਰੇ ਤੇ ਗੋਡੇ ਬੜੇ ਸੋਹਣੇ ਆ। ਪਾਣੀ ਵਾਰ ਬੰਦੇ ਦੀਏ ਮਾਏ, ਬੰਨਾ ਬੰਦੀ ਵਾਰ ਖੜ, ਸੁੱਖਾ ਸੁੱਖ ਦੀ ਨੂਆ। ਚਾਹ ਫੜ, ਚਾਹ ਫੜ, ਇੱਧਰ ਆ। ਕੀ ਲੱਛਣ ਜੇ ਕਰੀ, ਆ ਮੁੰਡੇ ਨੂੰ ਕੋਈ ਦੌਰਾ ਦੂਰਾ ਤੇ ਨਹੀਂ ਪੈ ਗਿਆ? ਉਹ ਪਾਣੀ ਮਾਰਨ ਦੇ ਸੁਪਨੇ ਵੇਖਦਾ ਛੜਾ, ਮਾਰ ਪਥਾਰ ਤੇ ਵੱਟ ਕੇ। ਆ ਕੀ ਹੈ ਮਾਤਾ? ਉਹਨੇ ਕਿਹਾ ਸੀ ਮੇਰਾ ਸਮਾਨ ਕਿੱਥੇ? ਸਮਾਨ ਲਾਤਾ ਮੈਂ ਚੁੱਲ੍ਹੇ ਚ, ਦੂਜਾ ਜਾਪਾ ਕੱਟਣ ਆਇਆ ਸੀ ਨਾ ਸਮਾਨ। ਓਏ ਓਏ, ਹੁਣ ਤਾਂ ਉਹਦੇ ਸੁਪਨੇ ਵੇਖਣੇ ਛੱਡਦੇ ਛੜਿਆ। ਛੜਾ ਕਿਉਂ ਕਹਿੰਦਾ ਯਾਰ ਸਾਹਿਬ? ਹੋਰ ਡਾਕਟਰ ਕਹਾਂ ਤੈਨੂੰ, ਸਾਰਾ ਪਿੰਡ ਕਹਿੰਦਾ, ਇਹ ਵਿਚਾਰਾ ਇਕੱਲਾ ਥੋੜਾ ਕਹਿੰਦਾ। ਆ ਲੈ ਫੜ। ਤੇ ਮੇਰੇ ਚ ਕੀ ਕਮੀ ਆ? ਆਪ 10 ਕਿੱਲੇ ਵੱਧ ਬਣਾ ਲੈਣੇ ਸੀ। ਮੈਨੂੰ ਨੀ ਗਿਆਰਾਂ ਕਿੱਲੇ ਨੇ ਮਿਲੀ ਇੰਨੀ ਸੋਹਣੀ ਬਹੂ। ਆ ਬਸ, ਤੁਹਾਡਿਆਂ ਨਵੀਂ ਵਿਆਹੀ ਜੋੜੀ ਵਾਲੇ ਲੱਛਣ ਦੇਖ ਕੇ ਲੋਕਾਂ ਨੂੰ ਲੱਗਦਾ ਕਿ ਚੜ੍ਹਦਾ ਤਾਂ ਹਲੇ ਨਿਆਣਾ ਹੀ ਆ। ਹਾ, ਤੇਰੇ ਤਾਂ ਪੋਤੜੇ ਸੁੱਕਦੇ ਕਿਤੇ। ਓਏ, 45 ਕੁੱਕੜ ਸੀ ਮੇਰੇ ਕੋਲ, 8 ਰਹਿ ਗਏ, 37 ਖਵਾਤੇ ਤੇਰੇ ਵੇਖਣ ਵਾਲਿਆਂ ਨੂੰ। ਹੁਣ ਮੈਂ ਆਪਣਾ ਮੀਟ ਭਾਵੇਂ ਰਨ ਕੇ ਖਵਾ ਦਿਆਂ, ਮੈਂ ਤੈਨੂੰ ਦੱਸਾਂ। ਨਾਲੇ ਗੱਲ ਸੁਣ, ਆ ਰਿਸ਼ਤਾ ਆਇਆ ਈ। ਆ ਗਲਾਸ ਫੜੀ ਦਿੱਤੇ, ਪਰ ਮਾਰਨਾ ਚਾਹੀ। ਹੋਰ ਹੀ ਗੱਲਾਂ ਕਰੀ ਜਾਂਦਾ, ਦਿਖਾਉਣ ਵਾਲੀ ਚੀਜ਼ ਨਹੀਂ ਦਿਖਾਉਂਦਾ। ਬਨੇਰੇ ਬੈਠੇ ਕਬੂਤਰ ਨਾਲੋਂ ਨਾ ਹੱਥ ਤੇ ਬੈਠੀ ਚਿੜੀ ਠੀਕ ਹੁੰਦੀ ਹੈ। ਸੋਹਣੀ ਤਾਂ ਹੈ ਨੀ। ਹੋਰ ਹੁਣ ਤੂੰ ਜੀਨ ਤਾਂ ਮਾਨ ਨਾਲ ਕਰਵਾਏਗਾ। ਤੈਨੂੰ ਵੀ ਤਾਂ ਇੰਨੀ ਸੋਹਣੀ ਬਹੂ ਮਿਲੀ ਸੀ, ਮੈਨੂੰ ਵੀ ਮਿਲ ਜੂ ਇੱਕ ਦਿਨ। ਉਹ ਤੇ ਸੁਖਨਾ ਫਤਿਹ ਆਪ ਬਹੁਤ ਸੋਹਣਾ ਸੀ ਨਾ, ਤਾਂ ਮਿਲੀ ਹੈ। ਹਾਂ, ਲੋਕਾਂ ਨੇ ਤਾਂ ਮਚਾਉਣਾ ਹੀ ਮਚਾਉਣਾ, ਮੈਨੂੰ ਮੇਰੇ ਮਾਂ ਪਿਓ ਨੀ ਮਚਾਉਣੋ ਹਟਦੇ। ਆ ਮੈਂ ਨੀ ਪੀਣੀ ਚਾਹ। ਕਿਉਂ? ਉਹ 12 ਕੋ ਆ ਰਹੇ ਰਿਸ਼ਤੇ ਵਾਲੇ, ਲੀੜੇ ਲੁੜੇ ਚੱਕਦੇ ਪਾ ਲੀ। ਇਹ ਹੈ ਕਾਕਾ, 11 ਕਿੱਲੇ ਜ਼ਮੀਨ ਹੈ ਤੇ ਆਪ ਦਾ ਕੰਮ ਹੈ ਫੋਟੋਆਂ ਦਾ, 18,000 ਰੁਪਇਆ ਤਨਖਾਹ ਲੈਂਦਾ। ਵੇਖੋ ਜੀ, ਵਧੀਆ ਵਿਆਹ ਟੱਕਰ ਜਾਣ ਤਾਂ 20-21,000 ਬਣ ਜਾਂਦੇ, ਨਾਲੇ ਸ਼ਗਨ ਦਿੰਦੇ ਆ ਜੀ ਲੋਕੀ ਖੁਸ਼ ਹੋ ਕੇ। ਬਾਕੀ ਵਿਆਹ ਤੋਂ ਪਹਿਲਾਂ ਜੋੜੇ ਦੀਆਂ ਜਿਹੜੀਆਂ ਫੋਟੋ ਖਿੱਚਦੇ ਨੇ, ਅੱਜ ਕੱਲ੍ਹ ਜਿਹੜਾ ਰਿਵਾਜ ਜਿਹਾ ਚੱਲਿਆ ਹੋਇਆ, ਉਹ ਤਾਂ ਪਤੰਦਰ ਬਾਹਲੇ ਡਿਜ਼ਾਈਨ ਦੀਆਂ ਬਣਾ ਬਣਾ ਕੇ ਖਿੱਚਦਾ। ਦੱਸ ਪੁੱਤੋ ਜੀ, ਮੈਂ ਇੱਕ ਵਿਆਹ 'ਚ ਕੁੜੀ ਆਰਕੈਸਟਰਾ ਲਈ ਬਣਾਈ ਸੀ ਤੇ ਮੁੰਡਾ ਸ਼ਰਾਬੀ, ਤੇ ਉਦੋਂ ਪਿਛਲੇ ਵਿਆਹ 'ਚ ਕੁੜੀ ਨੂੰ ਚਿੜੀ ਬਣਾਇਆ ਸੀ ਤੇ ਮੁੰਡੇ ਨੂੰ ਕਾਂ। ਉਹਨਾਂ ਦੀ ਇੱਕ ਲਵ ਸਟੋਰੀ ਜੀ ਦਿਖਾਈ ਸੀ ਜੀ ਮੈਂ। ਆਓ ਬਾਈ, ਸਾਹਿਬ ਘਰ ਆਈਏ। ਉਹ ਬਸ ਘਰ ਆ ਜਾ ਹੁਣ। ਕਿਵੇਂ ਲੱਗਦਾ ਬਾਈ? ਉਹ ਕੁੱਕੜ ਤਾਂ ਕਰਾਰਾ ਸੀ, ਉਹ ਮੁੰਡਾ ਤਾਂ ਸੋਹਣਾ ਬਾਈ, ਤੇ ਘਰ ਬਾਰ ਵੀ ਠੀਕ ਹੈ। ਇਹੋ ਜਿਹਾ ਰਿਸ਼ਤੇਦਾਰੀ ਚੋਂ ਵੀ ਭੱਜ ਕੇ ਸਾਕ ਹੋ ਜਾਂਦਾ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਤਾਂ ਵਿਚਲੀ ਗੱਲ ਹੋਰ ਹੋਣੀ ਆ ਕੋਈ। ਹਾਂ, ਮੈਨੂੰ ਵੀ ਇਹੀ ਲੱਗਦਾ, ਪਰ ਹੈ ਤਾਂ ਕੋਈ ਰੌਲੇ ਵਾਲੀ ਗੱਲ। ਇਹ ਮੇਰੇ ਸਾਲਿਆਂ ਦੇ ਪਿਕਨਿਕ ਮਨਾਉਣ ਆਉਂਦੇ ਆ, ਖਾ ਕੇ ਮੁਰਗਾ, ਪੀ ਕੇ ਲੱਤ ਜਿਹੜੀ ਬੋਤਲ ਤੁਰਦੇ ਲੱਗੇ। ਉਹ ਕੀ ਪਤਾ ਅਗਲੇ ਰਾਏ ਕਰਕੇ ਦੱਸਣ ਯਾਰ, ਸਾਹਿਬ ਤੂੰ ਨੈਗੇਟਿਵ ਨਾ ਸੋਚਿਆ ਕਰ, ਹਰ ਗੱਲ ਯਾਰ ਨੈਗੇਟਿਵ ਆ ਬੰਦਾ। 500 ਧਰਦੇ ਅਗਲੇ ਜਿਨ੍ਹਾਂ ਨੇ ਕਰਨਾ ਹੁੰਦਾ, ਤੇ ਤੂੰ ਲਿਆ ਕੇ ਪਲੇਟ ਤੇ ਬਹਿ ਗਿਆ, ਪੈਰੀ ਹੱਥ ਨਹੀਂ ਲਾਉਣਾ ਸੀ? ਉੱਤੋਂ ਕੁੜੀਆਂ ਵਾਂਗੂ ਸੰਗੀ ਜਾਂਦਾ ਕਬੂਤਰ ਜਿਹਾ, ਤੇ ਤੂੰ ਕੀ ਦੱਸਣ ਬਹਿ ਗਿਆ ਸੀ? ਹੈ, ਸ਼ਗਨ ਨੂੰ ਮੈਂ ਨੱਚ ਨੱਚ ਮੰਗਦਾ।
ਅੱਜ ਇੱਕ ਹੋਰ ਪੁੱਤਾਂ ਵਰਗਾ ਕੁੱਕੜ ਖਵਾਤਾ ਇਹਨਾਂ ਨਿੱਜੜਿਆਂ ਨੂੰ। ਜਿਹੜਾ ਅੱਜ ਵਾਲਾ ਸੀ ਉਹ ਤਾਂ ਬਾਹਲਾ ਹੀ ਚੰਗਾ ਸੀ, ਮਿੱਠਾ ਵੀ ਬਾਹਰ ਜਾ ਕੇ ਕਰਦਾ ਸੀ। ਉਹ ਹੋਰ ਫਿਰ ਚੜ੍ਹਤਿਆ ਹੋ ਗਿਆ ਰਿਸ਼ਤਾ? ਮੈਂ ਕਿਹਾ ਭਰਾ ਨੂੰ ਵਧਾਈਆਂ ਹੀ ਦੇ ਆਈਏ। ਲੈ ਪੁੱਤ ਬਹਿ ਬਾਪੂ ਕੋਲੇ। ਆ ਜਾ ਮੇਰਾ ਪੁੱਤ। ਕਿਵੇਂ ਆ ਨੁਕਸਾਨ? ਕਿਵੇਂ ਠੰਡੇ ਜੇ ਹੋਏ ਬੈਠੇ ਹੋ? ਹੋਇਆ ਨੀ? ਤੁਸੀਂ ਭਰਾਵਾ ਧੱਕਾ ਵੀ ਬਹੁਤ ਕਰਦੇ ਆ। ਚਾਚਾ ਤੂੰ 45 ਚੂਚੇ ਰੱਖੇ ਈ, 45 ਦੇ 45 ਕੁੱਕੜ ਨਿਕਲੇ। ਤੁਸੀਂ ਆਪ ਸਿਆਣੇ, 45 ਕੁੱਕੜਾਂ ਨੂੰ ਇੱਕ ਕੁੱਕੜੀ ਨੀ ਜੁੜੀ, ਤੈਨੂੰ ਡੋਲੇ ਕਿੱਥੇ? ਪੁੱਤ ਸਤਿ ਸ਼੍ਰੀ ਅਕਾਲ ਬੁਲਾ ਤਾਏ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਾਈ, ਕੀ ਹਾਲ ਹੈ? ਰਹਿਣ ਦੇ ਵੀ ਤੂੰ ਹਾਲ ਚਾਲ ਪੁੱਛਣ ਨੂੰ, ਐਵੇਂ ਪਿੰਡ ਚ ਗੱਲ ਉੱਡ ਜੂ। ਕਿ ਚਿੜਾ ਤਾਂ ਬੈਠਾ ਚੀ ਚੀ ਕਰਦਾ, ਚਿੜੀ ਬੈਠੀ ਚੁੱਪ ਕੀਤੀ, ਮਰ ਜੋ ਵੇ ਛੜਿਓ, ਕਿਉਂ ਦੁਨੀਆ ਠਿੱਟ ਕੀਤੀ? ਨਾ ਭਾਈ, ਮੈਂ ਨੀ ਤੇਰੇ ਨਾਲ ਬੋਲਦੀ। ਉਹ ਤੂੰ ਉਮਰ ਦੇਖ ਲਾ ਆਪਣੀ ਤਾਈ। ਲੈ ਛੜੇ ਬੰਦੇ ਦਾ ਕੀ ਵਸਾ ਹੈ, ਭੁੱਖਾ ਕਿਹੜੀ ਬੇਹੀ ਮਿਸੀ ਦੇਖਦਾ। ਚੱਲ ਕਿਹੜਾ ਕਿਸੇ ਨੂੰ ਪਤਾ ਲੱਗਣਾ, ਗੱਲ ਆਪਣੇ ਦੋਹਾਂ ਜੀ ਹਜੇ ਮਰ ਜਾ ਤਾਈ। ਇੱਥੇ ਨਾ ਬਾਈ ਜੀ ਦੀ ਫੋਟੋ ਆਊਗੀ ਬਹੁਤ ਸੋਹਣੀ, ਤੇ ਇਧਰਲੇ ਪਾਸੇ ਤੁਹਾਡੀ ਫੋਟੋ ਆਊਗੀ। ਨਹੀਂ ਨਹੀਂ, ਬੁੱਕ ਥੋੜਾ ਜਿਹਾ ਚੌੜਾ ਕਰੋ, ਬਾਈ ਜੀ ਨੇ ਆਉਣਾ ਨੀ। ਹਾਂ ਥੋੜਾ ਹੋਰ। ਹਾਂਜੀ ਰੈਡੀ? ਸੂਟ ਦਾ ਕਲਰ ਬਹੁਤ ਸੋਹਣਾ, ਫੋਟੋਆਂ ਬਹੁਤ ਉੱਠ ਕੇ ਆਉਣੀਆਂ। ਲਿਆਓ ਵੀਰ ਜੀ, ਲਾੜੇ ਨੂੰ ਬੁਲਾਓ। ਲਾੜਾ ਇਹੀ ਹੈ ਉਸਤਾਦ। ਇਹ ਲਾੜਾ? ਹਾਂ। ਮੈਨੂੰ ਕਿਸ ਦਿਨ ਫੋਟੋਆਂ ਖਿੱਚਦੇ ਖਿੱਚਦੇ ਨੂੰ ਹਾਰਟ ਅਟੈਕ ਹੋ ਜਾਣਾ। ਘੋੜਿਆਂ ਨੂੰ ਨੀ ਮਿਲਦੀ ਗਰਾਸ, ਤੇ ਅੱਗ ਦੇ ਖਾਂਦੇ ਆ ਚਵਨ ਪ੍ਰਾਸ਼। ਬਾਈ ਜੀ ਵੀਰੇ, ਵਿਚੋਲਾ ਕੌਣ ਆਪਣਾ ਨੰਬਰ ਦੇਈ? ਮਾਮੀ ਨੇ ਰਿਸ਼ਤਾ ਕਰਾਇਆ, ਮਾਮੀ ਦੀ ਭੈਣ ਦੀ ਕੁੜੀ ਆ। ਗਊ ਹੱਥੇ ਕਰਤੀ ਮਾਮੀ ਨੇ। ਹੈਂ? ਚਲੋ ਆਪਣਾ ਨਾ 1947 ਦੀ ਪਟਵਾਰੀ ਦੀ ਥੀਮ। ਹਾਂ, ਉਹ ਗਦਰ ਫਿਲਮ ਵਾਲਾ। ਹਾਂ, ਉਹ ਸਾਰਾ ਹਿਸਾਬ ਤਾਂ ਉਹੀ ਹੈ। ਲਾਲਟਨ ਫੜਾ ਜਾਓ ਉਧਰ। ਉਹ ਸੱਭਿਆਚਾਰ ਆ ਜਾਓ। ਬਾਈ ਸਾਡੀ ਪੇਮੈਂਟ ਕਰ ਦੋ, ਅਸੀਂ ਦੂਜੇ ਵਿਆਹ ਦੇ ਸ਼ੂਟ ਤੇ ਵੀ ਜਾਣਾ। ਭੈਣ ਦਾ ਭਰਾ, ਸਾਰੀ ਦੁਨੀਆ ਦੇ ਵਿਆਹ ਹੋਈ ਜਾਂਦੇ ਆ। ਦੇ ਇਹਨਾਂ ਨੂੰ 400-400। ਤੇ ਉਹ ਕੁੜੀਆਂ ਨੂੰ 600-600 ਦੇ ਦੀ। ਕੀ ਨਾਂ ਜੀ ਆਪਣਾ? ਕਿਹਨਾਂ ਦੀ ਕੁੜੀ ਆ? ਕੁੜੀ ਜਿਹਨਾਂ ਦੀ ਮਰਜ਼ੀ ਹੋਵੇ, ਉਹ ਘਰ ਵਾਲੀ ਮੇਰੀ ਹੈ। ਆ ਲੈ ਵੀਰੇ। ਉਸਤਾਦ ਇਹ 12 ਨੇ, ਪਹਿਲਾਂ ਹੀ ਜੋਟਿਆਂ 'ਚ ਆਉਂਦੇ ਆ, ਇਹਨਾਂ 'ਚੋਂ ਨਾ ਭਾਲ ਡੁੱਲੇ। ਸ਼ੁਰੂ ਸ਼ੁਰੂ 'ਚ ਬਹੁਤ ਰਿਸ਼ਤੇ ਆਉਂਦੇ ਸੀ ਮੈਨੂੰ ਜਲੰਧਰ, ਮੈਂ ਹੀ ਉਹ ਕਾਲ ਜਾਲੀ ਦੇ ਚੱਕਰ 'ਚ ਮਨਾ ਕਰੀ ਗਿਆ। ਫਿਰ ਮੈਂ ਇੱਕ ਦਿਨ ਸੋਚਿਆ ਵੀ ਉਹਦਾ ਤਾਂ ਜਵਾਕ ਵੀ ਹੋ ਗਿਆ, ਉਹਨੇ ਉਹਦਾ ਨਾਲ ਚੜ੍ਹਤਾ ਵੀ ਨਹੀਂ ਰੱਖਿਆ। ਉਹ ਟੁੱਟ ਪੜੀ ਨੂੰ ਤਾਂ ਭੋਰਾ ਮੇਰਾ ਮੂੰਹ ਨਹੀਂ ਆਇਆ। ਹੁਣ ਜਦੋਂ ਮੇਰਾ ਮਨ ਬਣਿਆ ਆ ਤਾਂ ਸਾਲੀ ਰਿਸ਼ਤੇ ਵਾਲਿਆਂ ਨੂੰ ਮੌਤ ਪੈ ਗਈ। ਹੁਣ ਤਾਂ ਉਹ ਹਿਸਾਬ ਆ ਬਈ, ਸਾਰੀ ਸਬਜ਼ੀ ਵਿਕਣ ਤੋਂ ਬਾਅਦ ਜਿਹੜਾ ਰੇਹੜੀ ਤੇ ਰਿਜੈਕਟ ਜਿਹਾ ਮਾਲ ਨਹੀਂ ਰਹਿ ਜਾਂਦਾ ਵੀ 20 ਰੁਪਏ ਨੂੰ ਸਾਰੀ ਰੇਹੜੀ। ਇਹੋ ਜਿਹੇ ਰਿਸ਼ਤੇ ਆਉਂਦੇ। ਉਹ ਵੀ ਭੈਣ ਦੇ ਭਰਾ ਕਹਿੰਦੇ ਵੀ ਕਾਕਾ ਤੈਨੂੰ ਕੁੜੀ ਨਹੀਂ ਦੇਣੀ। ਅਸਤਾਜ ਤੂੰ ਕਿਸੇ ਪੰਡਤ ਨੂੰ ਦਿਖਾ। ਉਹ ਜਾ ਕੰਮ ਕਰ, ਪੰਡਤ ਨੂੰ ਦਿਖਾ। ਉਹ ਮੈਂ ਨਹੀਂ ਮੰਨਦਾ ਪੰਡਤਾਂ ਪੁੜਤਾਂ ਨੂੰ। ਅਸਤਾਜ ਕਈ ਵਾਰੀ ਗ੍ਰਹਿ ਢਿੱਲੇ ਹੁੰਦੇ ਆ। ਹਾਂ, ਤੇ ਪੰਡਤ ਚਾਬੀ ਬਾਨੇ ਚੱਕੀ ਫਿਰਦੇ ਆ ਕਸਣ ਨੂੰ। ਪੰਡਤ ਨੂੰ ਦਿਖਾ, ਨਾਲੇ ਹੋਰ ਵੀ ਕੁਛ। ਪੰਡਤ ਜੀ, ਨਾ ਤਾਂ ਮੈਂ ਤੋਂ ਕੁੱਤੀ ਨਾਲ ਵਿਆਹ ਹੋਣਾ ਜੀ, ਨਾ ਹੋਣਾ ਪਿੱਪਲ ਦਾ, ਨਾ ਹੀ ਸਾਡੇ ਕੋਲ ਇੰਨੇ ਖੋਪੇ ਵਾਧੂ ਆ ਕੇ ਬੰਨ ਬੰਨ ਖੰਭਣੀਆਂ ਨਹਿਰ 'ਚ ਤਾਰਦੇ ਰਹੀਏ। ਕੋਈ ਹੋਰ ਉਪਾਅ ਹੈ ਤਾਂ ਦੱਸੋ ਜੀ। ਤੇਰਾ ਵਿਆਹ ਨਹੀਂ ਹੋ ਸਕਦਾ। ਵਜ੍ਹਾ ਜੀ? ਪਿਛਲੇ ਜਨਮ 'ਚ ਤੇਰੇ 365 ਵਿਆਹ ਸੀ। ਰਾਜਾ ਸੀ ਤੂੰ ਤੇ 365 ਰਾਣੀਆਂ ਸੀ, ਤੇ ਉਹਨਾਂ ਤੋਂ ਤੂੰ ਇੰਨਾ ਕੁ ਤੰਗ ਸੀ। 365 ਚਰਿੱਤਰ ਨਾਰ ਦੇ ਤੇ ਸਾਰੀ ਉਮਰ ਬੰਦੇ ਨੂੰ ਮਾਰਦੇ, ਇਹ ਆਪ ਜੀ ਦੇ ਹੀ ਵਚਨ ਨੇ। ਤੂੰ ਆਪ ਹੀ ਕਿਹਾ ਸੀ
के आने वाले सत जन्मा तक मैनू जनानी ना जुड़े। पक्की गल? पक्की। देखो पंडित जी, जलंधर के कहने आता मैं गया, पर मैं वहमां भरमां च विश्वास नहीं रखता। बाकी तुम पढ़े लिखे हो, कुछ कुछ दम है थोड़ी गल च। हो सकता मैं पिछले जन्म च राजा होवां, 300 बैड रखनिया भी हो सकती है, 200 जवाक भी होगा, पर मेरा विआह नहीं होना, यह नहीं हो सकता। और जे मैं राजा सी, मैं दुखी सी, ता मैं चक के जेल च मार रही 365 दियां पैंट, मैं अगले 7 जन्मों दे किट्टे जरूर बनाने सी। मैनू जलंधर बच्चा ने दस्या तेरे 37 रिश्ते मुड़े आ। 38 मैं रात मुड़ गया जी। ओए तू मेरा स्टैंड चकना के नाल अगरबत्तियां चकनियां है? ओ काका तेरा विआह नहीं हो सकता, योग नहीं हैगा तेरा। जे हो जाए फिर भुल जा, आ तू बजा ला जिहड़ियां बजाउणियां हां घंटियां। हां भाई राह ची आ, सी आ गए। ओ तू भुल जा। हां हां बस आ गई यार, तेरा विआह नहीं हो सकता। ओ तू महीने च लै, कोई ना खुश रहो। थोड़ा भी विआह नहीं हो रहा जी, आप रल मिल के कर लेने कोई उपाय। चल उस्ताद क्यों यार छत्र खाने तू महीने च। ਪੱਤਾ ਵੀ ਨੀ ਪੀਣ ਦਿੰਦੀ। ਗਿਟਾਰ ਲੈ, ਗਿਟਾਰ ਨੂੰ ਗਾਹ ਪੈਰਸ ਚ ਫਿਰਦਾ, ਅਲਗੋਜੇ ਵੱਜ ਰਹੇ ਆ। ਪੈ 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 ਆ ਜਾ। ਬਸ ਬਸ ਹੁਣ ਨਹੀਂ ਆਉਂਦੀਆਂ ਕੀੜੀਆਂ, ਪਰਫੈਕਟ ਠੀਕ ਹੈ। ਤੇ ਕਾਂ ਉੱਤੇ ਵਾਲੇ ਜਨੌਰ, ਕਾਂ ਘੁੱਗੀਆਂ ਗਿਟਾਰਾਂ ਕਬੂਤਰ, ਆਹ ਤੁਹਾਡੀ ਜਲੇਬੀ ਬੂੰਦੀ ਤਾਂ ਐ ਮੁੱਕ ਜਾਣੀਆਂ ਜੀ, ਜਿਵੇਂ ਛੜੇ ਬੰਦੇ ਦੀ ਜ਼ਿੰਦਗੀ ਚੋਂ ਕੁੜੀਆਂ ਮੁੱਕਦੀਆਂ ਜੀ। ਉਸਤਾਦ ਆਪ ਦੀ ਮਸ਼ਹੂਰੀ ਕਰਨੀ ਜ਼ਰੂਰੀ ਹੁੰਦੀ ਹੈ। ਤੁਸੀਂ ਸੋਟੀ ਲੈ ਕੇ ਬੈਠੋ, ਜੇ ਕੋਈ ਵੀ ਬਰਡ ਆਵੇ ਤਾਂ ਉਡਾ ਦਿਓ। ਪਰ ਮੈਨੂੰ ਤਾਂ ਮੁੰਡੇ ਦਾ ਤਾਇਆ ਬਣਾਇਆ ਸੀ। ਕੋਈ ਨਾ, ਤਾਇਆ ਮੈਂ ਹੋਰ ਬਣਾ ਦੂ, ਤੁਸੀਂ ਬੈਠੋ ਇੱਥੇ। ਤੇ ਗਗਨ ਇਹਨਾਂ ਦੇ ਕੱਪੜੇ ਚੇਂਜ ਕਰਵਾ, ਇੱਕ ਵੀ ਜਾਣਾ ਮੈਨੂੰ ਪੈਂਟ ਸ਼ਰਟ ਨਹੀਂ ਦੇਖਣਾ ਚਾਹੀਦਾ। ਇਟਸ ਅ ਥੀਮ ਵੈਡਿੰਗ। ਹਾਂਜੀ ਆਪਾਂ ਇਹ ਕੰਮ ਹੋਰ ਕਰ ਸਕਦੇ ਹਾਂ ਜੀ, ਇਹਨਾਂ ਪਾਵਿਆਂ ਦੇ ਥੱਲੇ ਪਾਣੀ ਵਾਲੀਆਂ ਕੌਲੀਆਂ ਰੱਖ ਦਿਓ ਜੀ। ਮੈਨੂੰ ਪਤਾ ਕੀੜੀਆਂ ਰੌਕ ਕਲਾਈਮਿੰਗ ਤਾਂ ਜਾਣਦੀਆਂ ਪਰ ਸਵਿਮਿੰਗ ਨਹੀਂ ਜਾਣਦੀਆਂ। ਉਹ ਤੈਨੂੰ ਤਾਂ ਪਤਾ ਤਾਇਆ, ਪਿੰਡਾਂ 'ਚ ਆਪਾਂ ਇੱਦਾਂ ਹੀ ਕਰਦੇ ਹਾਂ। ਓਏ ਮੈਂ ਫੁੱਫੜ ਹਾਂ, ਤਾਇਆ ਨਹੀਂ। ਉਹ ਤਾਇਆ ਤਾਂ ਮੈਂ ਹਾਂ ਭਾਈ, ਪਰ ਇਹ ਕਿਤੇ ਸਾਡੀ ਸੁਣਦੀ ਹੈ? ਉਹ ਨਾਲੇ ਸਾਨੂੰ ਤਾਂ ਮੇਲੇ ਨੇ ਇਹ ਕਿਹਾ ਸੀ ਵੀ ਇਹਦੀ ਹਾਂ ਛਾਂ ਮਿਲਾਈ ਜਾਇਓ, ਸੋ ਅਸੀਂ ਮਿਲਾਈ ਜਾਣੀ ਹੈ। ਹੁਣ ਜੇ ਵਿਆਹ 'ਚ ਅਰਥੀ ਚੱਕਣ ਨੂੰ ਕਹੋਗੇ ਅਸੀਂ ਉਹ ਵੀ ਚੱਕ ਦੇਣੀ ਹੈ, ਤੁਹਾਨੂੰ ਕੀ ਹੈ? ਪਰ ਠੀਕ ਹੈ, ਕਿਸੇ ਨੇ ਕੁਛ ਨਹੀਂ ਦੱਸਣਾ, ਤੇ ਤੂੰ ਤੂੰ ਮੈਨੂੰ ਕੰਨ 'ਚ ਦੱਸਣਾ ਹੈ ਜੀ, ਮੇਰੇ ਕੰਨ 'ਚ ਦੱਸਣਾ। ਹਾਂਜੀ ਹਾਂਜੀ, ਸੋਹਣਾ ਨੀ? ਹਾਂਜੀ ਠੀਕ ਆ। ਹਾਂਜੀ ਹੁਣ ਕੌਲੀਆਂ ਪਾਵਿਆਂ ਦੇ ਥੱਲੇ ਲਵਾ। ਇਹਨੂੰ ਕੱਖ ਆਉਂਦਾ ਨੀ, ਤੇਰੇ ਮੇਰੇ ਪੱਲੇ ਕੱਖ ਛੱਡਣਾ ਨੀ। ਉਸਤਾਦ ਤੈਨੂੰ ਕੋਈ ਸ਼ਾਂਤਰੇ ਦੀ ਗੋਲੀ ਨਹੀਂ ਫੜਾਉਂਦਾ, ਤੂੰ ਕਹਿ ਰਹੀ ਸ਼ਿਲਕ ਡੈਰੀ ਮਿਲਕ ਭਾਲਦਾ। ਕੈਮਰਾ ਬਾਬੇ ਲੱਡੂ ਚੱਕੋ ਥੱਲੇ ਲੈ ਜਾਓ। ਇਹ ਖਾਣ ਨੂੰ ਬਣਾ ਕੇ ਝੂਠੇ ਦੇਣ ਨੂੰ ਚੱਕੋ ਲੱਡੂ। ਤੇਰੀਆਂ ਨਾਲ ਕੀਆਂ, ਤੇਰੀਆਂ ਨਾਲ
ਹਾਂਜੀ ਹੁਣ ਫੰਦਾ ਪੈਣਾ ਗਲਾ ਪੈਣਾ ਆਯੁਸ਼ ਹਾਂਜੀ ਕੌਣ ਬਣੇਗਾ ਕਰੋੜਪਤੀ ਜੀ ਇਹਨੂੰ ਲੋਕ ਕਰ ਦਿਓ ਇਹਨੂੰ ਗਲਾ ਪੈਣਾ ਕਹਿੰਦੇ ਮੈਂ ਤਾਂ ਮਜ਼ਾਕ ਕਰਦੀ ਸੀ ਇਸ ਰਸਮ ਨੂੰ ਗਲਾ ਪੈਣਾ ਕਹਿੰਦੇ ਆ ਸੀ ਤੁਹਾਨੂੰ ਸਾਰਿਆਂ ਨੂੰ ਕੁਝ ਵੀ ਨੀ ਪਤਾ ਪਿੰਡ ਵਾਲਿਆਂ ਨੂੰ ਵੀ ਨੀ ਪਤਾ ਪੈਸੇ ਤਾਂ ਚੁੱਪ ਰਹਿੰਦੇ ਆ ਇਹ ਤਾਂ ਹੁਣ ਬੇਇੱਜ਼ਤੀ ਤੇ ਹੀ ਆ ਗਈ ਹੁਣ ਕਿੱਧਰ ਗਈਆਂ ਕਈ ਲੋਕ ਵਿਆਹ ਨੂੰ ਫੰਦਾ ਸਮਝਦੇ ਆ ਤਾਂ ਮੈਂ ਕਿਹਾ ਸੀ ਪਰ ਉਹ ਵਿਚਾਰਿਆਂ ਨੂੰ ਕੀ ਪਤਾ ਕਿ ਵਿਆਹ ਇੱਕ ਖੂਬਸੂਰਤ ਅਹਿਸਾਸ ਹੈ ਦੋ ਰੂਹਾਂ ਦਾ ਮੇਲ ਆ ਸਾਰੇ ਰਿਸ਼ਤੇ ਰੱਬ ਆਪ ਫਿਕਸ ਕਰਕੇ ਭੇਜਦਾ ਹੈ ਪਰ ਸਾ ਇੱਕ ਰਿਸ਼ਤਾ ਸਾਡੇ ਤੇ ਛੱਡਦਾ ਆਪਣਾ ਸਾਥੀ ਚੁਣਨ ਦਾ ਸਾਨੂੰ ਹੱਕ ਦਿੱਤਾ ਤੈਨੂੰ ਇੰਨਾ ਕਿਵੇਂ ਪਤਾ ਵਿਆਹ ਦੇ ਕਾਰਾਂ ਵਿਹਾਰਾਂ ਦਾ ਇਹ ਛੜਾ ਹੈ ਜੀ ਇਹਨੂੰ ਤਾਂ ਬਾਲਾ ਹੀ ਚਾਅ ਵਿਆਹ ਕਰਾਉਣ ਦਾ ਤਾਂ ਹੀ ਤਾਂ ਕੱਲੀ ਕੱਲੀ ਚੀਜ਼ ਐਂ ਰੱਟੀ ਫਿਰਦਾ ਹੱਸੋ ਜੀ ਹੱਸੋ ਜਲੰਧਰ ਨੇ ਜੋ ਕਰੈਕ ਕੀਤਾ ਜੀ ਇਹ ਤਾਂ ਬਾਲਾ ਹੀ ਫਨੀ ਹੈ ਵੈਸੇ ਵਿਆਹ ਤਾਂ ਜੀ ਦੋ ਰੂਹਾਂ ਦਾ ਮੇਲ ਹੁੰਦਾ ਜੀ ਹੁਣ ਦੂਜੀ ਰੂਹ ਮਿਲੇ ਤਾਂ ਹੀ ਫਿਰ ਗੱਲ ਬਣਦੀ ਹੈ ਨਾ ਜੀ ਹੁਣ ਕੱਲੀ ਰੂਹ ਆਪਸ ਚ ਮਤਲਬ ਕਿੰਨੇ ਕੁ ਲਪੇਟੇ ਪਾਲਵੇ ਜੀ ਨਾਲੇ ਮੈਂ ਦੇਖਿਆ ਜੀ ਜਿੰਨੀ ਫੀਲ ਦਾ ਤੁਹਾਨੂੰ ਪਤਾ ਨਾ ਇੰਨਾ ਤਾਂ ਕਿਸੇ ਵਿਆਹੀ ਬੰਦੇ ਨੂੰ ਹੀ ਪਤਾ ਹੋ ਸਕਦਾ ਤੁਹਾਡਾ ਵਿਆਹ ਹੋ ਗਿਆ ਜੀ ਇੰਨੀ ਫਰੈਂਕਨੈਸ ਚੰਗੀ ਨਹੀਂ ਨਹੀਂ ਮੇਰਾ ਮਤਲਬ ਫੋਟੋਆਂ ਮੈਂ ਖਿੱਚਾਂਗਾ ਜੀ ਜਿਹੜੀ ਤੇ ਆਇਆ ਪਹਿਲਾਂ ਉਹਦੀਆਂ ਤਾਂ ਖਿੱਚ ਲੈ ਹਾਂਜੀ ਚੱਕੀ ਪੁੱਠੀ ਖੇਡ ਰਹੇ ਆ ਜੀ ਕੰਚਪੁਰ ਚੱਕੀ ਪੁੱਠੀ ਖੇਡ ਰਹੇ ਆ ਜੀ ਗੁੱਡ ਹਾਂਜੀ ਸਿੱਖ ਗਿਆ ਥੈਂਕ ਯੂ ਜੀ ਨੋ ਚੱਕੀ ਪੁੱਠੀ ਖੇਡ ਰਹੇ ਹੋ ਤੁਸੀਂ ਏਦਾਂ ਕਮਾਓ ਏਦਾਂ ਤੇ ਤੁਸੀਂ ਵੀ ਏਦਾਂ ਕਮਾਓ ਰਾਈਟ ਮੈਡਮ ਨੇ ਮੈਨੂੰ ਖਾ ਜਾਣਾ ਨਾਲੇ ਤੈਨੂੰ ਗਿੱਦੜ ਲਈ ਬੁੜੀਆਂ ਤਿਆਰ ਕਰ ਲੈ ਉਹ ਫਿਕਰ ਨਾ ਕਰੋ ਜੀ ਇਲ ਵਰਗੀ ਅੱਖਾਂ ਜੀ ਹਾਂਜੀ ਆਹ ਦੇਖੋ ਫਿਰ ਤਸਵੀਰ ਹਾਏ ਕਿੰਨੀ ਸੋਹਣੀ ਹੈ ਪਰ ਇੰਨਾ ਕੰਮ ਸਾਰਾ ਭਾਰ ਕੱਲੇ ਹੀ ਚੱਕੀ ਫਿਰਦੇ ਹੋ ਕਮਾਲ ਹੀ ਹੈ ਤਨਖਾਹ ਵੀ ਫਿਰ ਵਾਧੂ ਹੋਣੀ ਹੈ ਕਿੱਥੇ 10,000 ਦਿੰਦੀ ਇੱਕ ਵਿਆਹ ਦਾ ਆਪ ਪਤਾ ਕਿੰਨੇ ਪੈਸੇ ਕਮਾਉਂਦੀ ਹੈ ਅੱਛਾ ਲੋੜਾ ਇੰਨੀ ਚਲਾਕੋ ਹੈ ਤਾਂ ਨਹੀਂ ਆ ਵੀ ਇਹਦਾ ਘਰ ਵਾਲਾ ਜਿਹੜਾ ਇੰਨਾ ਕੱਟੀ ਜਾਂਦਾ 31 ਸਾਲਾਂ ਦੀ ਕੁਆਰੀ ਤੂਰੀ ਫਿਰਦੀ ਆ ਇਹੋ ਜੀ ਨੂੰ ਬੰਦੇ ਜੁੜਦੇ ਨੇ ਓ ਤਾਈ ਹੋ ਗਈ ਕਿੱਦੇ ਦੀ ਤਿਆਰੀ ਇਹ ਰੱਬ ਨੇ ਮੇਰੇ ਕਰਮਾਂ ਨੂੰ ਛੱਡੀ ਆ ਜਾਂ ਕੋਈ ਸਫੇਦੀ ਕੋਈ ਰਿਸ਼ਤਾ ਆਪਣੇ ਆਪ ਮਿਲੇ ਤੇ ਵਿਚੋਲੇ ਕੇ ਮੇਰੇ ਹੱਥ ਸੀ ਕਿਉਂ ਨਹੀਂ ਟਕਰਿਆ ਹਾਂ ਨੂੰ ਹਣੀ ਇਹ ਛੜੀ ਤੇ ਮੈਂ ਛੜਾ ਏ ਪਰਮਾਤਮਾ ਠੀਕਰ 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 ਕਦੋਂ ਸੁਣਾਵੇਂਗਾ ਕੁੱਤੀ ਨਾਲ ਦੀ ਨੀਕਰ ਕਦੋਂ ਸੁਣਾਵੇਂਗਾ ਕੁੱਤੀ ਨਾਲ ਦੀ ਨੀਕਰ ਕਦੋਂ ਸੁਣਾਵੇਂਗਾ ਬੋਲੀ ਆ ਕੋਈ ਮਾਹੌਲ ਵੀ ਦੇਖੀਦਾ ਹੁੰਦਾ ਓਏ ਆਇਆ ਤੇਰੇ ਬੰਦੇ ਸਾਰਾ ਐਟਮੋਸਫੇਅਰ ਖਰਾਬ ਕਰਤਾ ਬਾਈ ਮੈਂ ਕਿਹੜਾ ਆਰਕੈਸਟਰਾ ਵਾਲਾ ਹੁਣ ਜਿੰਨੇ ਜੋਗੀ ਹੈਗੀਆਂ ਵਿਚਾਰੀਆਂ ਕਰਤਾ ਰਹੀਆਂ ਗੱਲ ਸੁਣ ਲਓ ਮੈਡਮ ਬੁੜੀਆਂ ਨੱਚ ਤਾਂ ਰਹੀਆਂ ਪਰ ਪੈਸੇ ਤਾਂ ਡਾਂਸਰ ਵਾਲੇ ਲੱਗਣਗੇ ਕਿਉਂ ਤਾਈ
ਹੋਰ ਮਿਲ ਲਿਆ, ਮੇਰਾ ਤਾਂ ਸੰਘ ਸੁੱਕ ਗਿਆ, ਜਾ ਇੱਕ ਬੱਤਾ ਤਾਂ ਲਿਆ ਪੱਟ ਕੇ। ਹਾਂ ਮਿਲ ਲਿਆ, ਸੰਘ ਸੁੱਕ ਗਿਆ, ਦੋ ਬੱਤੇ ਪੱਟੇ। ਕੋਈ ਨੀ ਪੜਦਾ ਪੜਦਾ ਤਾਈ, ਤੁਸੀਂ ਜਾਨੂੰ ਉਹ ਬੋਲੀ ਚੱਕੋ, ਹੁਣ ਬਣੀਆਂ ਇੱਕ ਸਾਰ ਜੋੜੀਆਂ, ਹੁਣ ਬਣੀਆਂ, ਹੁਣ ਬਣੀਆਂ। ਦਾਦਾ ਕਹਿੰਦਾ ਹੁੰਦਾ ਸੀ, ਜਿਹੜੇ ਦਰਵਾਜੇ ਨੂੰ ਖੋਲਣ ਵਾਸਤੇ ਤੁਸੀਂ ਧੱਕੇ ਲੱਤਾਂ ਠੁੱਡੇ ਮਾਰਦੇ ਹੋ ਨਾ, ਹੋ ਸਕਦਾ ਉਹ ਦਰਵਾਜਾ ਖਿੱਚਣ ਤੇ ਖੁੱਲਣਾ ਹੋਵੇ। ਮੇਰੀ ਸਾਲੀ ਲਿਖ ਵੀ ਲਵ ਮੈਰਿਜ ਸੀ ਤੇ ਮੈਂ ਵਿਚੋਲੇ ਕਿੱਡੇ ਮੇਨ ਕਰੇ ਹੋਏ ਸੀ। ਭੈਣ ਦੇ ਭਰਾ ਮੈਨੂੰ ਜਿਵੇਂ ਜਵਾਕ ਨੂੰ ਸੁਸੂ ਕਰਨਾ ਨਹੀਂ ਸਿਖਾਉਂਦੇ, ਐਂ ਗਾਈਡ ਕਰਦੇ ਸੀ। ਅਖੇ ਚੜ੍ਹਦੇ ਉੱਚੀ ਨਾ ਬੋਲੀ ਹੋਏ, ਧੌਲ ਨਾ ਚੱਕੀ, ਜਦੋਂ ਕੁਛ ਪੁੱਛਣਗੇ ਉਦੋਂ ਹੀ ਜਵਾਬ ਦੇਈ, ਆ ਬਰਫੀ ਦੀ ਇੱਕੋ ਟਿੱਕੀ ਚੱਕੀ। ਹੋਰ ਬਾਲਾ ਜਲੂਸ ਕੱਢਿਆ ਤੇਰਾ ਉਸਤਾਦ। ਤੂੰ ਅੱਖਾਂ ਦੇਖਿਆ ਸੀ ਉਹਦੀਆਂ, ਕਿੰਨੀਆਂ ਸੋਹਣੀਆਂ, ਉੱਤੋਂ ਕੁਆਰੀ ਹੈ ਜਿਹੜਾ ਉਹਦੇ ਇੱਥੇ ਗਲ ਤੇ ਕਾਲਾ ਤੇੜਿਆ ਨਾ, ਰੱਬ ਨੇ ਆਪ ਲਾ ਕੇ ਭੇਜਿਆ, ਉੱਤੋਂ ਕੁਆਰੀ ਹੈ। ਜਦੋਂ ਗੱਲਾਂ ਕਰਦੀ ਹੈ ਨਾ ਮਛਲੀਆਂ ਨੂੰ ਬੋਲ, ਐ ਸਲੋ ਮੋਸ਼ਨ ਚ ਹਿਲਦੇ ਹੈ, ਉੱਤੋਂ ਕੁਆਰੀ ਹੈ। ਜਿਵੇਂ ਤੂੰ ਗੱਲ ਗੱਲ ਤੇ ਉਤੋਂ ਕੁਆਰੀ ਕਰੀ ਜਾਂਦਾ ਨਾ, ਮੈਨੂੰ ਪਿਆਰ ਘੱਟ ਮਜਬੂਰੀ ਜ਼ਿਆਦਾ ਲੱਗਦੀ ਹੈ। ਜਾ ਯਾਰ, ਐਵੇਂ ਮੂਡ ਦਾ ਖਰਾਬ ਕਰ, ਮਾਹੌਲ ਬਣਿਆ ਰਹਿਣ ਦੇ। ਤੂੰ ਕ੍ਰਿਸਟੋ ਰੋਨਾਲਡੋ ਨੂੰ ਜਾਣਦਾ? ਆਈ ਐਮ ਕ੍ਰਿਸਟੋ ਰੋਨਾਲਡੋ ਤੇ ਮੈਂ ਕੋਈ ਪੈਨਲਟੀ ਮਿਸ ਨਹੀਂ ਹੋਣ ਦਿੰਦਾ। ਮੈਂ ਨਹੀਂ ਪਲਾਉਂਦਾ, ਹੋਰ ਕੌਣ ਪਲਾਊ? ਨਾ ਜਿਹੜਾ ਮੇਰਾ ਸੁੱਤੇ ਪਈ ਦਾ ਸਿਰ ਪਲਾਉਂਦਾ ਸੀ ਉਹ ਮੈਂ ਲਿਆ, ਮੈਂ ਬੋਲਣ ਸੀ ਗਈ ਕਰ ਬੈ ਮੇਰਾ ਖਸਮ ਨੂੰ ਫੋਨ ਲਾ ਦੇ, ਮੈਂ ਕੱਟਾ ਇਹਦਾ ਕੰਜਾ ਮੈਂ ਤੇ ਚੜ ਗਿਆ। ਬੈ ਜਾ ਬੈ ਜਾ ਬੈ, ਮੈਂ ਤਾਂ ਪਾੜ ਕੇ ਤੋ ਕਰ ਦੂੰ ਇਹਦਾ ਕੰਜਾ ਤੇ ਗੱਲ ਸਮਝ ਕੀ ਤੂੰ ਕਰ। ਚਲੋ ਤੇਰਾ ਕੀ ਕੰਜਾ ਹੈ, ਕਿਥੋਂ ਪੁੱਛੇ ਤੇਰਾ ਤੇਰਾ ਇਹੋ ਜਿਹਾ ਨਾ ਤੜਿਆ ਨਹੀਂ ਤੂੰ, ਦਿਖਾਤਾ ਸੱਭਿਆਚਾਰ? ਓਏ ਕੁਛ ਨਹੀਂ ਹੁੰਦਾ, ਮਾੜਾ ਜਿਹਾ ਬਾਹਰਲਾ ਸੱਭਿਆਚਾਰ ਦਿਖਾਉਣਾ ਜ਼ਰੂਰੀ ਹੁੰਦਾ। ਪੈ ਜਾ ਪੂਰੇ ਨਾ ਖਾਲੀ ਮੈਥੋਂ, ਵੱਡਾ ਲਲਾਰੀ। ਕਿਆ ਗੱਲ ਹੋ ਗਈ ਬਾਈ, ਛੜਾ ਮਲੰਗ ਹੈ, ਛੜਿਆਂ ਦਾ ਪਤਾ ਹੀ ਹੈ ਤੈਨੂੰ, ਹਲਕੇ ਹੋਏ ਫਿਰਦੇ ਹੁੰਦੇ ਵਿਆਹਾਂ ਚ, ਛੜਿਆਂ ਨੂੰ ਲੱਭ ਲੱਭ ਕੇ ਨਾ ਚੂਹੇ ਮਾਰ ਗੋਲੀਆਂ ਸੁੱਟਣੀ ਚਾਹੀਦੀ ਨਾ ਸੰਘ ਚ, ਮੈਂ ਤਾਂ ਕਹਿੰਦਾ ਛੜਾ ਮੁਕਤ ਬਣਾ ਦੇਣਾ। ਤੂੰ ਬਹੁਤਾ ਨਾ ਬੋਲ, ਵੱਡੇ ਉਪਦੇਸ਼ ਦੇਣ ਲੱਗਾ ਆ, ਬਣਾਉਣਾ ਤਾਂ ਛੜਾ ਮੁਕਤ ਪੰਜਾਬ। ਤੂੰ ਮੈਨੂੰ ਐ ਦੱਸ, ਤੁਹਾਡੇ ਚੋਂ ਡਾਇਲੋਗ ਕਿਹੜਾ ਕਿਹੜਾ ਬੋਲ ਲੈਂਦਾ? ਬਾਈ ਬਥੇਰੇ ਆ, ਜਿਹਨੂੰ ਕਹੇਗਾ ਬੁਲਾ ਦਾਂਗੇ, ਪਰ ਰੁਪਈਆ 900 ਲੱਗੂਗਾ। ਚੱਲ ਡੂਰ ਸੋਚ ਗੱਲ ਮੁਕਾ, ਦੋਸਤ ਮੁਕਾ ਦੇ ਹੁਣ, ਡਨ। ਬੰਦਾ ਵਪਾਰੀ ਹੈ ਬਈ ਤੂੰ, ਉਹ ਤਾਂ ਹੈਗਾ ਬਾਈ, ਰਿਹਰਸਲ ਕਰਾ ਦਾਂ ਫਿਰ ਮੈਂ, ਚੱਕ ਦੇ ਫੱਟੇ। ਚੱਲ ਚੱਲ ਕਹਿੰਦੇ ਬੰਜਲੀ ਮੈਡਮ ਨੂੰ ਪਸੰਦ ਕਰਦਾ ਹੈ, ਹੈ ਸ਼ਰੀਫ ਹੈ, ਹੈ ਕਹਿੰਦਾ ਕਿ ਨਾ ਨਾ ਮੈਂ ਕਿੱਥੇ ਬੰਜਲੀ ਮੈਡਮ ਕਿੱਥੇ, ਮੋਖ ਨਾ ਨਾ ਪੁੱਤ ਤੂੰ ਤਾਂ ਏਡਾ ਸੁਨੱਖਾ ਮੁੰਡਾ ਹੈ, ਲੋ ਬੰਜਲੀ ਮੈਡਮ ਨੂੰ ਹੋਰ ਕੀ ਭੁੱਬਲ ਚਾਹੀਦੀ, ਹੋਰ ਕੀ ਭੁੱਬਲ ਚਾਹੀਦੀ ਹੈ। ਇੰਨਾ ਪਿਆਰ ਕਰਦਾ, ਸੱਚਾ ਪਿਆਰ ਹੈ, ਕਹਿੰਦੇ ਪਹਿਲੀ ਨਜ਼ਰ ਦਾ ਹੀ ਹੋ ਗਿਆ। ਕਹਿੰਦੇ ਨੇ ਨਾ ਜਦੋਂ ਇਸ਼ਕ ਦੀ ਆਮਦ ਹੁੰਦੀ ਹੈ। ਨੰਦ ਕੁਰੇ ਆਪਣੇ ਵੇਲੇ ਕਿੱਥੇ ਹੁੰਦਾ ਸੀ, ਕਿੱਥੇ ਸੀ, ਹੋਰ ਨਿਚਲ ਗਈ ਗਈ। ਚੁੱਪ ਕਰ ਜਾ, ਚੁੱਪ ਕਰ ਜਾ, ਹੁਣ ਗੀਤ ਗਾ ਲੈ। ਲੰਮੀਆਂ ਤਾਲੀਆਂ ਵੇ ਕੋਈ ਵਿੱਚ ਗੁਜ਼ਰੀ, ਪਿਆਰ ਹੋ ਗਿਆ ਤੈਨੂੰ? ਉਹ ਮੈਂ ਨਾ ਜੀ ਇੱਕ ਪ੍ਰੀ ਵੈਡਿੰਗ ਦੀ ਥੀਮ ਸੋਚੀ ਹੈ ਨਵੀਂ। ਬੋਲਣਾ ਪਹਿਲੀ ਨਜ਼ਰ ਵਾਲਾ ਮਿਰਸੇ ਵਰਗਾ। ਤੁਹਾਨੂੰ ਕਿਹਨੇ ਦੱਸਤਾ ਜੀ, ਮੈਂ ਤਾਂ ਕਿਸੇ ਨੂੰ ਦੱਸਣਾ ਹੀ ਨਹੀਂ ਸੀ, ਦਿਲ ਦੀ ਗੱਲ ਦਿਲ 'ਚ ਲੈ ਕੇ ਹੀ ਮਰ ਜਾਣੀ ਸੀ। ਪਰ ਇਹ ਬਜ਼ੁਰਗ ਵੀ ਨਾ ਬੜੇ ਅਣਭੋਲ ਹੁੰਦੇ ਨੇ,
ਗੱਲਾਂ ਜਿਹੀਆਂ ਲਕੋਣੀਆਂ ਤਾਂ ਆਉਂਦੀਆਂ ਨਹੀਂ ਇਹਨਾਂ ਨੂੰ। ਫਿਰ ਹੁਣ ਕੀ ਕਰੀਏ? ਮੈਨੂੰ ਤਾਂ ਆਪ ਹੋ ਗਿਆ, ਪਰ ਮੈਂ ਚੰਡੀਗੜ੍ਹ ਤੋਂ ਤੇ ਤੂੰ ਧਨੌਲੇ ਤੋਂ, ਮੇਰੇ ਮਾਂ ਪਿਓ ਨੇ ਨਹੀਂ ਮੰਨਣਾ। ਫਿਰ ਘਰੋਂ ਭਜਾ ਕੇ ਲੈ ਜਾ। ਆਈ ਕਰਦੇ ਆ, ਮੈਂ ਘਰੋਂ ਗਹਿਣੇ ਗਹਿਣੇ ਚੋਰੀ ਕਰਕੇ ਆ ਜਾ। ਕਿਆ ਆ ਜਾ, ਤੂੰ ਜਿੱਦਾਂ ਤੇਰਾ ਜੀ ਕਰਦਾ। ਇਹ ਪਿਆਰ ਪੂਰ ਕੁਛ ਨਹੀਂ ਹੁੰਦਾ, ਆਪਾਂ ਕੰਮ ਤੇ ਆਏ ਆ, ਕੰਮ ਤੇ ਧਿਆਨ ਦੇ ਲਈਏ। ਫੱਟਾ ਆਇਆ ਪਿਆਰ ਵਾਲਾ। ਲਿਆਵੇ ਜਲੰਧਰ ਓਏ 8,000 ਰੁਪਿਆ। ਕਾਹਦਾ ਕਾਹਦਾ? ਇਹ ਭੋਗਦਾ ਸੀ, ਕਹਿੰਦਾ ਚੰਡੀਗੜ੍ਹ ਵਾਲੀਆਂ ਆਇਆ ਫਸ ਜਾਣੀਆਂ, ਕਹਿੰਦਾ ਇਹ ਜਿਹੀਆਂ ਪਿਆਰ ਚ ਪੈਂਦੀਆਂ ਹੁੰਦੀਆਂ। ਉਹ ਮੈਂ ਕਿਹਾ ਜਾਣਦੇ ਪਿਆਰ ਪਿਓਰ ਪਿਆਰ ਕੀ ਚੀਜ਼ ਓਏ। ਅਰੇਂਜ ਮੈਰਿਜ ਬੈਸਟ ਆ ਜੀ। ਉਹ ਮੈਂ ਕਹਿ ਰਿਹਾ ਸੀ, ਮੈਂ ਇੱਕ ਨਵੀਂ ਪ੍ਰੀ ਵੈਡਿੰਗ ਦੀ ਥੀਮ ਸੋਚੀ ਆ ਜੀ, ਮੈਂ ਤੁਹਾਨੂੰ ਦੱਸਦਾ। ਕੋਈ ਲੋੜ ਨਹੀਂ, ਮੈਂ ਸੋਚ ਰੱਖਿਆ। ਉਹ ਸਰੋਂ ਦੇ ਫੁੱਲਾਂ 'ਚ ਹੱਥ ਫੜ ਕੇ ਇੱਕ ਵਾਕ ਲੈ ਲਓ, ਫਿਰ ਕੁੜੀ ਟਰੈਕਟਰ 'ਚ ਲਾ, ਮੁੰਡਾ ਨਾਲ ਨਾਲ ਤੁਰੂ। ਆ ਠੀਕ ਹੈ ਜੀ। ਤੇ ਲਾਸਟ ਟਿਊਬਲ ਤੇ ਜਾ ਕੇ ਇੱਕ ਦੂਜੇ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਰਵਾਓ। ਦੈਟਸ ਇਟ। ਆ ਛਿੱਟੇ ਮਰਵਾ ਦਿੰਨੇ ਆਪਾਂ? ਮੈਮ ਉਹ ਵਿਆਹ ਨੂੰ ਛੇਤੀ ਕੱਢ ਇਹਨਾਂ ਨੂੰ, 4 ਵਜੇ ਵਾਪਸ ਚਾਹੀਦੇ ਆ ਮੈਨੂੰ ਸਾਰੇ। ਦੇਖਿਆ ਕਿਵੇਂ ਰੋਹ ਮਾਰਦੀ ਹੈ ਡੀਸੀ ਵਾਂਗ, ਚੁਟਕੀਆਂ ਚਾਹੀਦਾ ਸਾਰਾ ਕੁਛ ਤੇ ਪੈਸੇ ਵੇਲੇ ਮੌਤ ਪੈ ਜੂ। ਬੱਲੇ ਨਹੀਂ ਤੇਰੇ ਚਲਾਕੋ ਦੇ ਹੈ ਨਾ, ਇੱਕ ਤਾਂ ਤੈਨੂੰ ਕੰਮ ਦਿੱਤਾ ਹੈ, ਮਤਲਬ ਜਿਸ ਥਾਲੀ ਮੈਂ ਖਾਣਾ ਉਸੇ ਮੈਂ ਛੇਦ ਕਰਨਾ, ਔਰ ਤੈਨੂੰ ਪੈਰ ਧੋ ਧੋ ਕੇ ਪੀਣੇ ਚਾਹੀਦੇ ਉਹਦੇ। ਲੱਗੀ ਆ ਭੰਡਣ ਜਲੰਧਰ। ਹਾਂਜੀ। ਸਾਰਾ ਸਮਾਨ ਪੈਕ ਕਰਕੇ ਆ ਜੀ। ਹੱਦ ਹੈ। ਹੋਰ ਕੀ, ਸਾਡੇ ਵਾਲਾ ਵੀ ਸਿਰੇ ਗੁੰਦਦਾ, 8,000 ਦਿੰਦਾ ਮੈਨੂੰ ਕੰਮ ਕਰਨ ਦਾ। ਹੱਦ ਹੀ ਹੈ। ਉਹ ਇਹ ਤਾਂ ਨਹੀਂ ਲੋਟ ਆਉਂਦੀ, ਤੂੰ ਤਾਂ ਟਿਕ ਜਾ ਪਰਾਉਣੇ ਆ। ਹੁਣ ਤੁਸੀਂ ਪ੍ਰੀ ਵੈਡਿੰਗ ਸ਼ੂਟ ਲਈ ਜਾਣਾ, ਇਹ ਤੁਹਾਡਾ ਮੂਮੈਂਟ ਆ, ਸੋ ਫੁੱਲ ਇੰਜੋਏ ਕਰਿਓ, ਹੈਵ ਫਨ। ਆ ਇੱਕ ਮਿੰਟ ਦੇਖਿਓ ਜੀ, ਇਹ ਮੈਂ ਮੇਰੇ ਆਪਣੇ ਵਿਆਹ ਦੀ ਪ੍ਰੀ ਵੈਡਿੰਗ ਥੀਮ ਸੋਚੀ ਆ ਜੀ। ਤੁਸੀਂ ਕਿਉਂ ਉਦਾਸ ਹੋ ਗਏ ਜੀ? ਮੈਂ ਨਹੀਂ ਤਾਂ ਮੈਂ ਸਮਝ ਸਕਦਾ ਜੀ, ਜੋ ਤੁਸੀਂ ਲੋਕਾਂ ਦੇ ਚਾਹ ਪੂਰੇ ਕਰਦੇ ਆ, ਤੁਹਾਡੇ ਆਪਣੇ ਚਾਹ ਕਿੱਦਾਂ ਪੁੱਬਾਂ ਮਾਰ ਮਾਰ ਕੇ ਰੋਂਦੇ ਹੋਣੇ ਆ, ਨਾਲੇ ਤੁਸੀਂ ਸੋਚਦੇ ਹੋਣੇ ਆ ਵੀ ਇਸ 31 ਸਾਲਾਂ ਦੀ ਨੂੰ ਹੁਣ ਕੌਣ ਹੱਥ ਪਾਊਗਾ। ਤੈਨੂੰ ਕਿਹਨੇ ਕਿਹਾ? ਮੈਨੂੰ ਸਾਰਾ ਪਤਾ ਜੀ, ਤੁਸੀਂ 31 ਸਾਲਾਂ ਦੇ, ਮੈਂ 29 ਸਾਲਾਂ ਦਾ, ਮੈਂ ਹੱਥ ਪਾਊਂਗਾ ਜੀ। ਨਾਲੇ ਮੈਂ ਪੁਰਾਣੀ ਸੋਚਦਾ ਥੋੜੋ ਆ ਵੀ ਵਿਆਹ ਵਾਲੀ ਕੁੜੀ ਮੁੰਡੇ ਤੋਂ ਛੋਟੀ ਹੋਣੀ ਚਾਹੀਦੀ ਹੈ। ਇੰਨੀ ਕੁਰਬਾਨੀ ਤਾਂ ਮੈਂ ਦੇ ਹੀ ਸਕਦਾ, ਆਪਣੇ ਦੋਨਾਂ ਦਾ ਕੰਮ ਵੀ ਇੱਕੋ ਹੀ ਹੈ, ਵਧੀਆ ਤੋਰੀ ਫੁਲਕਾ ਚੱਲੀ ਜਾਣਾ। ਉਦਿਆਵਾਨ, ਤੇਰੇ ਵਰਗੇ 365 ਰਿਜੈਕਟ ਕਰ ਚੁੱਕੀਆਂ ਮੈਂ, ਤੇ ਗੱਲ ਇਹ ਨਹੀਂ ਕਿ ਮੇਰਾ ਵਿਆਹ ਨਹੀਂ ਹੁੰਦਾ, ਗੱਲ ਆ ਹੈ ਕਿ ਮੈਂ ਵਿਆਹ ਕਰਾਉਣਾ ਨਹੀਂ। ਲੈ ਹੁਣ ਆਹ ਕਹੇ ਜੀ ਗੱਲ ਹੈ ਜੀ, ਵਿਆਹ ਨਹੀਂ ਕਰਾਉਣਾ, ਇਹ ਤਾਂ ਵਿਧੀ ਦਾ ਵਿਧਾਨ ਆ ਨਾ ਜੀ, ਸ਼ੁਰੂ ਤੋਂ ਚੱਲਦਾ ਆ ਰਿਹਾ, ਮਤਲਬ ਹੁਣ ਕਿਸੇ ਨਾਲ ਤਾਂ ਵਿਆਹ ਕਰਾਓਗੇ ਨਾ। ਕਿਉਂ, ਕਿੱਥੇ ਲਿਖਿਆ ਕਿ ਵਿਆਹ ਜ਼ਰੂਰੀ ਆ, ਨਾਲੇ ਵਿਆਹ ਦੀ ਲੋੜ ਕੀ ਆ? ਤੁਸੀਂ ਸਮਝ ਨਹੀਂ ਰਹੇ ਜੀ, 100 ਕੰਮ ਹੁੰਦੇ ਆ, ਮਤਲਬ ਬੱਚਾ ਮੈਂ ਅਡੋਪਟ ਵੀ ਕਰ ਸਕਦੀ ਹਾਂ। ਕਿਸੇ ਸਿਆਣੀ ਗੋਰੀ ਨੇ ਕਿਹਾ ਕਿ ਬੁੜੀ ਦੀ ਲਾਈਫ 'ਚ ਬੰਦੇ ਦੀ ਉਨੀ ਜ਼ਰੂਰਤ ਹੈ ਜਿੰਨੀ ਮੱਛੀ ਨੂੰ ਸਾਈਕਲ ਦੀ। ਲੈ ਹੁਣ ਮੱਛੀ ਨੇ ਸਾਈਕਲ ਸਿਰ 'ਚ ਮਾਰਨਾ ਜੀ। ਐਗਜ਼ੈਕਟਲੀ, ਹੁਣ ਬੰਦਾ ਮੈਂ ਸਿਰ 'ਚ ਮਾਰਨਾ ਹੈ। ਮੱਛੀ, ਲੈ ਦੱਸ ਹੁਣ ਇਹ ਕੌਣ ਕਹਿ ਗਈ ਭਰਾ ਦੀ ਭੈਣ? ਮੈਂ ਨਹੀਂ ਖੇਡਦੀ। ਉਹ ਤੂੰ ਪੱਕਾ ਨਹੀਂ ਕਰਾਉਣਾ ਹੈ? ਛੜੀ ਮਾਰਨਾ ਤੂੰ? ਪਾਲੀ ਡਰਾਮੇ ਨਾ ਕਰ, ਚੁੱਪ ਕਰਕੇ ਆਪਦਾ ਕੰਮ ਕਰ, ਉਹ ਵੇਟ ਕਰ ਰਿਹਾ। ਨਾ ਤੂੰ ਮੇਰੀ ਘਰ ਵਾਲੀ ਆ ਜਿਹੜਾ ਮੈਂ ਤੇਰਾ ਕਹਿਣਾ ਮੰਨਾ। ਉਹ ਕੋਈ ਸਰੋਂ ਦੇ ਫੁੱਲਾਂ ਫਲਾਂ 'ਚ ਫੋਟੋਆਂ ਨਹੀਂ ਹੋਣੀਆਂ, ਮੇਰਾ ਕੰਮ ਹੈ, ਮੈਨੂੰ ਪਤਾ ਕੀ ਕਰਨਾ। ਜਲੰਧਰ, ਲਿਆ ਵੀ ਮੇਰਾ ਲੀਡੇ ਚੇਂਜ ਕਰਾ। ਉਹ ਅਸੀਂ ਫੋਟੋਗ੍ਰਾਫਰ ਆ, ਅਸੀਂ ਤਾਂ ਫੈਂਸੀ ਡਰੈਸ ਕੰਪੀਟੀਸ਼ਨ ਤੇ ਆਏ ਆ, ਚੰਗੇ ਭਲੇ ਪੈਸੇ ਵਾਲੇ ਬੰਦੇ ਦਾ ਜਲੂਸ ਕੱਢ ਰੱਖਿਆ, ਚੱਕੀ ਥੀਮ ਵੈਡਿੰਗ ਦੀ। ਉਹ ਤੁਸੀਂ ਕਲਚਰ ਕਰਕੇ ਆਏ ਨਾ ਇੱਥੇ, ਹੈ? ਆਓ ਆਪਾਂ ਜੱਟਾਂ ਦਾ ਪ੍ਰੋਪਰ ਸੱਭਿਆਚਾਰ ਸ਼ੂਟ ਕਰਾਂਗੇ ਅੱਜ, ਚਲੋ। ਗੋਹਾ ਕਿਹਦੇ ਘਰੇ ਆ? ਮੈਂ ਪੁੱਤ, ਸਾਡੀ ਰੂੜੀ ਤੇ ਗੋਹਾ ਵਾਧੂ ਹੈ। ਉਹ ਤਾਂ ਸਾਡੀ ਝਾਟੀ ਤਾਂ ਹੁਣੇ ਕਰ ਦੂ ਤਾਜਾ, ਨਾਲੇ ਪਾਥੀ ਸੋਹਣੀ ਬਣ। ਤੂੰ ਪਾਥੀਆਂ ਪਥਣੀ ਹੈ? ਓ ਨਹੀਂ, ਚਲੋ ਆ ਜਾ ਵੀ ਮੁੰਡਿਆ, ਦਿਖਾਵਾਂ ਤੁਹਾਨੂੰ ਸੱਭਿਆਚਾਰ ਅੱਜ।
किन्ने खुश है क्लाइंट इन्ने हैप्पी कर दिना मैं सोच ला घर वाली किन्नी हैप्पी रखूंगा नहीं चाहती गल नहीं बिल्कुल नहीं ना सही फिर तेरे अर्गी सोमवार से बर्त रखती फिरती होंगी कि हे महाराज किसी तो लाइफ च भेज दियो अगो महाराज का भी जी करता हूं बट के बथाड़ते मारे कि इन्ना सोहना मुंडा भेजे तो सी इस सोने वाला वहम तो तू रह नहीं दे जे ठीक ठाक भी होंगे ना छड़ाना फिर ए, छड़ी होएगी तू सौ रिश्ते फिर जट दे अगे पिछे वह भी स्वीट सिक्सटी नालिया दे पागल तू किसी होर नू बनाई स्वीट सिक्सटी नालिया नाबालिग होंदिया हाँ पूरी गल तो तू सुनती नहीं अगले हाथ बनी फिर दे भाई साहब रिश्ता करा लो ब्याह दो साल बाद कर लियो तू तेरी तक सारी डेट भी लंघी है वड्डी छड़ी दी छड़ा होएगा तू तेरा प्यो तेरा दादा मैं नहीं कोई छड़ी छब्बीस साल का कुआरा अठाई साल का मौका सामलो ते तीह तक का छड़ा ते तीह तो बाद ओ तीह तो बाद होपलेस तू छड़ी थोड़ा है तू तो होपलेस है चलो जलंधर चलिए चंगा जी होपलेस जी गारू अपनी बूथी ना दिखा दो सानू किते ओए किधर बाकी दा व्याह केड़ा व्याह ओ जट क्रिएटिव बंदा आया एवें रसगुल्ले खांदे दी फोटो खिंचण नहीं आया मैं इत्थे दूजा बंदा आजू राखी बिठाया तू चल यारोजे नहीं बंद हो रहे ओ माता की करा लिया है की करा लिया एदी हुण उमर है काम करन दी ठेडा खा के डिग पई नाजुक जी है हड्डी चकना चूर हो गई है जान निकल दी जांदी है बहुत पीड़ होंदी है नहीं वे भुख नाल जा पिंडो किसे नू सद लिया चार रोटियां ला जो ताई 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 बार खोले कर एजेंसी है चंद्रे ने होर मंग ली मैं भी कड़छी बुला ते मारी ना शर्म तो भोरा नहीं आंदी अज कहना रोटियां ला दे कल नू कहनेगा घर सांभ ला इन्ना छड़िया का ता रब्बी निकलिया पिया ताई ताई गल तो सुन मैं तेरी बोली नहीं सुनी ना ना भरावा तू चाचे नू घल बकरी हथ पठे कलू ओ ता खाजू है कह पुत ताया ताया फेर कह ताया ताया परजाई परजाई मेरे कहे ते नहीं आउंदी कोई साहब तू आप ही सद लिया जाके मेरी जांदी जुती मैं आपे डम नू मथा मेरी मन तू सवेरे गड्डी फड़ दे यूपी चलिया जा उत्थों खरीद लिया उत्थे लख सवा लख दी कहिंदे मिल जांदी है ए विचारी तां हुण ठीक हुंदी हुंदी होऊ मैं कदों तक लाउंदा रहूं सब चौलां वालियां मिलदियां उत्थे रोटी वाली कोई नहीं मिलनी हैगी आ किन्नियां लावां जी तुहाडियां सत कला ही लो सत तुहाडियां ते पंज मेरियां ठीक है आटा किन्नियां कोलियां कुन्ना ओ हैलो लवबर्ड्स ते मैं ओ तू डबल रोटियां दा पैकेट फड़दा हट्टी तों इन्नियां नहीं लथदियां मैथों ले ले फुफड़ तेरा आया बैठा है ना कि साइयां बधाइयां लाइयां होईयां ओ पांडा जी तुसी सीरियस ही लै गए मेरी गल नू 101 दी दक्षिणा दे साहबे नू जा जलंधर छड्डिया पांडा जी नू कोई काम होना ओए कहिंदा तेरा व्याह हो ही नहीं सकदा हैं रोटी दा हीला तां करना ही पैणा हुण मैं मारा तरला इहदा शर्तिया गल है जी इहदा नहीं हो सकदा आपका हो सकता है अच्छा दस साल
ਹੈਲੋ ਹਾਈ ਕਿਵੇਂ ਆ ਮੈਂ ਠੀਕ ਹਾਂ ਜੀ ਰਾਜਸਥਾਨ 'ਚ ਇੱਕ ਪ੍ਰੀ ਵੈਡਿੰਗ ਸ਼ੂਟ ਆ ਕਰੇਗਾ ਕਿੱਥੇ ਟਿੱਬਿਆਂ 'ਚ ਵਿਆਹ ਰੱਖ ਲਿਆ ਇਹਨਾਂ ਨੇ ਲੈ ਦੱਸ ਇੱਥੇ ਜ਼ਹਿਰ ਖਾਣ ਨੂੰ ਪੈਸੇ ਹੈ ਨਹੀਂ ਤੇ ਜਾਂਦਾ ਆਡੀ ਸਵਾਦ ਲੈਣ ਨੂੰ ਫਿਰਦੀ ਹੈ ਇਹਨਾਂ ਨੇ ਜੀ ਮੈਂ ਆਜੂੰਗਾ ਜੀ ਹਾਂਜੀ ਹਾਂਜੀ ਪੱਕੀ ਗੱਲ ਹੈ ਜੀ ਮੈਂ ਹੀ ਚਾਹੀਦਾ ਕਿਉਂ ਤੂੰ ਟੈਲੈਂਟਡ ਆ ਨਹੀਂ ਉਹ ਪਿਛਲੀ ਵਾਰੀ ਥੋੜ੍ਹੀ ਜਿਹੀ ਆਪਣੀ ਮਿਸਅੰਡਰਸਟੈਂਡਿੰਗ ਹੋ ਗਈ ਸੀ ਨਾ ਓਹੋ ਥੋੜ੍ਹਾ ਬਹੁਤ ਤਾਂ ਚੱਲਦਾ ਹੀ ਆ ਕੰਮ 'ਚ ਪਰ ਇਸ ਵਾਰ ਤਾਂ ਨਹੀਂ ਲੜੇਗਾ ਨਾ ਨਹੀਂ 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 ਜੀ ਇਸ ਵਾਰ ਨਹੀਂ ਲੜਦਾ ਜੀ ਹਾਂਜੀ ਹਾਂਜੀ ਫਿਰ ਛੇਤੀ ਆ ਜਾ ਮਿਲਦੇ ਹਾਂ ਮੈਂ ਆ ਗਿਆ ਜੀ ਬਸ ਆ ਗਿਆ ਮੈਂ ਹੁਣ ਆ ਗਿਆ ਬਸ ਇਹ 100 ਦਾ ਨੋਟ ਪੁੱਠਾ ਆ ਪੰਡਿਤ ਜੀ ਆ ਗਿਆ ਫੋਨ ਵੱਡਾ ਅੰਤਰਜਾਮੀ ਬਣਿਆ ਆ ਉਹ ਤੇਥੋਂ ਵੀ ਵੱਡਾ ਅੰਤਰਜਾਮੀ ਬੈਠਾ ਉੱਤੇ ਆ 20 ਦਿਨੋਂ ਮੈਂ ਰਿਜ਼ਲਟ ਪਾਈਏ ਸਰਦਾਰ ਸਾਹਿਬ ਕਹੂੰ ਤਾਂ ਮੈਂ ਬੰਨ ਦਵਾਂ ਸਿਹਰੇ ਤੁਹਾਡੇ ਲਿਆ ਕੇ ਹੁਣੀ ਗੱਲ ਐ ਆ ਵੀ ਮੇਰੀਆਂ ਵੀ ਦੋ ਲਾ ਲਿਓ ਨਹੀਂ ਤਾਂ ਮੈਂ ਵੀ ਨਹੀਂ ਦੇਣੀਆਂ ਦੋ ਮਹੀਨਿਆਂ ਨੂੰ ਮਿਸ ਚੜ੍ਹਦਾ ਇੱਥੇ ਚਮ ਚਮ ਕਰਦੀ ਫਿਰਨੀ ਆ ਫਿਰ ਨਾ ਕਹੀਂ ਜਵਾਨ ਪੁੱਤ ਨੇ ਅੱਡ ਕਰਤਾ ਅਸੀਂ ਤੂੰ ਨੇ ਕਿਕਲੀ ਪਾਈ ਸੀ ਨਾ ਅੱਠਵੀਂ 'ਚ ਪੜਿਆ ਸੀ ਕਿ ਸਾਇੰਸ ਕਹਿੰਦੀ ਹੈ ਜੇ ਗੋਲ ਗੋਲ ਘੁੰਮੋ ਤਾਂ ਹੀਟ ਪੈਦਾ ਹੁੰਦੀ ਹੈ ਜੇ ਅੱਗ ਮੇਰੇ ਕਾਲਜੇ ਨੇ ਫੜੀ ਹੈ ਤਾਂ ਭੈਣ ਦਾ ਭਰਾ ਸੇਕ ਤਾਂ ਉਹਨੂੰ ਵੀ ਲੱਗਿਆ ਹੋਣਾ ਪੱਕਾ ਲੱਗਿਆ ਹੋਣਾ ਇਹ ਪ੍ਰਮਾਤਮਾ ਪਾਈ ਯਾਰ ਮੇਰੇ ਵੀ ਆ ਤਾਂ ਚਮਕੀਲਾ ਉਹਦਾ ਹੈ ਦੇਖ ਲਾ ਚੜ੍ਹਦਾ ਆ ਗਿਆ ਹੁਣ ਉਹ ਬੱਲੇ ਉਹ ਸਾਹਿਬ ਗਗਨ ਪੈਰੀ ਪੈਣਾ ਬਜ਼ੁਰਗੋ ਵੱਡੀਆਂ ਤੂੰ ਵੀ ਲਾ ਲੈਣ ਦੇ ਹੁਣ ਤੂੰ ਨਾ ਸੁਧਰੀ ਹੈ ਨਾ ਨਹੀਂ ਮਜ਼ਾਕ ਕਰਦਾ ਸੀ ਆ ਖਾਸਾ ਹੀ ਖਰਚਾ ਕਰਾਤਾ ਇਹਨਾਂ ਦਾ ਕੋਈ ਨਾ ਤੈਨੂੰ ਵੀ ਵਧੀਆ ਪੈਸੇ ਮਿਲਣਗੇ ਆ ਜਾ ਮੈਂ ਫਿਰ ਵਧੀਆ ਥੀਮ ਵੀ ਸੋਚ ਲੈਣਾ ਉਹ ਤੁਸੀਂ ਛੇਤੀ ਲੋਡ ਨਹੀਂ ਉਹ ਜਿਹੜੀ ਤੂੰ ਮੈਨੂੰ ਐਲਬਮ ਦਿਖਾਈ ਸੀ ਨਾ ਮੈਂ ਉਹੀ ਕਹਿਤੀ ਨਹੀਂ ਨਹੀਂ ਉਹ ਨਹੀਂ ਹੋ ਸਕਦੀ ਕਿਉਂ ਉਹ ਮੇਰੀ ਪਰਸਨਲ ਆ ਨਾ ਮੇਰੇ ਕੋਲ ਉਦੋਂ ਵਧੀਆ ਆਈਡੀਆ ਹੈਗੇ ਆ ਤੂੰ ਫਿਰ ਕਰ ਲਈ ਤੇਰਾ ਕਿਹੜਾ ਵਿਆਹ ਹੁਣੇ ਹੁਣ ਲੱਗਿਆ ਪਰੇ ਲੈ ਜਾ ਨਹੀਂ ਨਹੀਂ ਉਹ ਨਹੀਂ ਹੋ ਸਕਦੀ ਓਏ ਇਹਨੂੰ ਵਾਪਸੀ ਦੀ ਬੱਸ ਫੜਾਓ ਇੱਕ ਤਾਂ ਇਹਨਾਂ ਨੂੰ ਬੁਲਾ ਬੁਲਾ ਕੇ ਕੰਮ ਦੋ ਪਰ ਨਹੀਂ ਤਨੋਲੇ 'ਚ ਹੀ ਖਿੱਚਣੀ ਆ ਤੇ ਨਾ ਸੀ ਫਿਰ ਜਿਵੇਂ ਤੈਨੂੰ ਠੀਕ ਲੱਗੇ ਦੋ ਮਹੀਨਿਆਂ ਨੂੰ ਮਿਸ ਚੜ੍ਹਦਾ ਇੱਥੇ ਚਮ ਚਮ ਕਰਦੀ ਫਿਰਨੀ ਆ ਫਿਰ ਨਾ ਕਹੀਂ ਜਵਾਨ ਪੁੱਤ ਨੇ ਅੱਡ ਕਰਤਾ ਅੱਜ ਤਾਇਆ ਚਾਚੀ ਲੈਣ ਚੱਲਾ ਉਹ ਵੀ ਪਿੰਡ ਚੋਂ ਸਾਰਿਆਂ ਤੋਂ ਸੋਹਣੀ ਤਾਈ 2000 ਦਾ ਨੋਟ ਲੈ ਕੇ ਆਈ ਬਹੂ ਨੂੰ ਦੇਖਣ ਲਈ ਫॉर ਪ੍ਰੀ ਵੈਡਿੰਗ ਵੀ ਨੀਡ ਸਮ ਯੂਨੀਕ ਆਈਡੀਆ ਸਮਥਿੰਗ ਡਿਫਰੈਂਟ ਜੇ ਤੁਹਾਡੇ ਕੋਲ ਕੋਈ ਅਲੱਗ ਜਿਹਾ ਆਈਡੀਆ ਹੈ ਤਾਂ ਦੱਸੋ ਵਰਨਾ ਅਸੀਂ ਕੋਈ ਹੋਰ ਬੰਦਾ ਦੇਖੀਏ ਦੇਰਸ ਨੋ ਨੀਡ ਟੂ ਲੁੱਕ ਐਨੀ ਫਰਦਰ ਮੇਰੇ ਕੋਲ ਬਹੁਤ ਯੂਨੀਕ ਆਈਡੀਆ ਹੈ ਤੇ ਫੋਟੋਗ੍ਰਾਫਰ ਵੀ ਬਹੁਤ ਦੇਸੀ ਹੈ ਇੱਕ ਮਿੰਟ ਤੂੰ ਕੁਛ ਕਹਿ ਰਹੀ ਸੀ ਨਹੀਂ ਤੂੰ ਆਵਾਜ਼ ਮਾਰੀ ਆ ਪਹਿਲਾਂ ਤੂੰ ਆਵਾਜ਼ ਮਾਰੀ ਆ ਕਿਉਂ ਗਗਨ ਤੂੰ ਕਿਹਾ ਸੀ ਪਹਿਲਾਂ ਲੈ ਹਾਂ ਚੱਲ ਮੈਂ ਕਿਹਾ ਸੀ ਪਹਿਲਾਂ ਇਨਸਾਨ ਹੀ ਜੁੱਤਾ ਹੈ ਮੈਡਮ ਅਕੜ ਤੋਂ ਮੁਰਦੇ ਮੇਂ ਹੋਤੀ ਹੈ ਹਾਂ ਮੈਂ ਪੁੱਛਣਾ ਸੀ ਕਿ ਕੋਈ ਕਿਵੇਂ ਰਹਿ ਸਕਦਾ ਵਿਆਹ ਤੋਂ ਬਿਨਾਂ ਤੈਨੂੰ ਡਰ ਲੱਗਦਾ ਨਾ ਮੈਂ ਕੋਈ ਡਰਦੀ ਨਹੀਂ ਉਹ ਯਾਰ ਕੋਈ ਗੱਲ ਮੰਨੇਗੀ ਵੀ ਇੰਨੀ ਜਿੱਦੀ ਸਾਫ਼ ਜੀ ਗੱਲ ਹੈ ਜਿੱਦਾਂ ਮੈਨੂੰ ਲੱਗਦਾ ਕੁੱਤਿਆਂ ਤੋਂ ਡਰ ਤੇ ਆਪ ਭਾਰੀ ਲੱਗਦੇ ਕੁੱਤੇ ਦੇ ਕੋਲ ਦੀ ਵੀ ਇਹੀ ਹਾਲ ਮੈਨੂੰ ਲੱਗਦਾ ਤੇਰਾ ਵਿਆਹ ਵਾਲਾ ਤੂੰ ਮੈਨੂੰ ਇਹ ਦੱਸ ਤੈਨੂੰ ਗੱਡੀ ਕਿਹੜੀ ਪਸੰਦ ਹੈ ਮੈਨੂੰ ਥਾਰ ਦਾ ਬਹੁਤ ਸ਼ੌਕ ਆ ਬੱਲੇ ਤੇਰੇ ਤੂੰ ਮੈਨੂੰ ਅੱਜ ਤੋਂ ਬਾਅਦ 4x4 ਥਾਰ ਹੀ ਸਮਝ ਤੇ ਸਾਡੀ ਕੰਪਨੀ ਵੱਲੋਂ ਟੈਸਟ ਡਰਾਈਵ ਫ੍ਰੀ ਇਹਦੇ 'ਚ ਤਾਂ ਕੋਈ ਹਰਜ ਨਹੀਂ ਨਾ ਤੂੰ ਬਸ ਮੈਨੂੰ ਇੱਕ ਮੌਕਾ ਦੇ ਦੇ ਇਸ ਵਿਆਹ ਦੇ ਵਿੱਚ ਆਪਣਾ ਹਸਬੰਡ ਮੜ ਕੇ ਨਾਲ ਰਹਿਣ ਦਾ ਹੋ ਸਕਦਾ ਮੈਂ ਤੇਰੀ ਸੋਚ ਬਦਲਦਾ ਤੇ ਬਦਲੇ ਤੂੰ ਜਿਹੋ ਜਿਹਾ ਕਹੇਗੀ ਜਿਵੇਂ ਦਾ ਕਹੇਗੀ ਚੜ ਭਾਈ ਤੈਨੂੰ ਉਹੋ ਜਿਹਾ ਸ਼ੂਟ ਕਰਕੇ ਦੇਣਗੇ ਨਹੀਂ ਤੇ ਨਹੀਂ ਕਰੇਗਾ ਸ਼ੂਟ ਨਹੀਂ ਫਿਰ ਉਹ ਤਾਂ ਔਖਾ ਮੈਂ ਤੈਨੂੰ ਪਹਿਲਾਂ ਦੱਸੇ ਠੀਕ ਆ ਇਹਨੂੰ ਮੇਰੇ ਨਾਲ ਵਾਲਾ ਕਮਰਾ ਦਵਾ ਦਿਓ ਇਹਨੂੰ ਉਹ ਕਮਰਾ ਮੈਮ
जिन्ना क्या उन्ना कम कर, पर शूट ओही होगा। मैं नेरियां बांधू, बस जिन्ना क्या उन्ना ही कम करना। आप क्यों गगन जी और फिर तनखा वधी कि नहीं। लै बई छड़िया, जे छड़ी सूत आ गई ना तो दीवा 500-700 लगू। पिंड वालियां दे कल्ले कल्ले दी हिक ते बालना। बाड़ी कदे हवा करी ना नेचरिया कूल गोरी है, सिद्धी जही बोली साड़ी सिद्धे आरूल गोरी है। तत्ता है खून तसीरा पाल दिया फिर दिया हीरा और दिंदा नी राकुड़े है। इन्ने एक्सपेंसिव जट ने करते तेरे नाकुड़े। साबण है नहीं सी, पर साला जब दा फेर इधर भी ओही रिया। तू भी खासी है, शीशियां शूशियां जी चक्की फिरदी है, फिर मैं थोड़ा थोड़ा सारियां चों ही ला लिया। ए हेयर कंडीशनर आ। अच्छा, यही तो लाभदा सी मैं। लिया सेंट ता लवा। ओ माय गॉड, एक कुड़ियां आला। ओए भी मुंडे कुड़ियां दा हुंदा। ओ मुश्क ता मुश्क ही आ, साडे दा इक्को ही पाउडर आ पैत आला, सारा टब्बर ओही वरतदा, तौलिया भी इक्को ही आ सारे लाने दा। चमत्कारी ਚਾਹ ਦੇ ਕਮਰੇ ਚ ਪਲੀਜ਼ ਗੋ। 100 ਰੁਪਏ ਦੇ ਨਵੇਂ ਨੋਟ ਆ ਗਈ ਗੱਲ ਸੁਣਾਵਾ, ਮੈਂ ਕੈਸਾ ਨਜ਼ਾਰਾ ਦੇਖਿਆ ਅੱਜ ਤੂੰ ਜ਼ਿੰਦਗੀ ਚ ਕਦੇ ਵੀ ਨਹੀਂ ਦੇਖ ਸਕਦੀ। ਕੀ ਤੂੰ ਸੁੱਤੀ ਪਈ ਪਤਾ ਕਿੰਨੀ ਸੋਹਣੀ ਲੱਗਦੀ ਸੀ, ਤੁਰੀ ਫਿਰਦੀ ਤਾਂ ਕੁਛ ਵੀ ਨਹੀਂ ਉਹਦੇ ਪੂਰੇ।
ਆ ਲੋ ਲੈ ਇਹਦੇ ਚ ਕੀ ਗੱਲ ਆ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਲੋਕੀ ਕੀ ਕਹਿੰਦੇ ਆ ਮੈਂ ਤਾਂ ਆਪਣੀ ਘਰ ਵਾਲੀ ਜਿਵੇਂ ਰੱਖਣੀ ਆ ਉਵੇਂ ਰੱਖੂਗਾ ਹੁਣ ਸਾਡੀ ਆਪਸ ਦੀ ਗੱਲ ਆ ਜੋ ਤੁਸੀਂ ਰੋਟੀਆਂ ਲਾਇਆ ਕਰਨੀਆਂ ਉਹ ਸਬਜ਼ੀ ਤਾਂ ਮੈਂ ਨਾਲ ਦੀ ਨਾਲ ਹੀ ਕੱਟਦਿਆਂ ਕਰਨੀ ਆ ਮੇਰਾ ਤਾਂ ਬਾਪੂ ਵੀ ਤੜਕੇ ਲਾਉਣੇ ਸਿੱਖ ਗਿਆ ਹੈਲਪ ਵੀ ਜ਼ਰੂਰੀ ਹੈ ਨਾ ਜੀ ਹੁਣ ਜੇ ਰੋਟੀ ਦੋ ਜਣੇ ਨੇ ਖਾਣੀ ਹੈ ਤਾਂ ਕੰਮ ਵੀ ਤਾਂ ਦੋਨੋਂ ਜਣੇ ਕਰਨਗੇ ਕਿ ਨਹੀਂ ਵੈਰੀ ਗੁੱਡ ਤੁਹਾਨੂੰ ਸਬਜ਼ੀਆਂ ਕੱਟਣੀਆਂ ਆਉਂਦੀਆਂ ਤੇ ਤੁਹਾਡੇ ਬਾਪੂ ਨੂੰ ਤੜਕੇ ਲਾਉਣੇ ਆਉਂਦੇ ਆ ਕਿਉਂਕਿ ਮੈਨੂੰ ਨਾ ਕੁਛ ਵੀ ਬਣਾਉਣਾ ਨਹੀਂ ਆਉਂਦਾ ਤੇ ਹਾਂ ਰਾਤ ਨੂੰ ਮੈਂ ਸੈਲਡ ਖਾਂਦੀ ਹਾਂ ਜੇ ਤੂੰ ਕੁਛ ਖਾਣਾ ਹੋਵੇ ਤਾਂ ਥੱਲੇ ਜਾ ਕੇ ਖਾਇਆ ਸੈਲਡ 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 ਮੇਰੇ ਸਾਲੇ ਦਾ ਬੜਾ ਸਬਜ਼ ਬਾਗ ਦਿਖਾ ਕੇ ਗਿਆ ਸੀ ਇਹਦੋਂ ਚੰਗਾ ਕੁੜੀ ਹੁੰਦਾ ਨੂੰ ਵਿਆਹ ਕੇ ਦਫਾ ਕਰਦਾ ਉਹ ਖਾਲਾ ਛੜਿਆ ਖਾਲਾ ਅੰਨ ਤੇ ਰੰਨ ਨੂੰ ਨਿੰਦੀਦਾ ਨਹੀਂ ਹੁੰਦਾ ਯਾਰ ਇਹ ਤਾਂ ਬਹੁਤ ਸਵਾਦ ਆ ਆਪਾਂ ਅੱਜ ਤੋਂ ਬਾਅਦ ਲੇਟ ਸੀ ਖਾਇਆ ਕਰਨਾ ਯਾਰ ਕਿੰਨਾ ਸਵਾਦ ਆ ਇਹ ਕਿੱਥੋਂ ਸਿੱਖੇ ਬਣਾਉਣਾ ਬਟਰ ਚਿਕਨ ਦਾਲ ਮੱਖਣੀ ਸੱਤ ਰੋਟੀਆਂ ਨਾਲ ਇਹ ਚੀਜ਼ਾਂ ਗਰੀਸ ਕਰਨਗੀਆਂ ਇਹਦੇ ਮੂਹਰੇ ਨਾ ਨਾ ਇਹ ਲੈ ਗਿਆ ਮਹਾਰਾਜ ਨੰਬਰ ਗੱਲ ਸੁਣ ਇੱਥੇ ਉਹ ਟਿੱਬੇ ਟੁੱਬੇ ਜਿਹਾ ਤਾਂ ਹੈ ਹੀ ਨਹੀਂ ਇਹ ਰਣਥੰਭੌਰਾ ਇੱਥੇ ਟਾਈਗਰਸ ਆ ਤੂੰ ਕੱਲ੍ਹ ਨਾ ਪਿਕਚਰਾਂ ਕਲਿੱਕ ਕਰਕੇ ਆਈ ਹਾਂ ਬੱਲੇ ਨਹੀਂ ਤੇਰੇ ਚਲਾਕ ਤੂੰ ਪੜਵਾ ਚੜ੍ਹਦੇ ਦੇ ਚੱਡੇ ਕਿਵੇਂ ਰਿਹਾ ਤੁਹਾਡਾ ਸ਼ੂਟ ਮੈਂ ਬਹੁਤ ਸੋਹਣਾ ਸੀ ਜਿਹੜੀ ਤੁਸੀਂ ਥੀਮ ਦੱਸੀ ਸੀ ਸਾਡੇ ਸ਼ੂਟ ਲਈ ਉਹ ਬਾਈ ਨੇ ਉਸ ਤੋਂ ਵੀ ਸੋਹਣਾ ਸੁਜੈਸਟ ਕੀਤਾ ਸਰ ਜੀ ਇੱਕ ਗੱਲ ਕਹਾਂ ਜੀ ਉਹ ਬਿਲਕੁਲ ਕਹੋ ਕਾਕਾ ਜੀ ਸਰ ਯੂਅਰ ਗਰਲਸ ਮੈਰਿਜ ਤੁਹਾਡੀ ਕੁੜੀ ਦਾ ਵਿਆਹ ਆ ਆਰ ਯੂ ਹੈਪੀ ਯੈਸ ਆਈ ਐਮ ਵੈਰੀ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਵੀ ਖੁਸ਼ ਹੋ ਜੀ ਬਿਲਕੁਲ ਖੁਸ਼ ਹਾਂ ਜੀ ਕੀ ਬਾਤ ਤੁਸੀਂ ਜ਼ਿਆਦਾ ਖੁਸ਼ ਹੋ ਜੀ ਕਿ ਸੇਮ ਖੁਸ਼ ਹੋ ਸੇਮ ਖੁਸ਼ ਹਾਂ ਜੀ ਹੱਥ ਹੋ ਗਈ ਯਾਰ ਸਾਡੇ ਬੱਚਿਆਂ ਦਾ ਵਿਆਹ ਹੋਇਆ ਫੇਰ ਤਾਂ ਗੜਬੜ ਹੋ ਗਈ ਜੀ ਕਿਉਂ ਫੇਰ ਕੀ ਹੋਇਆ ਜੀ ਉਹ ਕੁੜੀ ਦਾ ਪਿਓ ਹੈ ਖੁਸ਼ ਤਾਂ ਬਰਾਬਰ ਦਾ ਹੈ ਨਾ ਜੀ ਉਹ ਵੀ ਖੁਸ਼ ਤਾਂ ਹੈ ਫਿਰ ਤੁਹਾਡੀ ਪੱਗ ਦੇ ਤੁਰ ਲੈ ਜੀ ਉਹਨਾਂ ਦੀ ਪੱਗ ਦੇ ਹੈ ਨਹੀਂ ਵਾਕਈ ਯਾਰ ਗੱਲ ਤਾਂ ਠੀਕ ਹੈ ਬਣਦਾ ਨਾ ਜੀ ਤੁਰਨਾ ਤਾਂ ਬਣਦਾ ਲੈ ਹੁਣੇ ਕਰ ਦਿੰਦੇ ਆ ਲੈ ਬਈ ਕਰਦਾ ਤੁਰਲਾ ਬਣਦੀ ਗੱਲ ਕਿ ਨਹੀਂ ਵੈਰੀ ਗੁੱਡ ਵੈਰੀ ਗੁੱਡ ਦੇਤਾ ਨਾ ਧੋਖਾ ਕੁਛ ਹੋਰ ਹੀ ਸ਼ੂਟ ਕਰਕੇ ਆਇਆ ਨਾ ਤੇਰੇ ਕਲਾਇੰਟ ਖੁਸ਼ ਨੇ ਨਾ ਕੰਮ ਹੋ ਗਿਆ ਤੁਹਾਡਾ ਤੇ ਬਸ ਫਿਰ ਉਹ ਵਿਆਹ ਖਾਸਮਾਂ ਨੂੰ ਖਾਣਾ ਮੇਰਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਰ ਉਸ ਐਲਬਮ 'ਚ ਮੇਰੀਆਂ ਫੀਲਿੰਗਾਂ ਨੇ ਯਾਰ ਤੇ ਮੈਂ ਫੋਟੋਆਂ ਭੇਜਦਾ ਫੀਲਿੰਗਾਂ ਨੇ ਡਰਿੰਕ ਹੈ ਤੂੰ ਵੀ ਪੀ ਲੈਂਦੀ ਹੈ ਕਿਉਂ ਕਿਉਂ ਤੈਨੂੰ ਦਿਆ ਬੀਅਰ ਬਾਰ ਖੋਲ ਕੇ ਮੈਂ ਉਹ ਬਹਿ ਜਾ ਛੜਿਆ ਬਹਿ ਜਾ ਵਿਆਹ ਤੋਂ ਬਾਅਦ ਖੜਕਾ ਕੇ ਕਰ ਲਾਂਗੇ ਆਪਾਂ ਠੀਕ ਹਾਂ ਤੂੰ ਨੀ ਲਾਉਂਦਾ ਹੈ ਡਰਿੰਕ ਨਹੀਂ ਨਹੀਂ ਲਾ ਲੈਂਦੇ ਫਿਰ ਉਹ ਲਿਆਈ ਬਈ ਚੀਅਰਸ ਕਮਾਲ ਹੀ ਹੈ ਫੜਾਈ ਤਾਂ
ਲੈ ਬਈ ਨਾ ਜੀ ਆਹ ਗੱਲ ਤਾਂ ਕੰਜ ਦੱਸਦੇ ਕੀ ਸਹੀ ਆ ਨਹੀਂ ਜੋ ਤੁਸੀਂ ਕਰਾ ਰਹੇ ਹੋ ਬਿਲਕੁਲ ਸਹੀ ਆ ਹੁੰਦਾ ਇੱਦਾਂ ਹੀ ਆਇਆ ਸਾਡੀ ਪੁਰਾਣੀ ਰਸਮ ਆ ਜੀ ਪਰ ਗੋਰਾ ਵਿਚਾਰਾ ਕੁੜੀ ਦੇ ਰਿਹਾ ਜੀ ਹੁਣ ਕੁੜੀ ਵੀ ਗੋਰਾ ਦੇਵੇ ਕੰਬਲ ਵੀ ਗੋਰਾ ਹੀ ਦੇਈ ਜਾਵੇ ਇਹ ਤਾਂ ਕੋਈ ਗੱਲ ਨਾ ਬਣੀ ਕੰਬਲ ਤਾਂ ਕਮ ਸੇ ਕਮ ਮੁੰਡੇ ਦਾ ਪਿਓ ਦੇ ਦਿਆ ਕਰੇ ਗੱਲ ਤਾਂ ਠੀਕ ਹੈ ਮੁੰਡੇ ਹੈ ਲਿਓ ਜੀ ਲਿਓ ਇਹ ਆ ਲਓ ਸਰ ਲਿਓ ਤੁਸੀਂ ਦਿਓ ਜੀ ਲੈਟ ਮੀ ਗਿਵ ਇਟ ਟੂ ਯੂ ਮਾਈ ਪ੍ਰੇਜ਼ ਇਹ ਵੈਰੀ ਗੁੱਡ ਉਹ ਤੂੰ ਕੀ ਝਾਕਦਾ ਰੀਬਨ ਕੱਟਣ ਵਾਲੀ ਰਸਮ ਨਹੀਂ ਮੈਂ ਪੁੱਠੀ ਕਰਾਉਣ ਲੱਗਾ ਪੈਸੇ ਤੈਨੂੰ ਦੇਣੇ ਪੈਣੇ ਆ ਸਾਲੀਆਂ ਨੇ ਨਹੀਂ ਦੇਣੇ ਚੱਲ ਅੱਗੇ ਵਧ ਆਹ ਕਰਦਾ ਕੀ ਹੈ ਆਇਆ ਆਇਆ ਆਓ ਬੇਟਾ ਆਂਟੀ ਬੜੇ ਸਿਰ ਦੇ ਆ ਪਿਆ ਦੇ ਨਾ ਮੈਨੂੰ ਤੈਨੂੰ ਕੁੜੀ ਦੇ ਪਿਓ ਦੀ ਕੁਝ ਜ਼ਿਆਦਾ ਨਹੀਂ ਫਿਕਰ ਹੋ ਰਹੀ ਉਹ ਮੈਨੂੰ ਤਾਂ ਬਾਟੀ ਬਹੁਤ ਚੜਦਾ ਹੈ ਜੀ ਰਸਮਾਂ ਤੋਂ ਹੁਣ ਬੰਦਾ ਕਿਸੇ ਦੇ ਵਿਆਹ 'ਚ ਕਿਆ ਬੋਲੇ ਇੱਥੇ ਤਾਂ ਤੂੰ ਸਾਰਾ ਹੀ ਕਾਰੋਬਾਰ ਸਾਂਭ ਰੱਖਿਆ ਮੈਂ ਕਿਹਾ ਚੱਲ ਮਾੜੀ ਜੀ ਮਕੈਨਿਕੀ ਮੈਂ ਵੀ ਠੁਕਦਾ ਸੱਚੀ ਤੇਰੀ ਸੋਚ ਆਈ ਆ ਆਈ ਮਸਟ ਸੇ ਟੈਸਟ ਡਰਾਈਵ ਕੱਢੀ ਦੇ ਇੰਪ੍ਰੈਸਿਵ ਡਰਾਮੇ ਆ ਨਾ 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 ਧੀਆਂ ਦੇ ਮਾਮਲੇ 'ਚ ਕੋਈ ਡਰਾਮਾ ਨਹੀਂ ਇਹ ਤਾਂ ਮੇਰਾ ਸਾਲਾ ਵਿਆਹ ਨਹੀਂ ਹੋਇਆ ਮੈਨੂੰ ਪਤਾ ਜਿੱਦੇ ਮੇਰਾ ਵਿਆਹ ਹੋਇਆ ਨਾ ਮੈਂ ਕੁੜੀ ਨਾਲੋਂ ਵੱਧ ਰੋਣਾ ਜੀ ਜਦੋਂ ਡੋਲੀ ਤੁਰਨੀ ਹੈ ਆਪਣਾ ਕਾਲਜਾ ਪਾੜ ਕੇ ਦੇਣਾ ਸੌਖੀ ਗੱਲ ਹੈ ਜੀ ਕਿਤੇ ਉਹ ਦੇਖ ਚੱਲਣ ਲੱਗਾ ਮੇਰਾ ਕ੍ਰੀਏਟਿਵ ਸ਼ੂਟ ਐਵੇਂ ਲਾਗ ਡਾਟ ਜੀ ਨਾ ਰੱਖੀ ਜੇ ਚੰਗਾ ਲੱਗਾ ਤਾਂ ਤਾੜੀ ਤੂੜੀ ਠੋਕਦੀ ਸੋਹਣੀ ਮਹੀਵਾਲ ਨੂੰ ਕੱਢਣ ਦੇ ਲਈ ਕੱਚਾ ਘੜਾ ਲੈ ਕੇ ਦਰਿਆ 'ਚ ਉਤਰੀ ਇਹ ਮਹੀਵਾਲ ਤਾਂ ਨਹੀਂ ਕੱਢਿਆ ਗਿਆ ਪਰ ਫਿਰ ਅਸੀਂ ਉਸੇ ਘੜੇ 'ਤੇ ਪਾ ਕੇ ਇਹ ਦੋਹਾਂ ਦਾ ਪਾਣੀ ਕੱਢਿਆ ਤੁਹਾਡਾ ਜਵਾਕ ਕੁੱਟਤਾ ਸੀ ਗਲਤੀ ਨਾਲ ਰਾਜਸਥਾਨੀਆਂ ਨੇ ਉਹਨੂੰ ਉਹਦਾ ਭਾਅ ਬੋਤੇ ਦੇ ਵਾ ਕੇ ਲੈ ਗਏ ਸੱਸੀ ਉਹਦੇ ਪਿੱਛੇ ਬਹੁਤ ਵੱਜੀ ਪਰ ਰੇਤਾ ਬਹੁਤ ਗਰਮ ਫਿਰ ਸੱਸੀ ਨੇ ਸੋਚਿਆ ਛੱਡ ਪਰਾ ਹੋਰ ਬੰਦਾ ਲੱਭ ਲਾਂਗੇ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਇਸ਼ਕ ਦੇ ਸੇਕ ਨਾਲੋਂ ਟੱਪ ਦੀ ਰੇਤ ਦਾ ਸੇਕ ਜੋ ਹੈ ਉਹ ਬਹੁਤ ਜ਼ਿਆਦਾ ਆ
सोनी तोर जट्टी ए ओ चुम्मिया तू करनी पटोला बन के रिहा कर बिल्लो थोड़ा बन खण के सौखा ही है कोई एडी औखी गल नहीं है पहले ललकारे नाल पकड़िया भरजाई ओहो मैं बिल्कुल ठीक हाँ वाह ਤੁਸੀ ਕਿਵੇਂ ਹੋ ਵਧੀਆ ਬੀਬੀ ਵਰਗੇ ਠੀਕ ਠਾਕ ਹੈ ਪਹਿਲਾਂ ਤੁਸੀਂ ਦੱਸੋ ਚਾਹ ਬਣਾਵਾਂ ਕਿ ਦੁੱਧ ਪੀਓਗੇ ਚਾਹ ਹੀ ਬਣਾ ਲਓ ਅੱਛਾ ਹੋਰ ਕੁਝ ਖਾਓਗੇ ਮਖਾਣੇ ਖਵਾ ਦਿਓ ਵਿਆਹ ਤੋਂ ਬਾਅਦ ਖੜਕਾ ਕੇ ਠੀਕ ਕਰ ਲਓ ਫਿਰ ਜਲੇਬੀਆਂ ਖਵਾ ਦਿਓ ਉਹ ਹੁਣ ਕੀ ਠੀਕ ਕਰ ਲੇਗਾ ਛੜਿਆ ਤੇਰਾ ਖੂਨ ਆ ਕਿ ਪਾਣੀ ਬਗੈਰ ਤਾਂ ਬੈਠਾ ਘੁੱਗੂ ਬਣਿਆ ਜਾਂ ਉੱਠ ਕੇ ਦਿਖਾ ਦੇ ਕਲਚਰ ਖਾਵਾਂ ਜਲੇਬੀਆਂ ਘਰੇ ਪਤਲੀ ਤੇ ਬਾਹਰ ਸੰਘਣੀ ਅਖੇ ਨਾਮ ਮੇਰਾ ਮੇਲੋ देख मेरे कुछ पर्सनल रीजंस आ ਵਿਆਹ ਨਾ ਕਰਾਉਂਦੇ ਤੇ ਵੈਸੇ ਵੀ ਮੈਂ ਵਿਆਹ ਕਰਾਉਣਾ ਹੀ ਨਹੀਂ ਸੀ ਭਾਵੇਂ ਤੂੰ ਇੱਥੇ 6 ਮਹੀਨੇ ਬੈਠਾ ਰਹਿੰਦਾ ਮੈਂ ਸਿਰਫ ਤੇਰੇ ਕੋਲੋਂ ਆਪਣਾ ਕੰਮ ਕਰਾਉਣਾ ਸੀ ਇਸ ਵਿਆਹ ਦੇ ਕੰਟਰੈਕਟ ਦੀ ਪਹਿਲੀ ਸ਼ਰਤ ਸੀ ਤੇਰੇ ਵਾਲਾ ਕਾਨਸੈਪਟ ਦਾ ਪ੍ਰੀ ਵੈਡਿੰਗ ਸ਼ੂਟ ਮਤਲਬ ਕੁੱਤੇ ਦੀ ਵੱਡੀ ਨਿਕਲੀ ਤੂੰ ਹਾਂ ਪਰ ਫਿਰ ਤੈਨੂੰ ਮਿਲ ਕੇ ਤੇ ਕੁੜੀ ਦੀ ਫੈਮਿਲੀ ਲਈ ਤੇਰੇ ਦਿਲ 'ਚ ਇੰਨੀ ਰਿਸਪੈਕਟ ਦੇ ਕੇ ਮੈਂ ਸੋਚਿਆ ਬੰਦਾ ਮਾੜਾ ਨਹੀਂ ਉਹ ਮੈਂ ਤਾਂ ਬਾਲਾ ਵਧੀਆ ਮੈਂ ਕਹਿੰਦਾ ਕਰੇਲੇ ਵਾਂਗੂ ਆ ਬਾਹਰੋਂ ਹੀ ਕੌੜਾ ਲੱਗਦਾ ਪਤੰਦਰ ਗੁਣ ਹੀ ਬਹੁਤ ਆ ਮੇਰੇ ਜਵਾਈ ਬਣਨ ਨੂੰ ਤਾਂ 100 ਤਿਆਰ ਆ ਪਰ ਪੁੱਤ ਬਣਨ ਨੂੰ ਕੋਈ ਨਹੀਂ ਚੱਲ ਛੱਡ ਯਾਰ ਮਾਫ ਕੀਤਾ ਹੀ ਤੈਨੂੰ ਪਰ ਇੱਕ ਗੱਲ ਮੈਂ ਵੀ ਲਕੋਈ ਆ ਤੇਰੇ ਤੋਂ ਅੱਛਾ ਫਿਰ ਤਾਂ ਤੂੰ ਵੀ ਕੁੱਤੇ ਦਾ ਹੱਡ ਨਿਕਲਿਆ ਜੇ ਤੂੰ ਮੇਰੀ ਘਰ ਵਾਲੀ ਹੁੰਦੀ ਨਾ ਮੈਂ ਨਾ 4 ਦਿਨਾਂ 'ਚ ਤੈਨੂੰ 36 ਵਾਰੀ ਕੁੱਟਣਾ ਸੀ ਕਮਾਲ ਹੀ ਹੈ ਓਏ ਆ ਹੁੰਦਾ ਵਿਆਹ ਵਾਲਾ ਸਿਆਪਾ ਮਤਲਬ ਇੰਨੀਆਂ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ ਵਿਆਹ ਦੇ ਵਿੱਚ ਬਈ ਗੱਲ ਗੱਲ ਤੇ ਤੁਹਾਡੇ ਡਰਾਮੇ ਹੈ ਕਦੇ ਤੁਹਾਡੇ ਮੇਕਅਪ ਲਾਉਣ ਦੀ ਵੇਟ ਕਰੋ ਫਿਰ ਤੁਹਾਡੇ ਮੇਕਅਪ ਲਾਉਣ ਦੀ ਵੇਟ ਕਰੋ ਉਹ ਨਖਰੇ ਜੈਦ 100 ਸਿਆਪੇ ਕਿੱਥੇ ਆ ਤੁਹਾਡੇ ਪੈਰ ਬਜ਼ੁਰਗੋ ਉਹ ਤੁਸੀਂ ਤਾਂ ਮੇਰੀਆਂ ਅੱਖਾਂ ਖੋਲਤੀਆਂ ਬੁੜੀਆਂ ਦੇ ਮਨ ਦੀਆਂ ਬੰਦੇ ਨਹੀਂ ਹੋਣ ਦੇ ਰਹੇ ਬੰਦਿਆਂ ਦੇ ਮਨਾਂ ਦੀਆਂ ਬੁੜੀਆਂ ਨਹੀਂ ਹੋਣ ਦੇ ਰਹੀਆਂ ਉਹ ਤੂੰ ਤਾਂ ਜਮਾਂ ਹੀ ਸਹੀ ਕਹਿੰਦੀ ਸੀ ਉਹ ਕੀ ਸੀ ਤੇਰੀ ਮੱਛੀ ਵਾਲੀ ਗੱਲ ਕੁੜੀ ਦੀ ਲਾਈਫ 'ਚ ਬੰਦੇ ਦੀ ਉਨੀ ਜ਼ਰੂਰਤ ਆ ਜਿੰਨੀ ਮੱਛੀ ਨੂੰ ਸਾਈਕਲ ਦੀ ਹਾਂ ਬੰਦੇ ਦੀ ਲਾਈਫ ਵੀ ਬੁੜੀ ਦੀ ਓਨੀ ਜ਼ਰੂਰਤ ਆ ਜਿੰਨੀ ਡੱਡੂ ਨੂੰ ਰਜਾਈ ਦੀ ਹੁਣੇ ਗੱਡੀ ਕੋਈ ਲਵੇ ਨਾ ਲਵੇ ਇਹ ਗੱਡੀ ਨੇ ਨਹੀਂ ਜਾਣਾ ਕਿਸੇ ਦੇ ਕੋਲ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ਕਹਿ ਕਹਿ ਤੂੰ ਵੀ ਕਹਿ ਵਧੀਆ ਗੱਲ ਆ ਇਹ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ਚੱਲ ਹੁਣ ਖੇਡਦੇ ਹਾਂ ਹੁਣ ਮੈਂ ਨਹੀਂ ਖੇਡਦਾ ਤੇਰੇ ਵਿਆਹ ਕਰਕੇ ਲੈ ਦੱਸ ਦੇ ਮੇਰਾ ਪੁੱਤ ਸਾਰਿਆਂ ਨੂੰ ਹੁਣ ਤਾਂ ਸਾਰੇ ਇਕੱਠੇ ਹੋਏ ਆ ਮੁੜ ਕੇ ਕੱਲੇ ਕੱਲੇ ਦੇ ਘਰੇ ਜਾ ਕੇ ਭੌਂਕਦੇ ਫਿਰਾਂਗੇ ਹੈਂ ਹੁਣੇ ਸਾਰਿਆਂ ਨੂੰ ਸੱਦਾ ਦੇ ਕੇ ਪਰੇ ਕਰੀਏ
ਹਾਲ ਓ ਅੱਛਾ ਓ ਲੋੜ ਹੀ ਨਹੀਂ ਓ ਆਪਾਂ ਨੂੰ ਵੱਡੇ ਗਿਆਨ ਦੀ ਪ੍ਰਾਪਤੀ ਹੋ ਗਈ ਓ ਵਿਆਹ ਵਿਊ ਚ ਕੁਛ ਨੀ ਰੱਖਿਆ ਆਪਾਂ ਨੀ ਕਰਾਉਣਾ ਵਿਆਹ ਓ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਇਹਦਾ ਵਿਆਹ ਨਹੀਂ ਹੋ ਸਕਦਾ ਹਮਾਰੀ ਵੀ ਵਿਦਿਆ ਹੈ ਕੁਛ ਦੋ ਛੜਿਆਂ ਦੀ ਇੱਕ ਟੋਲਕੀ ਰੋਜ਼ ਰਾਤ ਨੂੰ ਖੜ ਕੇ ਨੀ ਮੈਂ ਮਰ ਜਾਣੀ ਦਾ ਨਰਮ ਕਾਲ ਜਾ ਤੜਕੇ ਨੀ ਮੈਂ ਮਰ ਜਾਣੀ ਦਾ ਨਰਮ ਕਾਲ ਜਾ ਤੜਕੇ ਨੀ ਮੈਂ ਮਰ ਜਾਣੀ ਦਾ ਦੇਖ ਲੋ ਭਾਈ ਬੂ ਮੈਂ ਮਰ ਜਾ ਜੇਠਾਂ ਦੇ ਸਾਹਮਣੇ ਕਿਹੜਾ ਦਿੱਤਾ ਮੈਂ ਤਾਂ ਉਹ ਜਾ ਯਾਰ ਚੜ੍ਹਤਿਆ ਗੇਲੀ ਗੱਲ ਤੀ ਆਖੇ ਟੀਸੀ ਵਾਲਾ ਬੇਰ ਬੁੜੁੰਬਾ ਤੇਰੇ ਤਾਂ ਉਸਤਾਦ ਫੱਲੇ ਗਿੜਕਾਂ ਵੀ ਨੀ ਪਈਆਂ ਮੈਂ ਤਾਂ ਤੇਰੀ ਭਾਬੀ ਨਾਲ ਸ਼ਰਤ ਲਾਈ ਬੈਠਾ ਸੀ ਇੱਜ਼ਤ ਹੀ ਰੋਲ ਕੇ ਰੱਖਤੀ ਘਰੇ ਉਹ ਜਾਣਦਾ ਮੈਂ ਤੈਨੂੰ ਜਿਹੜੇ ਤੇਰੇ ਝੰਡੇ ਝੂਲਦੇ ਐ ਆਖੇ ਤੌਲੀਆ ਕਿੱਥੇ ਰੱਖਿਆ ਸੀ ਆ ਜਵਾਕ ਫੜਿਓ ਹਾਂ ਮਰ ਜਾਏ ਆ ਫੂਨ ਕਿਹਦਾ ਆ ਗਿਆ ਤੈਨੂੰ ਨਹਾ ਕੇ ਬਾਥਰੂਮ ਚ ਵਾਈਪਰ ਕਿਹਨੇ ਮਾਰਨਾ ਸੀ ਆ ਭਾਂਡੇ ਮਾਂਜੀ ਖਾ ਮਰ ਜਾਏ ਉਹ ਤੂੰ ਘਰੇ ਭਰਜਾਈ ਰੱਖੀ ਕਿ ਥਾਣੇਦਾਰ ਰੱਖਿਆ ਨਾ ਇੰਨੀ ਗੁਸਲਖਾਨੇ ਦੀ ਪੀੜੀ ਨੀ ਥੱਲੇ ਰਹਿੰਦੀ ਜਿੰਨਾ ਤੂੰ ਥੱਲੇ ਲੱਗਿਆ ਭਰਾਵਾ ਉਹ ਤੁਸੀਂ ਕਿਸੇ ਐਕਸਟਰਾ ਜਨਾਨੀ ਨਾਲ ਗੱਲ ਕਰਕੇ ਦੇਖੋ ਸੰਘ ਤੱਕ ਗੂਠਾ ਦੇਣ ਨੂੰ ਜਾਂਦੀਆਂ ਤੇ ਆਪ ਸੁਨਿਆਰੇ ਨਾ ਦਰਜੀ ਨਾ ਕੱਪੜੇ ਵਾਲੇ ਨਾਲ ਹੱਸ ਹੱਸ ਕੇ ਗੱਲਾਂ ਮਾਰਦੀਆਂ ਆਖੇ ਉਹ ਦਿਖਾ ਦਿਓ ਨਹੀਂ ਨਹੀਂ ਆਹ ਦਿਖਾ ਦਿਓ ਨਹੀਂ ਤੁਸੀਂ ਮੈਨੂੰ ਉਹਨਾਂ ਸੋਹਣੇ ਡਿਜ਼ਾਇਨ ਨਹੀਂ ਦਿਖਾ ਰਹੇ ਜਿੰਨਾ ਬਾਕੀਆਂ ਨੂੰ ਦਿਖਾ ਰਹੇ ਆ ਅੱਗੋ ਉਹਨਾਂ ਦਾ ਜਵਾਬ ਵੀ ਤਿਆਰ ਹੀ ਹੁੰਦਾ ਤੇ ਉਹ ਤਾਂ ਸਾਰਾ ਕੁਛ ਦੱਸਦਾ ਤੁਸੀਂ ਜੋ ਮਰਜ਼ੀ ਪਾ ਲਵੋ ਲੈ ਦੱਸ ਇੱਥੇ ਇੱਕ ਕੁੰਡੀਆਂ ਮੁੱਛਾਂ ਦੀ ਤਾਰੀਫ਼ ਕਰ ਦੇਵੇ ਸਹੀ ਅਗਲੇ ਦਿਨ ਹੀ ਉਸ ਤਰ੍ਹਾਂ ਨਾ ਬਰਬਾਦਤਾ ਤਾਂ ਮੈਨੂੰ ਕਹਿ ਦਿਓ ਉਹ ਕੜਿੱਕੀ ਚ ਫਸੇ ਹੋਏ ਚੂਹੇ ਵਰਗੀ ਹਾਲਤ ਆ ਤੁਹਾਡੀ ਮਾਰਦੇ ਆ ਗੱਲਾਂ ਤੁਸੀਂ ਅਖੇ ਬੁੜੀਆਂ ਨੂੰ ਬਰਾਬਰੀ ਦਾ ਹੱਕ ਦਿਓ ਮੋਢੇ ਸੇ ਮੋਢਾ ਮਿਲਾ ਕੇ ਚੱਲੇਂਗੇ ਉਹ ਕਿਹੜੇ ਮੋਢੇ ਮੋਢੇ ਮੁੰਡੇ ਤਾਂ ਬਹੁਤ ਚਿਰ ਦੇ ਟੱਪ ਗਈਆਂ ਇਹ ਬੰਦਿਆਂ ਦੇ ਸਿਰ ਤੋਂ ਗੱਠ ਉੱਤੇ ਟੈਕਦੀਆਂ ਫਿਰਦੀਆਂ ਤੇ ਤਾਈ ਤੂੰ ਤੂੰ ਕੀ ਝੋਲੀ ਭਰ ਲਈ ਵਿਆਹ ਕਰਾ ਕੇ ਸਾਰੀ ਉਮਰ ਤਾਏ ਤੋਂ ਹੱਡ ਕਟਾਏ ਪਾਲ ਪੋਸ ਕੇ ਪੁੱਤ ਬੜੇ ਕੀਤੇ ਤੇ ਹੁਣ ਤੇਰੇ ਪੁੱਤ ਤੈਨੂੰ ਨੀ ਸਿਆਣਦੇ ਆ ਪੀ ਕੇ 300 ਦੀ ਬੋਤਲ ਠੇਕੇ ਤੇ ਲੜਦਾ ਰਹਿੰਦਾ ਤੈਨੂੰ ਕਦੇ ਦਸਾਂ ਦਾ ਬੱਤਾ ਪੜਾਇਆ ਨੇ ਚਾਹ ਦੇ ਨਾਲ 3000 ਨੂੰ ਤਾਂ ਪੈਸੇ ਮੁੱਕ ਜਾਂਦੇ ਆ ਉਹ ਕੋਈ ਜੱਟ ਵੀ ਆਪਣੇ ਕੱਟੇ ਬੱਚੇ ਦਾ ਰੱਸਾ ਫੜਾਉਂਦਾ ਨਾ ਤਾਂ 2-2.5 ਹਜ਼ਾਰ ਰੁਪਿਆ ਭਾਲਦਾ ਮੈਂ ਤੁਹਾਡੇ ਤੇ ਹੈਰਾਨ ਹਾਂ ਮਤਲਬ ਇੰਨੀਆਂ ਮਾੜੀਆਂ ਹੋ ਤੁਸੀਂ ਕਿ ਤੁਹਾਡਾ ਰੱਸਾ ਵੀ ਫੜਾ ਦਿੰਦੇ ਆ ਤੇ 20-25 ਲੱਖ ਰੁਪਿਆ ਵੀ ਦੇਣਾ ਪੈਂਦਾ ਦਾਜ ਦਾ ਕਿਸੇ ਸਿਆਣੀ ਗੋਰੀ ਨੇ ਕਿਹਾ ਕਿ ਜਨਾਨੀ ਨੂੰ ਬੰਦੇ ਦੀ ਓਨੀ ਲੋੜ ਹੁੰਦੀ ਹੈ ਜਿੰਨੀ ਮਛਲੀ ਨੂੰ ਸਾਈਕਲ ਦੀ ਓਏ ਪੰਡ ਜੀ ਸ਼ਰਾਬ ਸ਼ਰੂਪ ਨੀ ਮਿਲਿਆ ਮੈਨੂੰ ਇਹ ਵਰਦਾਨ ਮਿਲਿਆ ਮੈਨੂੰ ਵਰਦਾਨ ਹੁਣ ਕਿਸੇ ਰਿਸ਼ਤੇ ਵਾਲੇ ਨੂੰ ਕੁੱਕੜ ਦਾ ਕੀ ਮੈਂ ਕੁੱਕੜ ਦੀ ਬੈਠ ਨਹੀਂ ਖਵਾਉਂਦਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ਉਹ ਸਾਰੇ ਰਿਸ਼ਤੇ ਰੱਬ ਨੇ ਆਪ ਬਣਾ ਕੇ ਭੇਜਿਆ ਜਿਨ੍ਹਾਂ ਦੀ ਸਾਨੂੰ ਲੋੜ ਸੀ ਮਾਂ ਪਿਓ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਤਾਏ ਚਾਚਿਆਂ ਦਾ ਰਿਸ਼ਤਾ ਆ ਪਤੀ ਪਤਨੀ ਵਾਲੀ ਦੀ ਲੋੜ ਥੋੜੋ ਸੀ ਇਹ ਸਿਆਪਾ ਅਸੀਂ ਆਪ ਗਲ ਪਾਇਆ ਉਹ ਕਦੇ ਜਨੌਰ ਵਿਆਹ ਕਰਾਉਂਦੇ ਦੇਖੇ ਹੈ ਹੈ ਉਹ ਘੁੱਗੀਆਂ ਗਟਾਰਾ ਸਾਡੇ ਨਾਲੋਂ ਸਿਆਣੇ ਨੇ ਆ ਧਰਤੀ ਫੀਮੇਲ ਹੈ ਤੇ ਉਹ ਆਸਮਾਨ ਮੇਲ ਹੈ ਰੱਬ ਨੇ ਕਿੱਡੀ ਦੂਰ ਦੂਰ ਚੱਕ ਕੇ ਮਾਰੇ ਅਖੇ ਹਿੰਦੂ ਮੁਸਲਮਾਨ ਲੜਨਗੇ ਅੱਡ ਦੇਸ਼ ਬਣਾ ਦਿਓ ਉਹ ਜੇ ਲੜਾਈ ਬੰਦ ਕਰਾਉਣੀ ਸੀ ਨਾ ਤਾਂ ਬੁੜੀਆਂ ਨੂੰ ਮਾਰਨਾ ਹੀ ਚੱਕ ਕੇ ਪਾਕਿਸਤਾਨ ਇਹ ਉੱਥੇ ਲਾਉਂਦੇ ਰਹਿੰਦੀਆਂ ਲਾਹੌਰ ਤੀਆਂ ਤੇ ਅਸੀਂ ਇੱਥੇ ਬੱਕਰੇ ਬੁਲਾਉਂਦੇ ਨਾ ਹੁਣ ਤੀਆਂ ਲੱਗਦੀਆਂ ਨਾ ਸਾਨੂੰ ਬੱਕਰੇ ਬੁਲਾਉਣ ਦਿੰਦੀਆਂ ਇਹ ਵਿਆਹ ਵਿਆਹ ਲਾਈ ਆ ਥੈਂਕ ਯੂ ਤੇਰੀ ਮਾਂ ਪਤਾ ਨਹੀਂ ਹੋਰ ਇੱਦਾਂ ਕਿੰਨੇ ਦਿਨ ਬਾਂਹ ਫੜ ਕੇ ਬੈਠੀ ਰਹੂ ਮੈਂ ਬੜਾ ਦੁਖੀ ਹਾਂ ਯਾਰ ਸਾਲਾ ਤੜਕੇ ਉੱਠ ਕੇ ਤਿਆਰੀ ਕਰਨ ਲੱਗੋ ਦੁਪਹਿਰ ਦੀ ਖਾ ਕੇ ਭਾਂਡੇ ਮਾਂਜ ਕੇ ਨਹੀਂ ਹਟੀਦਾ ਓਨੇ ਚਿਰ ਨੂੰ ਆਥਣ ਦੀ ਦਾ ਟਾਈਮ ਹੋ ਜਾਂਦਾ ਉਹ ਫਾਦਰ ਸਾਹਿਬ ਕੋਈ ਨਹੀਂ ਆਪਾਂ ਰਲ ਮਿਲ ਕੇ ਕਰ ਲੈਂਦੇ ਹਾਂ ਹੀਲਾ ਜੇ ਤੂੰ ਕਹਿੰਦਾ ਤਾਂ ਢਾਬੇ ਤੋਂ ਲਵਾ ਲਈਏ ਢਾਬੇ ਦੀਆਂ ਕਿੰਨੇ ਕੁ ਦਿਨ ਖਾਵਾਂਗੇ ਦੇਖ ਇੱਕ ਉਮਰ 'ਚ ਪਿਓ ਯਾਰ ਹੁੰਦਾ ਅੱਜ ਕੱਲ੍ਹ ਸਾਲੇ ਮੁੰਡੇ ਮੁੰਡਿਆਂ ਨਾਲ ਤੁਰੇ ਫਿਰਦੇ ਆ ਖਰ ਕੋਈ ਗਲਤ ਨਹੀਂ ਜਿੱਥੇ ਜਿਹਦਾ ਚਿੱਤ ਮੰਨੇ ਹੋ ਪਰ ਕਿਹੜਾ ਆਪਾਂ ਕਿਸੇ ਨੀਮ ਹਕੀਮ ਨੂੰ ਦਿਖਾ ਲਈਏ ਘਬਰਾ ਨਾ ਮੈਂ ਤੇਰਾ ਪਿਓ ਨਹੀਂ ਫਰੈਂਡ ਹਾਂ ਉਹ ਬੈਸਟ ਫਰੈਂਡ ਆ ਮੈਂ ਤੈਨੂੰ ਕਦੋਂ ਕਿਹਾ ਮੈਨੂੰ ਕੁੜੀਆਂ ਨਹੀਂ ਪਸੰਦ ਬਸ ਮੈਂ ਵਿਆਹ ਨਹੀਂ ਕਰਾਉਣਾ ਉਹ ਅੱਜ ਕੱਲ੍ਹ 35-40% ਲੋਕ ਜਪਾਨ ਦੇ ਵਿੱਚ ਵਿਆਹ ਨਹੀਂ ਕਰਾ ਰਹੇ ਉੱਥੇ ਸਭ ਤੋਂ ਸਿਆਣੇ ਲੋਕ ਰਹਿੰਦੇ ਆ ਤੂੰ ਖੁਸ਼ ਹੋ ਤੇਰਾ ਮੁੰਡਾ ਜਪਾਨੀਆਂ ਦੀ ਸੋਚ ਰੱਖਦਾ ਵੱਡਾ ਫਰੈਂਡ ਬਣਿਆ ਕੀ ਆਂਦਾ ਆਂਦਾ ਖੁਸ਼ ਹੋ ਆਪਾਂ ਜਪਾਨੀ ਜੰਮੇ ਆ ਸਾਲੀ ਮੇਰੀ ਨਾਲ ਤੜਕੇ ਲਾਉਣ ਤੋਂ ਜਾਨ ਛੁੱਟੀ ਰੋਕ 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 ਵਿਆਹ ਤੇ ਚੱਲਿਆ ਨਹੀਂ ਵਿਆਹ ਤਾਂ ਪਰਸੋਂ ਹੈ ਅੱਜ ਪ੍ਰੀ ਵੈਡਿੰਗ ਸ਼ੂਟ ਹੈ ਮਾੜਾ ਜਿਹਾ ਬਸ ਪਿੰਡਿਆ ਢਾਲ ਆ ਇਹਨਾਂ ਨੂੰ ਓਏ
ਵਿਆਹ ਹੈ, ਐਵੇਂ ਕਿਵੇਂ ਹੋ ਜੂ ਫੋਟੋਗ੍ਰਾਫੀ? ਛੱਡਦਾ ਨਹੀਂ ਕਿਸੇ ਨੂੰ, ਪਹਿਲਾਂ ਉਹਦੇ ਵਿਆਹ ਦੇ ਹਲਵਾਈ ਕੁੱਟੇ ਆ, ਬਾਅਦ ਚ ਕੁੱਟੂ ਫੋਟੋਗ੍ਰਾਫਰ। ਲੈ ਵੀਰੇ ਸਾਡੀ ਕੀ ਗਲਤੀ ਹੈ ਇਹਦੇ ਚ? ਮਰਜ਼ੀ ਹੈ ਜੱਟ ਦੀ, ਤੇਰੀ ਗਲਤੀ ਦੀ ਕੀ ਗੱਲ ਹੈ? ਪਤਾ ਕਿੰਨਾ ਪਾਕ ਪਵਿੱਤਰ ਪਿਆਰ ਸੀ ਮੇਰਾ, ਕਿੰਨਾ ਪਿਆਰ ਕਰਦਾ ਸੀ ਮੈਂ। ਕਾਲਜ ਚ ਕੋਈ ਉਹਦੇ ਨਾਲ ਬੈਠਦਾ ਹੁੰਦਾ ਸੀ, ਕੋਈ ਉਹਨੂੰ ਬਰਗਰ ਖਵਾਉਂਦਾ ਹੁੰਦਾ ਸੀ, ਕੋਈ ਉਹਨੂੰ ਫਿਲਮ ਦਿਖਾ ਕੇ ਲਿਆਉਂਦਾ ਹੁੰਦਾ ਸੀ। ਕੱਲੇ ਕੱਲੇ ਨੂੰ ਜਾ ਕੇ ਗੁਲਾਮੇ ਤੋਂ ਫੜਿਆ ਮੈਂ, ਨਹੀਂ ਯਕੀਨ ਆਉਂਦਾ ਉਹ ਦੱਸ ਇਹਨੂੰ? ਨਹੀਂ ਯਕੀਨ ਹੈ ਬਾਈ, ਇੰਨੇ ਤੋਂ ਕੁੱਟ ਲਏ ਤੁਸੀਂ, ਹੁਣ ਸਾਨੂੰ ਕਾਹਨੂੰ ਕੁੱਟਣਾ? ਕਾਹਨੂੰ ਕੁੱਟੇ ਯਾਰ, ਕੱਲੇ ਕੱਲੇ ਤੋਂ ਖਾਧੀਆਂ ਨੇ ਜਾ ਕੇ, ਹੁਣ ਕੱਲੇ ਕੱਲੇ ਤੋਂ ਦੇਖ ਗੁਲਾਮਾ ਜਾ ਕੇ ਮੈਂ ਫੜਦਾ ਹੁੰਦਾ ਸੀ, ਲੋਕ ਆ ਕੇ ਮੈਨੂੰ ਛੁਡਾਉਂਦੇ ਹੁੰਦੇ ਸੀ। ਓਕੇ, ਹੁਣ ਇੰਨੀ ਕੁੱਟ ਖਾਧੀ ਆ ਯਾਰ, ਮੈਂ ਕਿਸੇ ਨੂੰ ਕਿਉਂ ਨਾ ਕੁੱਟਾਂ? ਇਹ ਕੀ ਗੱਲ ਬਣੀ? ਉਹ ਮਸ਼ੂਕ ਤਾਂ ਰਹਿਣਾ ਹੀ ਨਹੀਂ ਉਹਨੇ, ਪਰਸੋਂ ਨੂੰ ਤਾਂ ਉਹਦਾ ਵਿਆਹ, ਉਹਨੇ ਘਰ ਵਾਲੀ ਬਣ ਜਾਣਾ, ਘਰ ਵਾਲੀ ਥੋੜੋ ਵਧੀਆ ਲੱਗਣੀ ਆ। ਮਤਲਬ ਇਹ ਉਹ ਗੱਲ ਬਣਨੀ ਆ ਕਿ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ, ਰਿੱਛ ਉਹਨੇ ਬਣਨਾ, ਉਹ ਤੂੰ ਤਾਂ ਬਾਂਦਰੀ ਆ ਬਾਈ। ਉਸਤਾਦ ਕੁੱਟ ਪਾਏਗਾ ਯਾਰ, ਜਿਵੇਂ ਮੈਮਰੀ ਕਾਰਡ ਚ ਗਾਣੇ ਨੀ ਫਿੱਟ ਹੁੰਦੇ, ਗੱਲ ਤੇਰੀ ਇਉਂ ਫਿੱਟ ਹੋ ਗਈ ਦਿਮਾਗ। ਬਸ ਗੱਲ ਖਤਮ ਹੈ, ਤੂੰ ਚੱਲੋ ਮੇਰਾ ਵੀਰ। ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ ਜੀ, ਥੈਂਕ ਯੂ। ਚੱਲੀਏ, ਛੱਡਦੇ ਮੈਂ ਇੱਥੇ। ਮੇਰੀਆਂ ਸੱਤ ਲਾ ਲਈ ਹੈ। ਉਹ ਪਤਾ ਕਿਵੇਂ ਆ ਫਾਦਰ ਸਾਹਿਬ? ਉਹ ਚੱਲੀ ਜਾਂਦੀ ਫੁਲਕਾ ਫਾਈਟਿੰਗ ਭਰਾਵਾ। ਕਿਵੇਂ ਆ ਮਾਤਾ, ਤਗੜੀ ਹੈ? ਹਾਂ ਵੇ ਪੁੱਤ, ਐ ਨਾ ਕਰ, ਵਿਆਹ ਬਗੈਰ ਕਿੱਥੇ ਸਰਦਾ? ਨਾਲੇ ਮੇਰਾ ਢੋਲ ਕਦੋਂ ਕੁ ਤੱਕ ਇੰਜ ਆਪਣੇ ਹੱਥ ਸਾੜਦਾ ਰਹੂ? ਉਹ ਤੁਸੀਂ ਪਿੱਛੇ ਹੀ ਪੈ ਗਏ ਆ ਮੇਰੇ, ਤੁਸੀਂ ਦੋਨੇ ਜਾਣੇ ਮੈਨੂੰ ਜਪਾਨੀ ਨਾ ਰਹਿਣ ਦਿਓ। ਉਹ ਮਾਤਾ ਐ ਕਿਉਂ ਨੀ ਸਰਦਾ ਯਾਰ, ਤੂੰ ਮੈਨੂੰ ਇੱਕ ਗੱਲ ਦੱਸ, ਤੂੰ ਇੱਕ ਦਿਨ ਵੀ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਜੀ ਕੇ ਦੇਖੀ ਹੈ? ਹੈ, ਤੈਨੂੰ ਨੀ ਲੱਗਦਾ ਤੂੰ ਢੋਲ ਦੇ ਹਿਸਾਬ ਨਾਲ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ? ਉਹ ਵਿਆਹ ਤੋਂ ਬਾਅਦ ਤੈਨੂੰ ਆਪ ਪਤਾ ਕਿੰਨਾ ਸਹਿਣਾ ਪੈਂਦਾ। ਸਹਿ ਲੂੰਗੀ ਮੈਂ। ਪੱਕੀ ਗੱਲ? ਪੱਕੀ। ਚੱਲ ਫੇਰ ਹੋ ਜਾ ਤਗੜੀ, ਤੂੰ ਸੋਚ ਮੈਂ ਸਵੇਰੇ ਹੀ ਵਿਆਹ ਲਿਆ। ਤਗੜੇ ਹੋ ਜਾਓ ਦੋਨੇ ਜਾਣੇ ਹੁਣ। You such a loving girl, I love it, I love it. ਪੁੱਤਵੇ ਅੱਜ ਨਾ ਡਾਕਟਰ ਕੋਲ ਬਾਂਹ ਦਿਖਾਉਣ ਜਾਣਾ। ਨਾ ਨਾ ਮਾਤਾ, ਇਹ ਕਹਿੰਦੀ ਮੈਨੂੰ ਪਾਰਲਰ ਲੈ ਕੇ ਜਾ, ਮੈਂ ਹੱਡੀਆਂ ਕਚਾਉਣੀਆਂ, ਇਹ ਤਾਂ ਰੁੱਸ ਜੂ। ਹੈ, ਉਹ ਝਾਕਦੀ ਕੀ ਹੈ? ਨੋ ਹੈ ਤੇਰੀ ਕਾਇਲੀ, ਕਾਇਲੀ ਕੁੜੀ ਮੱਥਾ ਤਾਂ ਟੇਕਦੇ ਮਾਤਾ ਨੂੰ। ਹੈ ਕੀ? ਇਹ ਨੀ ਟੇਕਦੀ, ਥੋੜੀ ਜਿਹੀ ਅਡਵਾਂਸ ਹੈ, ਕਹਿੰਦੀ ਮਾਂ ਹੋ ਗਈ ਤੇਰੀ, ਮਾਇਆ ਬੁੜੀ ਤੋਂ ਧਾਰਾ ਲੈਣੀ, ਉਹ ਮੈਂ ਨੀ ਟੇਕਦੀ। ਚੱਲ ਚੰਗਾ ਸੀ, ਫਿਲਮ ਵੀ ਦੇਖ ਕੇ ਆਉਣੀ ਆ ਬਾਅਦ ਚ, ਲੇਟ ਹੋ ਜਾਣਾ। ਓਕੇ ਬਾਈ। ਆਈ ਲਵ ਯੂ। ਰੋਟੀਆਂ ਲਾ ਦੇ, ਤੇਰਾ ਪਿਓ ਕਹਿੰਦਾ ਅੱਜ ਤੇਰੀ ਵਾਰੀ ਆ। ਨਾ ਨਾ, ਅਸੀਂ ਤਾਂ ਸਿਨੇਮੇ ਗਏ ਸੀ, ਤੂੰ ਖਾਇਆ ਪੀਜ਼ਾ ਦੋਨੋਂ ਜਾਣੇ? ਕਾਇਲੀ ਕਹਿੰਦੀ ਜਿਹਨੂੰ ਲੋੜ ਆਪੇ ਪਕਾਵੇ, ਬਾਲੀ ਫਨੀ ਆ। ਓਕੇ, ਗੁੱਡ ਨਾਈਟ। ਵੇ ਚੜਤੇ, ਵੇ ਬੂਆ ਖੋਲ। ਕੀ ਆ? ਓ, ਤੇਰਾ ਪਿਓ ਕਹਿੰਦਾ ਇੱਕ ਦਿਨ ਤੇ ਤੂੰ ਲਾ ਦੇ ਰੋਟੀਆਂ। ਬੇਬੇ ਕਹਿੰਦੀ ਸੰਦ ਨਹੀਂ ਆਉਂਦੀ ਬੁੜੀ ਨੂੰ, ਜਵਾਨ ਨੂੰ ਪੌਦਾ ਦਰਵਾਜ਼ਾ ਪੈਟਦੀ ਨੂੰ। ਨਿਊਲੀ ਮੈਰਿਡ ਕਪਲ ਆ ਅਸੀਂ, 100 ਗੱਲਾਂ ਹੁੰਦੀਆਂ ਸਾਡੀਆਂ। ਕੀ ਕਹਿੰਦੀ ਆ? ਬੇਬੇ ਕਾਇਲੀ ਕਹਿੰਦੀ ਤੂੰ ਸਾਡੇ ਸਵੀਟ ਮੂਮੈਂਟਸ ਦੇ ਵਿੱਚ ਜਾਣ ਕੇ ਜ਼ਹਿਰ ਘੋਲ ਰਹੀ ਆ, ਆਪ ਹੁਣ ਤੱਕ ਬੁੜੇ ਦੇ ਮੂੰਹ 'ਚ ਬੁਰਕੀਆਂ ਪਾਉਣੀ ਆ। ਇਹ ਹੈਲੋ ਕਾਇਲੀ, ਬੁੜਾ ਨਹੀਂ ਕਹਿਣਾ, ਮੇਰੇ ਫਾਦਰ ਸਾਹਿਬ ਨੇ ਸਾਹਿਬ ਕਹਿ ਕੇ ਬੁਲਾਉਣਾ। ਕਹਿੰਦੀ ਸਾਹਿਬ ਹੋਊਗਾ ਤੇਰਾ, ਮੈਂ ਬੁੜੇ ਤੋਂ ਸੇਵੀਆਂ ਵਟਾਉਣੀਆਂ। ਓਕੇ, ਡੋਨਟ ਡਿਸਟਰਬ ਅਸ। ਓਕੇ ਬਾਏ, ਟਾਟਾ। ਗੋਡੇ ਗੋਡੇ ਚਾ ਮੁੰਡੇ ਦੀ ਦਾਦੀ ਨੂੰ, ਗੋਡੇ ਗੋਡੇ ਚਾ ਮੁੰਡੇ ਦੀ ਦਾਦੀ ਨੂੰ। ਮਾਤਾ ਪੋਤਾ ਹੋਇਆ ਤੇਰੇ, ਵਧਾਈਆਂ। ਮੇਰਾ ਸ਼ੇਰ ਬੱਗਾ, ਕਾਇਲੀ ਕਹਿੰਦੀ ਬੁੜੀ ਨੂੰ ਬਹੁਤ ਅੱਗ ਲੱਗੀ ਸੀ ਪੋਤੇ ਦੀ, ਹੁਣ ਸ਼ੇਰ ਬੱਗਾ ਵੀ ਦਾਦੀ ਨੂੰ ਸਾਂਭੇ। ਅਹੇ ਕੀ ਕਰਦਾ ਤੇਰੇ ਵਾਂਗੂ, ਹਟ ਜਾ। ਆ ਲੈ ਪਰੇ ਕਰ, ਉਧਰ ਆ। ਨਾ ਨਾ ਮਾਤਾ, ਉਹ ਨਿਆਣਾ ਆ, ਗਿਰ ਜੂਗਾ, ਦੇ ਦਾਦੀ ਨੂੰ ਪਿਆਰ। ਅਹੇ ਮੇਰੇ ਸਾਰੇ ਲੀੜੇ ਪਿਓਤੇ ਨਾ ਕਰ। ਮਾਤਾ, ਕਾਇਲੀ ਕਹਿੰਦੀ ਬੁੜੀ ਦੇ ਕਾਂਟੇ ਮੈਨੂੰ ਦਵਾ। ਮਾਤਾ, ਕਾਇਲੀ ਕਹਿੰਦੀ ਬੁੜੀ ਨੂੰ ਅੱਡ ਕਰ, ਜਾਂ ਤਾਂ ਤੇਰੀ ਮਾਂ ਰਹੂ ਤੇ ਜਾਂ ਮੈਂ ਰਹੂ। ਮਾਤਾ, ਸ਼ੇਰ ਬੱਗਾ ਕਹਿੰਦਾ ਵੀਰ ਚਾਹੀਦਾ, ਬਣਾ ਦਿਆਂ ਜੋੜੀ। ਮਾਤਾ, ਕਾਇਲੀ ਕਹਿੰਦੀ ਬੁੜਾ ਬੁੜੀ ਤੇ ਦਾਜ ਦਾ ਪਰਚਾ ਦੇਣਾ, ਕਹਿੰਦੀ ਮੈਂ ਪੁੜੇ ਕਟਾਉਣੇ ਲੈ ਦੱਸ। ਮਾਤਾ, ਕਾਇਲੀ ਕਹਿੰਦੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਲੇ। ਮਾਤਾ, ਆ ਕਾਇਲੀ ਕਹਿੰਦੀ ਇੰਨਾ ਤਾਂ ਕੋਈ ਨਵਾਂ ਵਿਆਹ ਜੋੜਾ ਲੱਛਣ ਨਹੀਂ ਕਰਦਾ ਜਿੰਨੀ ਬੁੜਾ ਬੁੜੀ ਨੇ ਹੱਥ ਚੱਕੀ ਆ।
ਦੇਖ ਲਾ ਮਾਤਾ, ਆ ਹਾਲ ਹੋਣਾ ਈ। ਜਿੱਦਾਂ ਸਾਹਿਬ ਨੇ ਮਾਂ ਤੋਂ ਪੁੱਤ ਦੂਰ ਕਰਤਾ, ਇਵੇਂ ਹੀ ਹੁਣੇ ਪੁੱਤ ਤੋਂ ਮਾਂ ਦੂਰ ਕਰੂ। ਸੋਚ ਲੈ ਇੱਕ ਵਾਰ। ਓਹੋ, ਆ ਮੇਰਾ ਸ਼ੇਰ ਬੱਗਾ ਥੱਲੇ ਕਿਨੇ ਰੱਖਤਾ, ਇਹਨੂੰ ਤਾਂ ਗੋਦੀ ਚੱਕ। ਵਧਾਈਆਂ ਮਾਤਾ, ਤੂੰ ਵੀ ਜਪਾਨੀ ਹੋ ਗਈ। ਗੁੱਡੋ, ਤੂੰ ਇਸ ਕਪੂਤ ਦੀਆਂ ਗੱਲਾਂ ਚ ਆ ਗਈ। ਠੀਕ ਕਹਿੰਦਾ ਜਵਾਕ, ਮੈਂ ਤਾਂ ਕਦੇ ਨਾ ਵਿਆਹਾਂ ਮੇਰਾ ਪੁੱਤ। ਮੈਂ ਤਾਂ ਕਦੇ ਨਾ ਵਿਆਹਾਂ ਜਵਾਕ, ਤੇ ਮੈਂ ਗੋਲਾ ਲੱਗਿਆ ਹੋਇਆ ਤੜਕੇ ਲਾਉਣ ਨੂੰ। ਖਾਓ ਢਾਬੇ ਤੋਂ, ਫਿਰ ਮੈਨੂੰ ਕੀ। ਲੈ, ਇਹ ਕਾਇਲੀ ਤੋਂ ਘੱਟ ਹੈ। ਆਪਦੀ ਜੁੜੀ ਨੀ, ਲੂੰਬੜ ਗਿਆ ਨੇ ਮੇਰੀ ਵੀ ਖੋਲੀ। ਆ ਕਰਮਾਤੀ। ਓ ਨਹੀਂ ਫੋਨ ਦਾ ਫਿਕਰ ਸਾਨੂੰ, ਨਹੀਂ ਨੈਟ ਪੈਕ ਦਾ। ਓ ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟੈਗ ਦਾ। ਨਹੀਂ ਫੋਨ ਦਾ ਫਿਕਰ ਸਾਨੂੰ, ਨਹੀਂ ਨੈਟ ਪੈਕ ਦਾ। ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟੈਗ ਦਾ। ਓ ਪਹਿਲਾਂ ਸੂਰਜ ਚੜਾ ਕੇ ਪਿੱਛੋਂ ਉੱਠਦਾ ਨਾ, ਹੱਥਾਂ ਚ ਗੁਲਾਬ ਫੜੇ ਨੇ। ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਬਾਬੇ ਵੱਲੋਂ ਸਾਰਿਆਂ ਤੇ ਫੁੱਲ ਕਿਰਪਾ, ਓ ਜਿੰਨੇ ਵੀਰ ਛੜੇ ਨੇ। ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਜਿੰਨੇ ਵੀਰ ਛੜੇ ਨੇ, ਓ ਜਿੰਨੇ ਵੀਰ ਛੜੇ ਨੇ। ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਬਾਬੇ ਵੱਲੋਂ ਸਾਰਿਆਂ ਤੇ ਫੁੱਲ ਕਿਰਪਾ, ਓ ਜਿੰਨੇ ਵੀਰ ਛੜੇ ਨੇ। ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਜਿੰਨੇ ਵੀਰ ਛੜੇ ਨੇ, ਓ ਮੈਂ ਕਿਹਾ ਵੀਰ ਛੜੇ ਨੇ। ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਬਾਬੇ ਵੱਲੋਂ ਸਾਰਿਆਂ ਤੇ ਫੁੱਲ ਕਿਰਪਾ, ਓ ਜਿੰਨੇ ਵੀਰ ਛੜੇ ਨੇ। ਓ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ, ਜੀ ਨਜ਼ਾਰੇ ਬੜੇ ਨੇ। ਓ ਜਿੰਨੇ ਵੀਰ ਛੜੇ ਨੇ, ਓ ਜਿੰਨੇ ਵੀਰ ਛੜੇ ਨੇ। ਮੈਂ ਕਿਹਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਖਰਚਾ ਕਿੱਦਾਂ ਕਰਨਾ? ਉਹ ਖਰਚੇ ਦੀ ਕੋਈ ਚਿੰਤਾ ਨੀ, ਕੰਮ ਵਧੀਆ ਆਉਣਾ ਚਾਹੀਦਾ ਬਸ। ਲੈ ਬਸ ਠੀਕ ਹੈ ਫਿਰ, ਇਹ ਵਨ ਕੰਮ ਹੈ, ਜਿਹੜਾ ਤੈਨੂੰ ਪਸੰਦ ਹੈ ਉਹੀ ਕਰ ਦਿਆਂਗੇ। ਅੱਛਾ। ਆ ਇੱਕ ਹੋਰ ਹੈ, ਪਰ ਇਹ ਥੋੜਾ ਜਿਹਾ ਮਹਿੰਗਾ ਸਪੈਸ਼ਲ ਹੈ, ਇਹ ਕੀਤੇ ਨਹੀਂ ਹਾਲ ਤੱਕ ਕਿਸੇ ਦਾ ਇੱਦਾਂ ਦਾ। ਆ ਬਣੀ ਨਾ ਗੱਲ, ਫਿਰ ਆਹੀ ਕਰਾਂਗੇ ਆਪਾਂ। ਫਿਰ ਮੈਂ ਵੀ ਤਾਂ ਵਿਲੱਖਣੀ ਹੈ, ਮੇਰੀਆਂ ਅੱਖਾਂ 'ਚ ਦੇਖ ਫਿਰ, ਐ ਨਾ ਟਾਈਗਰ ਵਰਗੀਆਂ। ਮੈਂ ਕਿਹਾ ਤੂੰ ਫਿਕਰ ਹੀ ਨਾ ਕਰ, ਬਸ ਪੇਮੈਂਟ ਦੀ। ਪੇਮੈਂਟ ਦੀ ਕੋਈ ਚਿੰਤਾ ਨੀ ਯਾਰ,
ਫਿਕਰ ਨਾ ਕਰ ਬਾਠੀ ਭਰਾ ਯਾਰ ਤੂੰ ਆਪਣਾ ਤੈਨੂੰ ਪੈਸੇ ਠੀਕ ਠਾਕ ਹੀ ਦੇਵਾਂਗੇ ਭਰਾ ਤੂੰ ਥੋੜੀ ਯਾਰ ਪੈਸੇ ਕਮਾਏਗਾ ਹੁਣ ਤੂੰ ਲੈ ਦੱਸ ਸਾਰੀ ਉਮਰ ਵਰਤਣਾ ਪਾ ਹੈ ਹੈਲੋ ਟੁੱਟ ਜੂ ਬਾਈ ਸੁਣਾਉਂਦਾ ਇੰਨੇ ਪੈਸੇ ਮੰਗਦੀ ਹੈ ਯਾਰ ਉਹ ਮੈਨੂੰ ਜਾਣਦੀ ਨੀ ਯਾਰ ਉਹ ਮੋਹਾਲੀ ਰਹਿੰਦੀ ਹੈ ਮੈਂ ਵੀ 3B ਟੂਰਿਆ 2 ਮਹੀਨੇ ਯਾਰ ਹੋਏ ਤਾਂ ਇੱਕੋ ਪਿੰਡ ਮੋਹਾਲੀ ਦੇ ਨਾ ਇੱਕੋ ਪਿੰਡ ਦੇ ਭੈਣ ਭਰਾ ਹੋਏ ਹੁਣ ਭਰਾ ਤੋਂ ਪੈਸੇ ਕਮਾਊਗੀ ਹਾਂ ਯਾਰ ਰੱਖੜੀ ਦੇ 20-30 ਵੱਧ ਦੇ ਦਾਂਗੇ ਗੈਟ ਟੂਗੈਦਰ ਹੋ ਗਿਆ ਉਹ ਹੈਲੋ ਆ ਕਿਵੇਂ ਆ ਬਿਨਾਂ ਸਾਈਕਲ ਵਾਲੀ ਮੱਛੀ ਕੀ ਹਾਲ ਹੈ ਮੱਥਾ ਟੇਕਦੇ ਬਜ਼ੁਰਗੋ ਉਹ ਸੱਚ ਤੂੰ ਮੈਨੂੰ ਉਸ ਤੋਂ ਬਾਅਦ ਕੋਈ ਵਿਆਹ ਹੀ ਨਹੀਂ ਦਵਾਇਆ ਹੈ ਚੱਲ ਕੋਈ ਨੀ ਵੈਸੇ ਮੈਂ ਇਕੱਲਾ ਹੀ 22-23 ਵਿਆਹ ਭੜਕਾ ਦਿੰਦਾ ਮਹੀਨੇ ਦੇ ਉਹ ਮੈਂ ਇੱਥੇ ਆਇਆ ਸੀ ਆਹ 2-4 ਰਸਮਾਂ ਦੀਆਂ ਫੋਟੋਆਂ ਜਿਹੀਆਂ ਖਿੱਚਣੀਆਂ ਸੀ ਉਹਦੇ ਨਾਲ ਤੈਨੂੰ ਪਤਾ ਫਿਰ ਐਲਬਮ ਵਧੀਆ ਬਣ ਜਾਂਦੀ ਆ ਤੂੰ ਸੁਣਾ ਇਸ ਵਿਆਹ 'ਚ ਗਲਾ ਪਵਾ ਰਹੀ ਹੈ ਕਿ ਬੰਦੇ 'ਤੇ ਤੁਰੀ ਫਿਰਦੀ ਯਾਦ ਹੀ ਉਹ ਵਿਆਹ ਵਾਲੀ ਕੁੜੀ ਨਹੀਂ ਲੱਭ ਰਹੀ ਤੇਰਾ ਵਿਆਹ ਆ ਹੈ ਉਹ ਤੂੰ ਪਾਗਲ ਹੋ ਗਈ ਆ ਸੌਖਾ ਮੈਨੂੰ ਇੰਨਾ ਸੋਹਣਾ ਗਿਆਨ ਦੇ ਕੇ ਆਪ ਇਸ ਚੱਕਰ ਚ ਫਸਣ ਲੱਗੀ ਆ ਉਹ ਤੈਨੂੰ ਕਿਹਨੇ ਪੈਰਾਂ ਤੋਂ ਕੱਢਤਾ ਹੈਲੋ ਬੇਟਾ ਹੈਲੋ ਹੈਲੋ ਹੈ ਤੁਸੀਂ ਕਲਿੱਕ ਕਰੋਗੇ ਹਾਂ ਮੈਂ ਕਰੂੰਗਾ ਜੀ ਕੀ ਹੋਇਆ ਤੈਨੂੰ ਗੁੱਡ ਗੁੱਡ ਵਧੀਆ ਜਿਹਾ ਕਰਨਾ ਹਾਂਜੀ ਹਾਂਜੀ ਐਕਚੁਅਲੀ ਟੋਕਰਾ ਪਰ ਪਰ ਕੇ ਕਰਨ ਦੀ ਲੋੜ ਨਹੀਂ ਹੈ ਪਿੰਡਾਂ ਵਾਲਿਆਂ ਵਾਂਗੂ ਆਈ ਡੋਂਟ ਲਾਈਕ ਦੈਟ ਬੇਟਾ ਇੱਦਾਂ ਸਰਵ ਕਰੋ ਕੁਛ ਓ ਮਾਈ ਪ੍ਰੀਸ਼ੀਅਸ ਡਾਇਮੰਡ ਲੁਕਿੰਗ ਸੋ ਸਵੀਟ ਤੁਸੀਂ ਪੰਮੀ ਆਂਟੀ ਨੂੰ ਮਿਲੇ ਮੰਮੀ ਓ ਬੇਟਾ ਉਹ ਕਦੋਂ ਦੇ ਤੁਹਾਨੂੰ ਲੱਭ ਰਹੇ ਨੇ ਚਲੋ ਆਓ ਆਓ ਮੈਂ ਮਿਲਾਵਾਂ ਆਓ ਕੰਮ 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 ਯਾਰੋ ਵਿਆਹ ਕਰ ਉਸਤਾਦ ਆ ਛੱਲੀਆਂ ਤੇ ਨਿੰਬੂ ਨਿਚੋੜੀ ਫਿਰਦੇ ਆ ਵੱਡੇ ਸਟੈਂਡਰਡ ਵਾਲੇ ਜੀ ਪੋਟੈਟੋ ਵੈਜਿਸ ਆਲੂ ਉਹ ਇਹਨਾਂ ਨੂੰ ਤਾਂ ਗੌਰਮੈਂਟ ਨਹੀਂ ਪੁੱਛਦੀ ਕੁੱਕੜ ਕਾਕੜ ਹੈ ਨਹੀਂ ਜੀ ਮੈਡਮ ਸਾਡੇ ਹੌਲੇ ਦਿਲ ਦੇ ਨੇ ਜੀਵ ਹੱਤਿਆ ਦੇ ਬਿਲਕੁਲ ਖਿਲਾਫ ਨੇ ਦਾਰੂ ਕਿੱਥੇ ਲੱਗੀ ਗੇਟ ਤੇ ਲੱਗੀ ਹੈ ਆ ਜਾ ਚਲੋ ਜੀ ਸਮਾਈਲ ਪਰਾਂ ਹੋ ਨਾ ਮੁੱਕਾ ਮਾਰਦਾ ਹੈ ਨਾ ਲੱਤ ਮਾਰਦਾ ਰੱਬ ਜਦੋਂ ਵੀ ਮਾਰਦਾ ਬੰਦੇ ਦੀ ਭਾਈ ਮੱਤ ਮਾਰਦਾ ਤੇ ਆਪ ਜੀ ਦੀ ਮੱਤ ਵੱਜ ਗਈ ਹੈ ਨਾ ਹੁਣ ਮਛਲੀ ਨੂੰ ਸਾਈਕਲ ਚਲਾਉਣਾ ਆ ਗਿਆ ਹੈ ਮੈਂ ਕੱਲੀ ਹਾਂ ਸੋ ਮੰਮੀ ਪਾਪਾ ਕਰਕੇ ਵਿਆਹ ਨਹੀਂ ਕਰਾ ਰਹੀ ਸੀ ਪਰ ਹੁਣ ਉਹਨਾਂ ਨੇ ਕਰਜ਼ਾ ਵਾਈ ਲੱਭ ਲਿਆ ਮੰਮੀ ਪਾਪਾ ਤੋਂ ਵੱਧ ਕੇ ਕੀ ਹੁੰਦਾ ਹਨਾ ਹਾਂ ਬੱਲੇ ਨੀ ਤੇਰੇ ਮੰਮੀ ਪਾਪਾ ਦੇ ਮੈਂ ਤੇਰੇ ਪਿੱਛੇ ਆਪਣਾ ਸਾਹਬ ਤੜਕੇ ਲਾਉਣ ਲਾ ਲਿਆ ਨਾ ਥਾਰ ਦੀ ਟੈਸਟ ਡਰਾਈਵ ਲੈ ਕੇ ਕੋਈ ਘੜੋਕਾ ਖਰੀਦਦਾ ਦੇਖਿਆ ਬੰਦਾ ਹੈ ਉਹ ਤੂੰ ਮੁੰਡਾ ਦੇਖਿਆ ਵੀ ਹੈ ਕਿਹੋ ਜਿਹਾ ਨਾ ਮੂੰਹ ਨਾ ਮੱਥਾ ਉਹਦਾ ਉਹ ਹੋ ਰਹੀ ਆ ਚਮਚੜਕ ਜੀ ਉਹ ਸ਼ਕਲ ਹੀ ਨਹੀਂ ਸਭ ਕੁਛ ਹੁੰਦੀ ਐਟਲੀਸਟ ਤੇਰੇ ਵਰਗਾ ਪਾਪੀ ਨਹੀਂ ਜੋ ਗੱਲ ਗੱਲ ਤੇ ਵਾਈਫ ਨੂੰ ਕੁੱਟਣ ਨੂੰ ਤਿਆਰ ਆ ਓਏ ਪਾਪ ਥੋੜੇ ਦਾ ਪੁੰਨ ਹੈ ਪਿੰਡਾਂ 'ਚ ਸੱਸਾਂ ਮਸਾਂ ਹੀ 10 ਦਿਨ ਪੇਕੇ ਘੱਲਦੀਆਂ ਅਖੇ ਆ ਜਾਤੀ ਏ ਤੇਰੇ ਬਿਨਾਂ ਸ਼ਟਡਾਊਨ ਕਿੱਥੇ ਚੜਦਾ ਤੇ ਜਿਨ੍ਹਾਂ ਦੇ ਘਰ ਵਾਲੇ ਸਰਵਿਸ ਕਰਦੇ ਆ ਨਾ ਉਹ ਮੌੜ ਨਾਲ ਰੁਸ ਕੇ ਬੈਠੇ ਰਹਿੰਦੀਆਂ 2-2 ਮਹੀਨੇ ਪੇਕੇ ਤੇ ਹੋਇਆ ਨਾ ਫਾਇਦੇ ਵਾਲਾ ਸੌਦਾ ਫਿਰ 4-5 ਦਿਨ ਪੰਚਾਇਤ ਚੱਲਣੀ ਹੁੰਦੀ ਹੈ ਉਹ ਮਨੋਰੰਜਨ ਅੱਡ ਚੱਲਦਾ ਉਹ ਪਿੰਡਾਂ ਵਾਲਿਆਂ ਦੀ ਕਿਸਮਤ 'ਚ ਕਿੱਥੇ ਆਸ਼ੇ ਮਿਲੇ ਤੇਰਾ ਕੁਛ ਨਹੀਂ ਹੋ ਸਕਦਾ ਤੇ ਮੈਂ ਕਰਾਉਣਾ ਵੀ ਨਹੀਂ ਤੇ ਤੂੰ ਵੀ ਟਲ ਜਾ ਮੇਰੀ ਲਾਈਫ ਆ ਮੈਂ ਜੋ ਮਰਜ਼ੀ ਕਰਾਂ ਤੈਨੂੰ ਕੀ ਨਹੀਂ ਯਾਰ ਮੇਰਾ ਨਹੀਂ ਮਨ ਮੰਨ ਰਿਹਾ ਬਸ ਕਿਉਂ ਹੈਲੋ ਸਰ ਸਰ ਮੈਂ ਫਰੈਂਡ ਆ ਜੀ ਉਹਦਾ ਮੈਂ ਤੁਹਾਨੂੰ ਦੱਸਦਾ ਮੇਰੇ ਬਾਰੇ ਜੀ ਹਾਂਜੀ ਮੈਂ ਤੈਨੂੰ ਦੱਸਦਾ ਮੈਂ ਕੌਣ ਆ ਹਾਂਜੀ ਸਰ SP ਮੋਹਾਲੀ ਕਾਬਲ ਸਿੰਘ ਜੀ ਸਰ ਤੇ ਮਾਮਾ ਮੈਂ ਵੰਜਲੀ ਦਾ ਹਾਂਜੀ ਸਰ ਮਸਾਂ ਕੁੜੀ ਮੰਨੀ ਆ ਵਿਆਹ ਲਈ ਹਾਂਜੀ ਜੀ
ਤੁਸੀਂ ਐਵੇਂ ਆਪਣੀ ਕਾਉਂਸਲਿੰਗ ਨਾ ਕਰੋ। ਹਾਂ ਠੀਕ ਹੈ ਜੀ। ਆਪਣਾ ਕੰਮ ਕਰੋ ਨਾਈਸਲੀ। ਹਾਂ ਠੀਕ ਹੈ ਜੀ। ਉਹ ਯਾਰ ਉਸਤਾਦ ਕੁੱਟਣਗੇ, ਇਹਨਾਂ ਦੇ ਤੋੜੇ ਹੋਏ ਤਾਂ ਐਕਸਰੇ 'ਚ ਵੀ ਨਹੀਂ ਆਉਂਦੇ। ਫੋਟੋ ਆਈ ਹੈ, ਕੀ ਬਾਤ ਹੈ ਯਾਰ। ਹਾਂ ਹੈ ਉਹ ਮੁੰਡਾ ਕਹਿ ਰਿਹਾ ਸੀ ਬਾਈ ਤੂੰ ਘਰ ਜਵਾਈ ਬਣ ਰਿਹਾ, ਮੇਰੇ ਗੱਲ ਨਹੀਂ ਪੱਲੇ ਪਈ। ਫਿਰ ਟੋਲੀ ਵਾਲੀ ਕਾਰ ਚ ਬਹਿ ਕੇ ਵੀ ਤੂੰ ਜਾਏਗਾ? ਆਹ ਗੱਲ ਤਾਂ ਯਾਰ ਮੈਂ ਕਦੇ ਸੋਚੀ ਨਹੀਂ, ਮਤਲਬ ਜਦੋਂ ਡੋਲੀ ਵਾਲੀ ਕਾਰ ਤੁਰੀ ਮੈਨੂੰ ਵੀ ਵੈਣ ਪਾਉਣੇ ਪੈਣਗੇ। ਫਿਰ ਇਹੀ ਕੁਛ ਲੱਗਦਾ ਬਾਬਲ ਵਿਦਾ ਕਰੇਂ ਦੇ ਆਵੇ ਮੈਨੂੰ ਰੱਖ ਲੈ ਇੱਕ ਦਿਨ ਹੋ ਓ ਮੇਰਿਆ ਬਾਬਲਾ, ਓ ਮੇਰਿਆ ਬਾਬਲਾ ਬਾਬਲਾ ਬਾਬਲਾ। ਆਹ ਗੱਲ ਗਲਤ ਆ ਯਾਰ, ਤੂੰ ਹੁਣ ਮੈਨੂੰ ਵਿਦਾ ਕਰੇਗਾ ਹੈ? ਬਾਬਲ ਮੇਰਾ ਟਰੈਕਟਰ ਤੇਰੇ ਘਰ ਰਹਿ ਗਿਆ। ਓ ਬਾਬਲ ਚੁੱਪ ਕਰ, ਕਾਹਨੂੰ ਰੋਈ ਜਾਂਦਾ? ਜ਼ਮੀਨ ਝੋਟੇ ਦੇ ਸਿਰ ਵਰਗੀ ਹੈ, 38 ਕਿੱਲੇ ਤੇ ਕੋਠੀ ਦੇਖੀ ਉਹਨਾਂ ਦੀ, ਉਹ ਮੌਜ ਕਰਾਂਗੇ। ਇੰਨਾ ਡੇਂਗਾ ਤਾਂ ਸਾਡੀਆਂ 5 ਪੀੜੀਆਂ ਨੇ ਇਕੱਠਾ ਕਰਨਾ, ਨਾਲੇ ਹੋਰ 2-4 ਸਾਲਾਂ ਨੂੰ ਉਹ ਮਰ ਮਰਾ ਜਾਣਗੇ। ਨਹੀਂ ਤੇ ਇੱਥੇ ਚੱਕ ਲਿਆਵਾਂਗੇ, ਉਹ ਵਿਆਹ ਤੋਂ ਬਾਅਦ ਤਾਂ ਨਹੀਂ ਨਾ ਮੁਕਰਨ ਲੱਗੇ। ਚੱਲ ਜਿਹੜੀ ਗੱਲ ਗਲਤ ਆ ਉਹ ਗਲਤ ਹੈ ਨਾ ਯਾਰ, ਤੂੰ ਦੱਸ ਬਾਈ। ਦੇਖ ਬਾਈ ਹੈ ਤਾਂ ਤੇਰੀ ਮਰਜ਼ੀ, ਪਰ ਲਾਲਚ ਆਪਣੀ ਜਗ੍ਹਾ, ਸੈਲਫ ਰਿਸਪੈਕਟ ਆਪਣੀ। ਹੁਣ ਤੂੰ ਮਰਦ ਬੰਦਾ ਹੈ, ਹੁਣ ਸਾਰੀ ਉਮਰ ਤੀਵੀਂ ਦੇ ਥੱਲੇ ਲੱਗਿਆ ਚੰਗਾ ਲੱਗੇਗਾ? ਸਹੀ ਗੱਲ ਹੈ ਯਾਰ, ਜਮਾਂ ਸਮਝ ਚ ਪੈ ਗਈ ਤੇਰੀ ਗੱਲ। ਹਾਂ ਤੂੰ ਮੱਚਦਾ ਮੇਰੇ ਤੋਂ, ਤੂੰ ਨੀ ਚਾਹੁੰਦਾ ਮੇਰਾ ਵਿਆਹ ਹੋ ਜੇ, ਨਾ ਮੈਂ ਤੇਰੀ ਕੋਈ ਗੱਲ ਨੀ ਸੁਣਨੀ, ਤੂੰ 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 ਬਸ ਫੋਟੋਆਂ ਖਿੱਚ ਬਸ ਯਾਰ, ਮੈਂ ਨੀ ਤੇਰੀ ਕੋਈ ਗੱਲ ਸੁਣਨੀ। ਮੇਰੀ ਮਸ਼ੂਕ ਡੋਲੀ ਚ ਬਹਿ ਕੇ ਗਈ ਸੀ ਨਾ, ਹਾਂ ਉਹ ਕੀ ਸਮਝਦੀ ਹੈ, ਉਹਦੇ ਬਿਨਾਂ ਕੋਈ ਹੋਰ ਡੋਲੀ ਚ ਨੀ ਬੈਠ ਸਕਦਾ? ਜੱਟ ਬੈਠ ਕੇ ਜਾਊਗਾ ਡੋਲੀ ਚ ਟਿੱਠ ਫੋਟ ਬਾਬਲਾ ਬਣਾ ਪੈ ਕੇ ਯਾਰ। ਜਲੰਧਰ ਤੈਨੂੰ ਯਾਦ ਆ ਆਪਾਂ ਨਿੱਕੇ ਹੁੰਦੇ ਵੇਰ ਤੋੜਨ ਜਾਇਆ ਕਰਦੇ ਸੀ? ਹਾਂ ਉਸਤਾਦ, ਅਸੀਂ ਜਾਂਦੇ ਹੀ ਕੱਚੇ ਪੱਕੇ ਜੇ ਚੁੱਕ ਕੇ ਨਾ ਜੇਬਾਂ ਭਰ ਲੈਂਦੇ ਹੁੰਦੇ ਸੀ, ਤੇ ਤੂੰ ਇਕੱਲਾ ਹੀ ਲੱਗਿਆ ਰਹਿੰਦਾ ਸੀ ਟੀ ਸੀ ਵਾਲੇ ਵੇਰ ਨੂੰ ਡਲੇ ਮਾਰਨ, ਕਈ ਵਾਰ ਟੁੱਟਦਾ ਵੀ ਨਹੀਂ ਸੀ ਹੁੰਦਾ ਤੇ ਤੂੰ ਖਾਲੀ। ਨਹੀਂ ਨਹੀਂ ਅੱਜ ਤਾਂ ਟੁੱਟ ਗਿਆ ਸੀ ਯਾਰ ਟੀ ਸੀ ਵਾਲਾ ਵੇਰ। ਅੱਛਾ, ਉਹ ਸਾਲਾ ਭੱਜ ਕੇ ਗਲੇ ਜੇ ਜਵਾਕ ਨੇ ਚੱਕ ਕੇ ਜੇਬ ਚ ਪਾ ਲਿਆ। ਛੱਡ ਉਸਤਾਦ, ਤੂੰ ਕੀ ਲੈਣਾ, ਤੂੰ ਕਿਹੜਾ ਵਿਆਹ ਕਰਾਉਣਾ? ਮੇਰਾ ਮਤਲਬ ਤੂੰ ਤੇ ਵਿਆਹ ਕਰਾਉਣਾ ਹੀ ਨਹੀਂ, ਕਿਤੇ ਕੋਈ ਦਿਲ ਚੋਂ ਮੁਹੱਬਤ ਦੀ ਆਵਾਜ਼ ਤਾਂ ਨਹੀਂ ਆਉਂਦੀ? ਨਹੀਂ ਨਹੀਂ ਆਵਾਜ਼ ਵੀ ਤਾਂ ਨਹੀਂ ਕੋਈ ਆਉਂਦੀ। ਪੱਕਾ? ਨਹੀਂ ਨਹੀਂ ਤੂੰ ਚੈੱਕ ਕਰ ਲੈ, ਤੈਨੂੰ ਆਉਂਦੀ? ਨਹੀਂ ਉਸਤਾਦ, ਜਮਾਂ ਓਕੇ ਰਿਪੋਰਟ ਹੈ। ਸੁਣ ਤਾਂ ਨਹੀਂ ਰਹੇ ਤੈਨੂੰ? ਮੈਨੂੰ ਤਾਂ ਨਹੀਂ ਸੁਣ, ਨਹੀਂ ਮੈਨੂੰ ਵੀ ਸੁਣ ਰਹੀ, ਮੈਂ ਵੀ ਠੀਕ ਹਾਂ। ਕਿੱਚ ਫਿਰ ਜੇ ਨਹੀਂ ਢੂੰਡਦੀ, ਆ ਪਾ ਪਾ ਦਵਾਈ ਪਾ ਤੂੰ ਚੱਕ।
ਆਪਾਂ ਤਾਂ ਫੋਟੋਆਂ ਵੇਚਦੇ ਸੀ ਚੜ੍ਹਦਾ ਸਾਹਿਬ, ਅੱਜ ਫੀਲਿੰਗਾਂ ਵੀ ਵੇਚਦੀਆਂ। ਜਲੰਧਰ ਸਾਹਮਣੇ ਨਾ ਸਹੀ, ਹੁਣ ਤਾਂ ਮੰਨ ਲਾ ਪੀੜ ਤਾਂ ਹੁੰਦੀ ਆ ਨਾ। ਜਨਾਬ ਮੱਥਾ ਟੇਕਦੇ ਆ ਬਜ਼ੁਰਗੋ। ਪੀ ਕਲ ਕੇ ਆਇਆ ਹੈ? ਆ ਯਾਰ ਰੋਟੀ ਦੇ ਦੇ, ਹੋਰ ਨਾ ਤੈਨੂੰ ਇਸ ਵੇਲੇ ਮਾਲ ਪੂੜੇ ਪਕਾ ਦਿਆਂ। ਉਹ ਮੈਂ ਕਿਤੇ ਰੋਜ਼ ਦਾਰੂ ਪੀਂਦਾ ਨਾ, ਰੋਜ਼ ਪੀ ਲਿਆ ਕਰ, ਆਹੀ ਤਾਂ ਕਸਰ ਰਹਿੰਦੀ ਆ। ਤੇ ਜਲੰਧਰ ਜੀ ਨੂੰ ਦਿਓ ਮੈਂ ਤੈਨੂੰ ਇਸੜੀ ਕਿਸੇ ਦਿਨ, ਜਿਹੜਾ ਉਸਤਾਦ ਉਸਤਾਦ ਕਰਕੇ ਪਾ ਲੈਂਦਾ ਤੈਨੂੰ। ਨਾ ਮੇਰੀ ਗੱਲ ਸੁਣ, ਉਸਤਾਦ ਨੂੰ ਤੂੰ ਬੜੇ ਜੀਪ ਤੇ ਸੱਪ ਲੜਾਉਂਦਾ ਰਿਹਾ ਹੈ, ਨਾ ਠੇਕ ਤੇ ਬਾਲੀ ਚੜ੍ਹ ਦਿਆ ਤੈਨੂੰ। ਬੰਦਾ ਘਰੇ ਆ ਕੇ ਪੀ ਮਰ ਲੇ, ਕਿਸੇ ਹੋਰ ਦਾ ਵੀ ਚਿੱਤ ਕਰਦਾ ਹੁੰਦਾ। ਉਹ ਮੈਂ ਤਾਂ ਭੁੱਲ ਗਿਆ, ਹੁਣ ਲਿਆ ਵਾ। ਜੀ ਕਰਦਾ ਨਾ ਛੜਿਆ ਕਿ ਸ਼ਾਂਤ ਜੀ ਜ਼ਿੰਦਗੀ ਚ ਕੁਰਬਲ ਕੁਰਬਲ ਹੋਵੇ, ਕਿਸੇ ਨਾ ਕਿਸੇ ਬਹਾਨੇ ਵੰਜਲੀ ਤੇਰੀ ਰੋਜ਼ ਬਦਰੀ ਬਣਾਵੇ। ਹੋਰ ਪਿਆਰ ਸਾਲਾ ਛਿੱਕੂ ਹੁੰਦਾ ਯਾਰ, ਸੱਚੇ ਪਿਆਰ ਦੀ ਇਹੀ ਨਿਸ਼ਾਨੀ ਹੁੰਦੀ ਆ ਬਈ, ਬੰਦੇ ਦਾ ਆਪਣੇ ਆਪ ਬਦਰੀ ਬਣਨ ਨੂੰ ਜੀ ਕਰਦਾ। ਰੋਬ ਤਾਂ ਪਹਿਲੇ ਹੀ ਬਹੁਤ ਸੀ ਤੇਰੇ ਨਾਲ, ਹੋ ਗਿਆ ਬਣ ਗਈ ਤੂੰ ਕਾਈਟ ਹੈ ਮੇਰੀ। ਉਸਤਾਦ ਤੂੰ ਕਿਸੇ ਪਿਓ ਤੋਂ ਨਾ ਕੁੜੀ ਦਾ ਹੱਥ ਨਹੀਂ ਮੰਗਣਾ, ਕਿਸੇ ਬਾਂਦਰ ਤੋਂ ਅਮਰੂਦ ਖੋਣਾ। ਛੜੇ ਬੰਦੇ ਦਾ ਪਿਆਰ ਘੱਟ ਤੇ ਮਜਬੂਰੀ ਵੱਧ ਦਿਸਦੀ ਹੈ, ਇਹਨੂੰ ਤਾਂ ਤੇਰੀ ਕੋਈ ਪਰਵਾਹ ਨਹੀਂ। ਤੇਰੇ ਚਾਹੇ ਅਲਗੋਜੇ ਵੱਜਣ ਚਾਹੇ ਚਿੰਤੇ, ਛੱਡ ਉਸਤਾਦ, ਨਿਕਲੀ ਲਾਟਰੀ ਦੀਆਂ ਟਿਕਟਾਂ ਨਹੀਂ ਖਰੀਦੀਆਂ। ਇਹ ਤਾਂ ਨਹੀਂ ਹੁਣ ਦਿਲ ਚੋਂ ਨਿਕਲਦੀ। ਇਹਨੂੰ ਹੀ ਪੈਰਾਂ ਤੋਂ ਕੱਢਦੇ ਹੋ? ਹੈਲੋ, ਨਹੀਂ ਨਹੀਂ ਮੈਂ ਵਿਆਹ ਨਹੀਂ ਕਰਨਾ ਮਾਤਾ। ਹੈ ਹਾਂ ਤੇ ਬੋਲੀ ਜਾਣ ਪਿੰਡ ਵਾਲੇ। ਉਹ ਮੈਂ ਐਸ਼ ਕਰਨੀ ਹੈ। ਉਹ ਸ਼ੇਰ ਗੁਲਾਮੀ ਥੋੜੋ ਕਰਦੇ ਹੁੰਦੇ ਆ ਮਾਤਾ, ਗੁਲਾਮੀ ਕਰਦੇ ਹੁੰਦੇ ਆ ਕੁੱਤੇ ਬਿੱਲੇ। ਹਾਂ ਨਹੀਂ ਨਹੀਂ ਸਾਰੀ ਉਮਰ ਹੁਣ ਮੈਂ ਘਰ ਵਾਲੀ ਦੇ ਥੱਲੇ ਲੱਗ ਕੇ ਥੋੜੋ ਰਹਿਣਾ। ਅਖੇ ਆਹ ਨੀ ਕਰਨਾ, ਉਹ ਨੀ ਕਰਨਾ, ਬਈ ਕਿਉਂ ਨੀ ਕਰਨਾ? ਹੈ 35 ਕਿੱਲੇ ਸੜਕ ਤੇ ਜ਼ਮੀਨ ਆਉਂਦੀ ਹੈ, ਆ ਤੇ ਵਿਆਹੀ ਜਾਵੇ। ਆ ਤੇ ਕੱਲੀ ਕੱਲੀ ਕੁੜੀ ਹੋਊਗੀ ਆਪਣੇ ਘਰੇ? ਹਾਂ ਬੁਰਕੀ ਦੇਖ ਕੇ ਚੂਹਾ ਕੜਿੱਕੀ ਚ ਫਸਦਾ, ਸ਼ੇਰ ਨੀ। ਓਕੇ ਮਾਤਾ ਬਾਏ। ਹਾਂ ਨਹੀਂ ਗੱਲ ਫਿਨਿਸ਼ ਹੈ। ਗੱਲ ਤਾਂ ਤੇਰੀ ਆਪਣੇ ਵਾਤਾਵਰਨ ਵਾਂਗ ਬਿਲਕੁਲ ਸਾਫ਼ ਹੈ, ਪਰ ਮੈਂ ਤਾਂ ਪਰਾਲੀ ਨੂੰ ਅੱਗ ਲਾ ਬੈਠਾ ਨਾ। ਮੈਂ ਹਿਸਾਬ ਲਾਇਆ ਬੰਦਾ ਤੂੰ ਬਹੁਤ ਸਮਝਦਾਰ ਆ। ਲੈ ਮੈਂ ਘੱਟਾ ਸਮਝਦਾਰ? ਉਹ ਮੈਂ ਤਾਂ ਬੇਵਕੂਫੀ ਬਹੁਤ ਸੀ, ਅਕਲ ਮੈਨੂੰ ਦਿੱਤੀ ਆ ਤੇਰੀ ਹੋਣ ਵਾਲੀ ਘਰ ਵਾਲੀ ਨੇ। ਉਹ ਅਸੀਂ ਐਕਸਪੈਰੀਮੈਂਟ ਕਰਕੇ ਦੇਖੇ, ਇਕੱਠੇ ਹੀ ਅਸੀਂ ਰਹਿੰਦੇ ਰਹੇ ਆ, ਹੋਰ ਘਰ ਵਾਲਾ ਘਰ ਵਾਲੀ ਬਣ ਕੇ। ਉਹ ਨਤੀਜਾ ਇਹ ਨਿਕਲਿਆ ਕਿ ਵਿਆਹ ਚ ਕੱਖ ਨੀ ਰੱਖਿਆ, ਇਹ ਪਤਾ ਨੀ ਕਿਵੇਂ ਪੁੱਠੇ ਪੈਰੀ ਹੋ ਗਈ। ਇਕੱਠੇ ਰਹੇ ਮਤਲਬ? ਨਵੇਂ ਵਿਆਹ ਜੋੜੇ ਵਾਲੇ ਸਾਰੇ ਲੱਛਣ ਕਰ ਚੁੱਕੇ ਹਾਂ ਅਸੀਂ, ਬਹੁਤ ਫਨ ਕੀਤਾ। ਪਰ ਫਨ ਚੋਂ ਨਤੀਜਾ ਇਹ ਨਿਕਲਿਆ ਕਿ ਫਨ ਠੀਕ, ਫਨ ਇਜ਼ ਨਾਟ ਬੈਡ, ਪਰ ਵਿਆਹ ਨਹੀਂ। ਦੇਖ ਬਈ ਮੈਂ ਆ ਮਾਡਰਨ ਮੁੰਡਾ, ਖੁੱਲੇ ਵਿਚਾਰਾਂ ਵਾਲਾ, ਫਿਰ ਕੀ ਹੋਇਆ ਤੁਸੀਂ ਇਕੱਠੇ ਰਹੇ ਹੋ? ਕੋਈ ਗੱਲ ਨੀ, ਹਰ ਬੰਦੇ ਦਾ ਕੋਈ ਭੂਤਕਾਲ ਹੁੰਦਾ ਹੈ, ਮੈਂ ਤੇਰੀ ਕੋਈ ਗੱਲ ਨੀ ਸੁਣੀ ਬਸ। ਹਾਂ ਠੀਕ, ਤੂੰ ਓਪਨ ਮਾਈਂਡਡ ਬੰਦਾ ਹੈ। ਹਾਂ ਠੀਕ ਹੈ ਫਿਰ, ਠੀਕ ਹੈ, ਠੀਕ ਹੈ, ਠੀਕ। ਬਹੁਤ ਪਹੁੰਚੀ ਹੋਈ ਚੀਜ਼ ਹੈ ਉਸਤਾਦ, ਐਵੇਂ ਨੀ ਮੈਂ ਉਸਤਾਦ ਜੀ ਕਹਿੰਦਾ, ਹੋਰ ਜੀਵ ਤੇ ਸੱਪ ਨਹੀਂ ਲੜਾਉਂਦਾ ਰਿਹਾ।
ਇੰਨਾ ਵੀ ਓਪਨ ਮਾਈਂਡਡ ਨਾ ਹੋ ਜੀ ਕਿਤੇ ਵਿਆਹ ਤੋਂ ਬਾਅਦ ਭਰਜਾਈ ਰੋਜ਼ ਹੀ ਫੋਟੋਆਂ ਖਿਚਾਉਣ ਤੁਰੀ ਰਹੇ ਉਹਦੀ ਬਾਪੂ ਪਰੇ ਹੋ ਜਾ ਬਾਬਲਾ ਮੈਨੂੰ ਉੱਥੇ ਨਾ ਤੋਰ ਓਏ ਅੰਮੀ ਮੇਰੀ ਗੱਲ ਕਿਉਂ ਨੀ ਸੁਣਦੀ ਤੂੰ ਮੇਰਾ ਦੁੱਖੜਾ ਕਿਉਂ ਨੀ ਵੰਡਾਉਂਦੀ ਉਹ ਜੰਮ ਦੇ ਗੱਲ ਚ ਗੂਠਾ ਕਿਉਂ ਨੀ ਦੇਤਾ ਓਏ ਉਹ ਚੋਲਾ ਕਿੱਥੇ ਹੈ ਸਾਰੀਆਂ ਬੂੰਦੀ ਬਦਾਨਾ ਜਾ ਖਿਲਾਰ ਦੂ ਮੈਂ ਪਾਜਾ ਇੱਥੋਂ ਬੰਦ ਕਰੋ ਨੀ ਬੁੜਿਓ ਕਿੱਦਾਂ ਤੁਹਾਡੇ ਪਿਓ ਦਾ ਵਿਆਹ ਹੈ ਉਹ ਨਾ ਤੁਹਾਨੂੰ ਮੜਵਾਈ ਕਿੱਦਾਂ ਮੈਂ ਨੀ ਪਾਉਣੇ ਆ ਤਾਂ ਵੈਣ ਪਾਓ ਹਾਈ 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 ਐ ਕਰੋ ਨਹੀਂ ਕਰਨਾ ਤਿੱਤਰ ਹੋ ਜਾਓ ਫਿਰ ਪਾਜਾ ਇੱਥੋਂ ਜਵਾਨ ਹੋਏ ਸੀ ਅਸੀਂ ਤਾਂ ਜ਼ਿੰਦਗੀ ਚ ਕੋਈ ਟ੍ਰਾਇਲ ਨੀ ਕੀਤੇ ਤੈਨੂੰ ਸਾਡੇ ਲਾਡ ਪਿਆਰ ਨੇ ਇੰਨਾ ਵਿਗਾੜਤਾ ਮਾੜਾ ਮੋਟਾ ਸਾਡੀ ਇੱਜ਼ਤ ਦਾ ਤਾਂ ਖਿਆਲ ਕਰ ਲੈਂਦੀ ਉਸਤਾਦ ਜਿੰਨੇ ਦੇ ਤੁਹਾਡੇ ਘਰ 'ਚ ਸਾਰੇ ਭਾਂਡੇ ਆ ਨਾ ਉਨੇ ਦਾ ਇਹਨਾਂ ਦਾ ਇੱਕ ਗਲਾਸ ਹੈ ਤੈਨੂੰ ਕਿਵੇਂ ਦੇ ਦੇਣਗੇ ਇਹ ਕੁੜੀ ਸਰ ਮੈਨੂੰ ਪਤਾ ਹੀ ਨਹੀਂ ਸੀ ਜੀ ਮੈਂ ਤਾਂ ਸਵੇਕੇ ਗੱਲ ਕਰ ਬੈਠਾ ਜੀ ਬੜੀ ਨੌਨਸੈਂਸ ਗੱਲ ਹੈ ਤੈਨੂੰ ਤਾਂ ਗੱਲ ਕਰਨ ਦੇ ਵੇਹ ਦਾ ਵੀ ਨਹੀਂ ਪਤਾ ਦਿਸ ਇਜ਼ ਟੂ ਮੱਚ ਯੂ ਮਸਟ ਫਾਈਲ ਅ ਕੇਸ ਇਹਨੂੰ ਵੀ ਅੰਦਰ ਕਰੋ ਤੇ ਨਾਲੇ ਫਿਰ ਮੁੰਡੇ ਵਾਲਿਆਂ ਤੇ ਵੀ ਕੇਸ ਕਰੋ ਜਿੰਨਾ ਮੇਰਾ ਅੱਜ ਤਾਈਂ ਖਰਚਾ ਹੋਇਆ ਨਾ ਮੈਨੂੰ ਉਹਦੇ ਸਾਰੇ ਦੀ ਡਬਲ ਰਿਟਰਨ ਚਾਹੀਦੀ ਹੈ ਆਲੂ ਛੱਲੀਆਂ ਤੇ ਤਾਂ ਕਾਹਦਾ ਖਰਚਾ ਆਇਆ ਹੁਣ ਪਰ ਇਹ ਤਾਂ ਬਹੁਤ ਨੈਰੋ ਮਾਈਂਡਡ ਸੋਚ ਹੋਈ ਨਾ ਆਂਟੀ ਜੀ ਅਸੀਂ ਇਕੱਠੇ ਰਹਿ ਗਏ ਤਾਂ ਫਿਰ ਕੀ ਗੱਲ ਹੋ ਗਈ ਹਾਏ ਮੈਂ ਮਰ ਜਾ ਪਰ ਤੂੰ ਜਿੱਥੇ ਵੀ ਵਿਆਹ ਦੀ ਗੱਲ ਤੋਰਨੀ ਹੈ ਨਾ ਉਹਨਾਂ ਨੇ ਆਹੀ ਗੱਲ ਚੱਕਣੀ ਹੈ ਇਹਨੂੰ ਹੁਣ ਕਿਸੇ ਨੇ ਨਹੀਂ ਹੱਥ ਪਾਉਣਾ ਆਂਟੀ ਜੀ ਪਰ ਇਹਦਾ ਮਤਲਬ ਇਹ ਥੋੜਾ ਨਾ ਵੀ ਹੁਣ ਤੁਸੀਂ ਮੇਰੇ ਨਾਲ ਵਿਆਹ ਕਰ ਦਿਓਗੇ ਮੈਂ ਤਾਂ ਗਰੀਬ ਆਰਟਿਸਟ ਬੰਦਾ ਜੀ ਨਹੀਂ ਨਹੀਂ ਐਸੀ ਗੱਲ ਨਹੀਂ ਹੈ ਆਰਟਿਸਟ ਬੰਦੇ ਰਾਤੋ ਰਾਤ ਹਿੱਟ ਵੀ ਹੋ ਜਾਂਦੇ ਆ ਪਰ ਫਿਲਹਾਲ ਤੁਹਾਡਾ ਮੇਰਾ ਤਾਂ ਕੋਈ ਮੈਚ ਨਾ ਹੋਇਆ ਐਬਸੋਲੂਟਲੀ ਕਰੈਕਟ ਜੀ ਸਰ ਦੇਖੋ ਬੇਟਾ ਕੇਸ ਤਾਂ ਕਿਸੇ ਮਸਲੇ ਦਾ ਹੱਲ ਨਾ ਹੋਇਆ ਮੈਨੂੰ ਤਾਂ ਇਹ ਮੁੰਡਾ ਠੀਕ ਲੱਗਦਾ ਹੈ ਹਾਂਜੀ ਸਰਦਾਰ ਹੈ ਹਾਂਜੀ ਆਰਟਿਸਟ ਬੰਦਾ ਹੈ ਹਾਂਜੀ ਹੈ ਅੱਜ ਆਪਣੇ ਲੈਵਲ ਦਾ ਨਹੀਂ ਬਟ ਇਹ ਰਾਈਜ਼ ਕਰ ਸਕਦਾ ਥੈਂਕ ਯੂ ਸਰ ਨਾਲੇ ਦੋਨੋਂ ਇੱਕ ਦੂਜੇ ਨੂੰ ਜਾਣਦੇ ਨੇ ਹਾਂਜੀ ਹੀ ਇਜ਼ ਅ ਗੁੱਡ ਆਪਸ਼ਨ ਡੈਡ ਯੂ ਆਰ ਵੈਰੀ ਮੱਚ ਰਾਈਟ ਭੁੱਖਾ ਮਰਦਾ ਜੀ ਮੇਰੇ ਘਰੇ ਚੱਲ ਕੇ ਦੇਖੋ ਉਹ ਸਾਡੇ ਘਰੇ ਪਿੰਡਾਂ ਦੀ ਖੱਖਰ ਲਾਉਣੀ ਆਂਟੀ ਜੀ ਉਹ ਕਹਿੰਦੀ ਹੋਰ ਘਰ ਲੱਭਦੇ ਆ ਇਹ ਥੋੜਾ ਜੀ ਪ੍ਰੀਸ਼ੀਅਸ ਡਾਇਮੰਡ ਆ ਹੁਣ ਇਹਨੂੰ ਫਿਰ ਤੁਸੀਂ ਹੁਣ ਘਰੇ ਹੀ ਸਾਂਭ ਕੇ ਰੱਖੋ ਆਂਟੀ ਜੀ ਇਹਨੂੰ ਨਹੀਂ ਲੈਣਾ ਕਿਸੇ ਨੇ ਮੰਮਾ ਜੇ ਇਹਦੇ ਦਿਲ ਚ ਕੁਛ ਨੀ ਤਾਂ ਕਿਉਂ ਫੋਰਸ ਕਰ ਰਹੇ ਹੋ ਇੱਕ ਮਿੰਟ ਉਹ ਤੂੰ ਟਾਈਟ ਸਲੈਬ ਜ਼ਰੂਰੀ ਖਾਣੀ ਆ ਹੁਣ ਉਹ ਮੈਨੂੰ ਫੋਰਸ ਨਾ ਕਰਨ ਆਪਣੀ ਇੱਜ਼ਤ ਲੀਰੋ ਲੀਰ ਕਰਾ ਲੈਣ ਅਗਲੇ ਉਹ ਇਹਨਾਂ ਕੋਲ ਹੁਣ ਇੱਕੋ ਹੀ ਵਿਕਲਪ ਬਚਿਆ ਜਾਂ ਤਾਂ ਮੇਰੀਆਂ ਗੱਲਾਂ ਚ ਆ ਜਾਣ ਤੇ ਜਾਂ ਫਿਰ ਆਪਣੀ ਇੱਜ਼ਤ ਬਚਾ ਲੈਣ ਸ਼ਟ ਅਪ ਮੇਰੇ ਡੈਡ ਕਦੇ ਗਲਤ ਨਹੀਂ ਕਹਿੰਦੇ ਨਹੀਂ ਨਹੀਂ ਉਹ ਠੀਕ ਨੇ ਪਰ ਮੈਂ ਆਪਣੀ ਆਜ਼ਾਦੀ ਨਹੀਂ ਨਾ ਖੋ ਸਕਦਾ ਜੀ ਤੇਰਾ ਤਾਂ ਪਿਓ ਵੀ ਮੰਨੂਗਾ ਹਾਂ ਉਹਨਾਂ ਨਾਲ ਆਪਾਂ ਗੱਲ ਕਰ ਸਕਦੇ ਯੂ ਨੌਨਸੈਂਸ ਯੂ ਵਾਂਟ ਅ ਸਲੈਬ ਕਾਕੂ ਆ ਥਾਣੇਦਾਰ ਨੂੰ ਕਹਿ ਕੇ ਜਿਪਸੀ ਤਾਂ ਇੱਕ ਮੰਗਾਓ ਦੀਪੇ ਜੇ ਪਿੰਡ ਦਾ ਰਾਹ ਦੱਸਦਾ ਤਾਂ ਠੀਕ ਹੈ ਨਹੀਂ ਥਾਣੇ ਦਾ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਤੂੰ ਇਹਨਾਂ ਨੂੰ ਆਪਣੀ ਚਾਲ ਦੱਸਣੀ ਹੈ ਨਾ ਉਸਤਾਦ ਇਨਕੇ ਪਾਉਂ ਤਲੇ ਸੇ ਜ਼ਮੀਨ ਖਿਸਕ ਜਾਏਗੀ ਮਾੜੀ ਕਿਸਮਤ ਨੂੰ ਮੇਰੇ ਖੁੱਤੀ 'ਚ ਪਏ ਬਾਂਟੇ ਬਾਹਰ ਨਿਕਲ ਆਉਂਦੇ ਆ ਇਹਨਾਂ ਨੂੰ ਦੱਸਾਂਗੇ ਹੁਣ ਆਪਾਂ ਤਿੰਨ ਚਾਰ ਜਵਾਕਾਂ ਬਾਅਦ ਇਹਨਾਂ ਨੂੰ ਸਮਝ ਲੈਣ ਦੇ ਇਹਨਾਂ ਨੇ ਮੱਛੀ ਫਸਾਈ ਹੈ ਇਹਨਾਂ ਨੂੰ ਕੀ ਪਤਾ ਇਹਨਾਂ ਦੀ ਕੁੰਡੀ ਮਗਰ ਮੱਛ ਨੂੰ ਪੈ ਗਈ ਮਗਰ ਮੱਛ ਕਿਆ ਸੀ ਮੈਂ ਵਿਆਹ ਨਹੀਂ ਕਰਾਉਣਾ ਜਲੰਧਰ ਪੰਕਜ ਜੀ ਮੈਨੂੰ ਜਲਦੀ ਲੈ ਚਲੋ ਮੈਂ ਵਿਆਹ ਨਹੀਂ ਕਰਾਉਣਾ ਓਏ ਦਿਸ ਇਜ਼ ਰੌਂਗ ਜਦੋਂ ਨੇ ਕਰਾਉਣਾ ਨਹੀਂ ਤਾਂ ਸੋਚੋ ਸਮਾਜ ਸੇਵਾ ਜ਼ਰੂਰੀ ਕਰਨੀ ਹੈ
ਤੁਸੀਂ ਤਾਂ ਨਾਲੇ ਡੁੱਲ ਗਏ ਸੀ ਨਾ ਉਹਦੇ ਤੇ ਰਾਜਸਥਾਨ ਵਾਲੇ ਵਿਆਹ ਚ। ਨਹੀਂ ਤਾਂ ਝੂਠ ਨਾ ਬੋਲੋ, ਕੱਲ ਤੱਕ ਮੂੰਹ ਹੀ ਲਟਕਿਆ ਸੀ, ਅੱਜ ਸਮਾਈਲ ਵੀ ਲਗਾਉਣੀ ਪੈ ਰਹੀ ਹੈ। ਦੋ ਚਾਰ ਨਿਆਣੇ ਬਾਅਦ ਨਾ ਉਹਨੂੰ ਆਪ ਹੀ ਹੋਜੂ ਤੁਹਾਡੇ ਨਾਲ ਪਿਆਰ। ਚੁੱਪ ਕਰਕੇ ਜੋ ਹੁੰਦਾ ਹੋਣ ਦੋ, ਤੁਹਾਡੀ ਲਵ ਮੈਰਿਜ ਹੈ, ਉਹਦੀ ਅਰੇਂਜ ਮੈਰਿਜ ਸਹੀ। ਛੱਗਾ ਅੱਜ ਫੇਰ ਪਿਉਂ ਲਿਆ ਤੂੰ ਸਾਰਾ ਅੱਗੋ। ਚੜ੍ਹਦਾ ਪੁਲਿਸ ਚੀਫ ਚ ਕਿਵੇਂ ਆ? ਕੋਈ ਕਾਰਾ ਹੀ ਕੀਤਾ ਹੋਊ, ਹੋਰ ਕਿਤੇ ਡੀਸੀ ਤਾਂ ਨਹੀਂ ਲੱਗ ਗਿਆ ਏ? ਐਸਪੀ ਸਾਹਿਬ ਦੀ ਭਾਣਜੀ ਤੇ ਤੁਹਾਡਾ ਸਪੁੱਤਰ ਇਕੱਠੇ ਘੁੰਮਦੇ ਰਹੇ ਰਾਜਸਥਾਨ, ਤੇ ਹੁਣ ਇਹ ਵਿਆਹ ਤੋਂ ਹੀ ਮੁੱਕਰ ਰਿਹਾ ਹੈ। ਘਰ ਵਿੱਚ ਇੱਕ ਨਿੱਕਾ ਜਿਹਾ ਫੰਕਸ਼ਨ ਹੈ ਰਿੰਗ ਸੈਰੇਮਨੀ ਦਾ, ਉਡੀਕਦੇ ਆ। ਮੇਰਾ ਪੁੱਤ ਕੋਈ ਵਿਆਹ ਵੀ ਨਹੀਂ ਕਰਾਉਂਦਾ, ਦੱਸਦਾ ਤੁਹਾਨੂੰ ਮੈਂ। ਐਸਪੀ ਸਾਹਿਬ ਨੇ ਕਿਹਾ ਸੀ ਪਿਆਰ ਨਾਲ ਤਿੰਨ ਵਾਰੀ ਕਹਿਣਾ, ਤੇ ਆ ਬੇਨਤੀ ਹੈ, ਮੈਂ ਦੋ ਵਾਰੀ ਕਹਿਤਾ। ਉਹ ਗਿੱਟੇ ਛੰਗਣਗੇ, ਹੁਣ ਤਾਂ ਮਿੰਨਤਾਂ ਕਰਦੇ ਆ। ਆਪਾਂ ਤਿਆਰ ਆ ਜੀ। ਜੱਟੀ ਤੇ ਨਹੀਂ ਵਿਆਹੁੰਦੀ ਆਪਣਾ ਪੁੱਤ। ਆ ਤਿੰਨ ਹੋ ਗਏ, ਹੁਣ ਤਾਂ ਬਸ ਬੇਨਤੀ ਓ ਆ। ਮੈਂ ਨਹੀਂ ਕਰਾਉਣਾ ਪਿਆ, ਮੈਂ ਨਹੀਂ ਪਾਉਣੀ ਮੁੰਦੀ। ਮੇਰਾ ਹੱਥ ਫੜ ਕੇ ਧੱਕੇ ਨਾ ਪਾਉਣੀ, ਪਾ ਦਿਓ, ਮੈਂ ਚਲਾ ਕੇ ਮਾਰਨੀ ਹੈ। ਯੂ ਵਾਂਟ ਸਲੈਪ? ਮੈਂ ਨਹੀਂ। ਸਿਟ ਕੁਆਇਟਲੀ। ਮੇਰੇ ਵੱਲ ਕੀ ਦੇਖ ਰਹੇ ਹੈ? ਨੌਨਸੈਂਸ, ਉਧਰ ਵੇਖ ਕੈਮਰੇ ਵੱਲ। ਸਮਾਈਲ ਚੀਜ਼। ਮੇਰੀ ਸੁਣ ਲਾ ਗੱਲ, ਮੈਂ ਮੁੰਦੀ ਮੰਦ ਜੀ ਪਵਾ ਲਈ ਆ, ਪਰ ਮੈਂ ਵਿਆਹ ਨਾ ਕਰਾਵਾਂ ਅੱਜ, ਨਾ ਕਰਾਵਾਂ ਕੱਲ। ਇਹ ਨਾ ਕਿ ਹੁਣ ਪ੍ਰੀ ਵੈਡਿੰਗ ਸ਼ੂਟ ਵੀ ਕਰਾਉਣਾ ਪੈਣਾ ਮੈਨੂੰ, ਹੋਰ ਵੀ ਨਾਲੇ ਕੁਛ। ਲਿਸਨ, ਕਾਕੂ ਨੇ ਨਾ ਤੈਨੂੰ ਖੁਣੇ ਠਾਣੇ ਪਹੁੰਚਾ ਦੇਣਾ। ਆਈ ਐਮ ਟੈਲਿੰਗ ਯੂ। ਕੀ ਆਈਡੀਆ ਹੈ? ਓਏ, ਸ਼ੋ ਮੀ ਦੈਟ ਪ੍ਰੀ ਵੈਡਿੰਗ ਬੁੱਕ। ਜਲੰਧਰ ਦੱਸੀ ਨਾ, ਮੋਟਰਸਾਈਕਲ ਦੇ ਝੋਲ ਚ ਪਈ ਹੈ, ਜਾ। ਮੈਂ ਨਹੀਂ ਕਰਾਉਣਾ ਜੀ ਵਿਆਹ। ਆਈ ਸੇ ਕੀਪ ਕੁਆਇਟ, ਅਦਰਵਾਈਜ਼ ਆਈ ਵਿਲ ਗਿਵ ਯੂ ਟਾਈਟ ਸਲੈਪ। ਸਮਾਈਲ, ਜਾ ਲੈ ਹੁਣ ਟਾਈਟ ਸਲੈਪ ਪਾਏਗਾ। ਜੱਟੀ ਦੀਆਂ ਅੱਖਾਂ ਚ ਗੁਲਾਬ ਨੱਚਦਾ ਜਿਵੇਂ ਪਰਦੇਸੀ ਦੇ ਪੰਜਾਬ ਨੱਚਦਾ। ਉਹ ਜੱਟੀ ਦੀਆਂ ਅੱਖਾਂ ਚ ਗੁਲਾਬ ਨੱਚਦਾ ਜਿਵੇਂ ਪਰਦੇਸੀ ਦੇ ਪੰਜਾਬ ਨੱਚਦਾ। ਉਹ ਨਿੱਤ ਸੁਪਨੇ ਦੇ ਵਿੱਚ ਆਣ ਕੇ ਮੇਰੇ ਪਿੰਡ ਵਾਲਾ ਰਾਹ ਪੁੱਛਦੀ, ਮੇਰੇ ਪਿੰਡ ਵਾਲਾ ਰਾਹ ਪੁੱਛਦੀ। ਉਹ ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਓਏ, ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਓਏ, ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਲਹਿੰਗਾ ਪਾਵਾਂ ਕਿਹੜੇ ਰੰਗ ਦਾ, ਦੱਸੋ ਲਹਿੰਗਾ ਪਾਵਾਂ ਕਿਹੜੇ ਰੰਗ ਦਾ, ਸਹੇਲੀ ਤੋਂ ਸਲਾਹ ਪੁੱਛਦੀ। ਓਏ, ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਓਏ, ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਉਹ ਕਿਸੇ ਸ਼ੀਸ਼ਿਆਂ ਦਾ ਬੈਲ ਲੁੱਟਿਆ, ਉਹ ਕਿਸੇ ਸ਼ੀਸ਼ਿਆਂ ਦਾ ਬੈਲ ਲੁੱਟਿਆ, ਬਦਾਮੀ ਰੰਗੀ ਪੱਗ ਵਾਲੇ, ਬਦਾਮੀ ਰੰਗੀ ਪੱਗ ਵਾਲੇ। ਆਦ ਜੜ ਤੋਂ ਹੀ ਪੱਟ ਸੁੱਟੇ ਆਣੀਆਂ, ਜੜ ਤੋਂ ਹੀ ਪੱਟ ਸੁੱਟੇ। ਉਹ ਪੂਰੀਆਂ ਅੱਖਾਂ ਦੇ ਨਾਲ ਜਦੋਂ ਤੱਕਿਆ, ਤੱਕਣੀ ਦੇ ਨਾਲ ਕੁੜੀ ਠੱਗ ਹੋ ਗਈ। ਵੈਸੇ ਤਾਂ ਕੁਆਰੀਆਂ ਨੇ ਸਭ ਹੰਨਣਾ, ਉਹਨੂੰ ਇੰਜ ਲੱਗਦਾ ਅਲੱਗ ਹੋ ਗਈ। ਬੇਚੈਨੀ ਨਾ ਸਮਾਂ ਲੰਘਦਾ, ਬੇਚੈਨੀ ਨਾ ਸਮਾਂ ਲੰਘਦਾ,
गल बेवजह पुछदी ओए ओनू जट ना प्यार हो गया कुड़ी मेहंदियां दे पा पुछदी ओए ओनू जट ना प्यार हो गया कुड़ी मेहंदियां दे पा पुछदी। देखिया उस्ताद सिरे नाल भी सोहनिया फोटो खिंचिया मैं कठा सारिया फोटो का फोकस आउट है हुण खाई टाइट स्लैब नॉनसेंस मम्मी तो पुत वे लुटे गए हुण की बनू अपना ए निज दे ता तेनू धक्के नाल व्याउणगे ओ कोई नी मुसीबत बंदियां ते आउणियां हुंदियां नाले ओहदे हार थोड़ू मानदे हुंदे आ हल लभदे हुंदे आ वैसे भी तेरे पुत दा जपानी दिमाग है खड़ जा ओ चल इधरों कड ओए बेबे आ काली कहंदी मैं पार्लर जाना जाना ते पार्लर आ जुत्ती है मेरे पैर च बेबे ना दवाई लैण जाना मैं साला फिर गुड्डिया पटोले कड के बह गया हुण पता नहीं की सप कड्डूगा ओए रब्बा ओ छड़ा दे पिछा ओ चमके चुल्ले तो किथे पेश पाए ना बुरियां बड़ावां दे अच्छा तू इधर हाथ पुआ हदना की क्यों अड्डियां घरे नहीं कूज हुंदियां दे तो बड्डी माधरी दहशत बनी हुआ कसम तेरे दा व्याह है चलो जागो दी तैयारी करो निकलो आ ले आ शेर बगे दा भी करता ही हल हुण मार के दिखावे हां तारा आ वे किड़ा खुश है चलो खेडो बस सैड क्यों थोड़े लिए तो ठीक ही है थोनू तो पसंद है वो गगन आई पर ओनू तो पसंद नहीं मैं खानदान दे खानदान वारे उन्होंने मेरे तो थले ला जिंदर नू भान भून चुकूगा बनना सरवाला इने ताई तू मेरी बुगड़ी जी किवें उदास तुरी फिरदी है तू फिकर ना कर आपा व्याह तो बाद एक्स्ट्रा मैरिटल अफेयर चला लेना व्याह की हुंदा आ जड़ी व्याह तो बाद खे नहीं खांदे अबे तेरा बेड़ा बह गया इहजे दा हैं तो भरो शर्म नहीं आ जलंधर ओए भाईया उस्ताद बड़ा चा मेनू आ तेनू देख के गल याद आ गई चला बहुत जरूरी काम चल पड़ता केवे आ सुत्ता पिया इधर देख किस्मत जाके जड़ती देखी मिट्टी रंग झाकदा गल्ला मारदा सी जनानी नहीं जुड़नी कल व्याह आया जड़दा बड़ा भविखवादी आ देख इधर पुलिस कैसे अगे पिछे फिर रही है एस पी ने भाण जी दी कोई माड़ी मोटी गल नहीं माड़ा जहा इशारा करन हूं ही लंबे पालना गल नहीं थे जय पंडित जी फिटे मूह तेरे शरेआमो झूठा पिया बंदा तू फिर पैरी हाथ लाई चलो दे उस्ताद गल सुन गल दया लग दया करके ना इना दा ठगी ठोरी दा बिजनेस चलदा एक बारी गल ता सुन तू अपने 10 रुपए चक इत्थों पड़ता चल उठ अज तू जलंधर दा पैरी हथ ला ना कर उस्ताद यार आ सरकार जी डंडा फड़ाओ मर जावे खड़ जा उस्ताद पहला गल सुन ओ इंस्पेक्टर कहंदा ढिडलिया जा एसपी दी भाण जी भज गई किसे नाल ब्याह भी नहीं होना तेरा कोई सच कहंदा सी पंडित भज गई मतलब ओ मतलब आ वी तेनू कहा सी ना तेरा नहीं हो सकदा ओ नहीं हैगा तेरे कर्मा च क्यों अपने लेखा नाल टकरा मारदा है मेरी भी नींद खराब कीती है आ जांदा जांदा कुंडा दा जी नहीं कुत्ते बिल्ले अंदर आई जांदे आ जलंधर हां आ देख स्टैंडर्ड मेरे सहुरियां दा कुड़ी इन्हां दी रफू चक्कर हो गई ए बैठे कॉफियां पी रहे हैं ना तुसी सीसीडी बैठे होए हां नी नॉनसेंस मम्मी
ਮੇਰੇ ਘਰ ਤਾਂ ਪੁਲਿਸ ਆਇਆ ਭਾਈ ਵੀ ਮੁੰਡਾ ਕਿਤੇ ਰਫੂ ਚੱਕਰ ਨਾ ਹੋ ਜਾਵੇ। ਭੋਰਾ ਨੇ ਆਪਦੀ ਕੁੜੀ ਤੇ ਨਹੀਂ ਸੀ ਰੱਖਦੀ ਹੈ। ਕਮਲੇ ਤੋਂ ਕਮਲੇ ਪਰਿਵਾਰ ਨੂੰ ਪਤਾ ਹੁੰਦਾ ਵੀ ਜਿਨ੍ਹਾਂ ਦਾ ਚੱਕਰ ਹੁੰਦਾ ਉਹ ਦੋ ਤਿੰਨ ਦਿਨ ਪਹਿਲਾਂ ਹੀ ਨਿਕਲਦੀਆਂ ਹੁੰਦੀਆਂ। ਐਬਸੋਲੂਟਲੀ ਰਾਈਟ, ਗੁੱਡ ਆਬਜ਼ਰਵੇਸ਼ਨ। ਇਹ ਧੀ ਦੇਣੀ ਦੇਣੀ ਤਾਂ ਮੂਰਖ ਹੈ। ਆਈ ਐਮ ਵਿਦ ਯੂ ਯੰਗ ਮੈਨ। ਹਾਂ ਯੰਗ ਮੈਨ, ਹੁਣ ਓਲਡ ਮੈਨ ਨਾ ਫੇਰੇ ਲੈ ਲਵੇ। ਮੈਂ ਕਿਆ ਕਰਾਂ ਤੁਹਾਡੇ ਆਈ ਐਮ ਵਿਦ ਯੂ ਦਾ। ਲੈ ਇੱਧਰ ਅਣਖ ਜਾਗ ਰਹੀ ਹੈ ਮਹਾਰਾਜ। ਉਹ ਭਾਣ ਜੀ ਸੁੱਕਣੀਆਂ ਪਾ ਗਈ ਇਹ, ਹੁਣ ਥੁੱਕ ਲਾਇਆ ਵੀ ਖੜੀਆਂ ਨੀ ਹੋਣੀਆਂ। ਕਿਸੇ ਨੂੰ ਫੋਨ ਫਾਨ ਕੀਤਾ ਕਿ ਨਹੀਂ ਬੇਟਾ ਜੀ? ਐਕਚੁਅਲੀ ਬੇਟਾ ਜੀ, ਅਸੀਂ ਨਹੀਂ ਚਾਹੁੰਦੇ ਕਿ ਸਾਡਾ ਫੈਮਿਲੀ ਮੈਟਰ ਪੁਲਿਸ 'ਚ ਜਾਵੇ। ਆਫਟਰ ਆਲ ਸਾਡੀ ਡਿਗਨਿਟੀ ਦਾ ਸਵਾਲ ਹੈ। ਕੁੜੀ ਇਹਨਾਂ ਦੀ ਭੱਜ ਗਈ, ਡਿਗਨਿਟੀ ਹੁਣ ਛਿੱਕੂ ਦੀ ਰਹਿ ਗਈ ਤੁਹਾਡੀ। ਐਕਸਕਿਊਜ਼ ਮੀ, ਉਹ ਲਿਖ ਕੇ ਗਈ ਹੈ ਕਿ ਜਦੋਂ ਤੁਸੀਂ ਵਿਆਹ ਨਹੀਂ ਕਰਾਉਣਾ ਚਾਹੁੰਦੇ ਤਾਂ ਅਸੀਂ ਵੀ ਤੁਹਾਨੂੰ ਫੋਰਸ ਨਾ ਕਰੀਏ। ਉਹ ਮੈਂ ਉਹ ਜੇ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦਾ ਹੁੰਦਾ ਤਾਂ ਮੈਂ ਪੁਰਾਣਾ ਵਿਆਹ ਜ਼ਰੂਰ ਤੜਾਉਣਾ ਸੀ। ਵਾਟ ਆਰ ਯੂ ਸੇਇੰਗ? ਰਿਸ਼ਤਾ ਤੂੰ ਤੜਵਾਇਆ? ਚਲੋ। ਓ ਮਾਈ ਗੋਡ, ਆਈ ਕਾਂਟ ਬਲੀਵ। ਮੈਨੂੰ ਉਹਨਾਂ ਨਾਲ ਗੱਲ ਕਰਨੀ ਪਏਗੀ। ਆਈ ਵਿਲ ਟਾਕ ਟੂ ਦੈਮ। ਹਾਂ ਜਵਾਈ, ਤੂੰ ਦੋ ਇਕੱਠੇ ਕਰ ਲਾ, ਕੁੜੀ ਤੇਰੇ ਕੋਲ ਇੱਕ ਵੀ ਹੈ ਨੀਗੀ। ਅੱਛਾ, ਮੈਨੂੰ ਲੱਗਾ ਕਿਸੇ ਨੇ ਕੱਢੀ ਆ, ਉਹ ਤਾਂ ਆਪ ਨਿਕਲੀ ਊ। ਉਹ ਕਿੱਥੇ ਉਹਦੇ ਨਾਲ ਦੀ ਚਤਰੋ ਜੀ? ਇਹ ਇੱਧਰ ਆ ਨੀ, ਆ ਫੋਨ ਕਰ ਉਹਨੂੰ। ਚੱਲ ਕਿਆ ਕੋਈ ਰੋਇਲ ਵੈਡਿੰਗ ਆਈ ਆ, ਜ਼ਰੂਰੀ ਮੀਟਿੰਗ ਕਰਨੀ ਆ। ਜਲੰਧਰ ਚੜ੍ਹਦਾ ਕਿੱਥੇ ਆ? ਆਉਂਦਾ ਮਾੜਾ ਜਿਹਾ ਨਾਈ ਕੋਲ ਬੈਠਾ ਤਾਂ ਗੱਲ ਇਸ ਵੇਲੇ ਦੱਸ ਨਾਈ ਕੋਲ ਕੀ ਕਰਦਾ ਆ? ਤੂੰ ਗੱਲਾਂ ਨਾ ਬਣਾ, ਬੋਲੀ ਚੱਕ। ਵੰਜਲੀ ਦਾ ਵਿਆਹ ਕਿਹਦੇ ਨਾਲ ਕਰਨਾ ਤੇ ਕਿਹਦੇ ਨਾਲ ਨਹੀਂ? ਬਟ ਟਾਈਟ ਲੈ ਮੰਮੀ, ਦਿਸ ਇਸ ਦਾ ਗਲਤ ਨਾ। ਉਹ ਤਾਂ ਆਰਾਮ ਨਾਲ ਸੁੱਤਾ ਪਿਆ, ਸੜਕਾਂ ਤੇ ਮੈਂ ਭੌਂਕਦਾ ਫਿਰਦਾ। ਸ਼ਟ ਯੂਰ ਮਾਊਥ, ਜਿੰਨਾ ਕਿਹਾ ਜਾਂਦਾ ਓਨਾ ਕਰ। ਨਹੀਂ ਯਾਰ, ਨਹੀਂ ਭਲਾਈ ਦਾ ਤਾਂ ਕੋਈ ਜਮਾਨਾ ਹੀ ਹੈ ਨੀਗਾ ਨਾ। ਆ ਠੀਕ ਆ ਫਿਰ, ਹੁਣ ਵੰਜਲੀ ਦੇ ਨਾਲ ਨਾਲ ਰਾਜ ਮੈਂ ਗੁਰੂ ਘਰ ਵੀ ਲੱਭ ਲੈਣਾ। ਲਾਵਾਂ ਫੇਰੇ ਲੈ ਕੇ ਸਵੇਰ ਨੂੰ ਫੇਰੀ ਪਾਉਣੀ ਲੈ ਕੇ ਆਉਂ। ਹੋਲੀ ਸ਼ਿਟ, ਮੈਂ ਕਾਕੂ ਨੂੰ ਕਹਿੰਦੀ ਹਾਂ ਕਿ ਥਾਣੇਦਾਰ ਨੂੰ ਫੋਨ ਮਿਲਾ ਕੇ ਕਹੇ ਕਿ ਜਿਪਸੀ ਲੈ ਕੇ ਸਿੱਧਾ ਥਾਣੇ 'ਚ ਪਹੁੰਚੇ। ਹੈ? ਥਾਣੇਦਾਰ ਸਾਹਿਬ ਦਾ ਫੋਨ ਫੜਾ? ਹਾਂ ਫੜ ਲੈਣਾ। ਹਾਂਜੀ ਫੜ ਲਿਆ। ਬਾਹਰ ਛੱਡ ਦਵਾਂ? ਹਾਂ ਬਾਹਰ ਛੱਡ ਦਿੰਦਾ, ਕੋਈ ਐਸੀ ਗੱਲ ਨਹੀਂ ਹੈ। ਆ ਛੱਡ ਦਿੱਤਾ? ਹਾਂਜੀ ਹਾਂਜੀ, ਓਕੇ। ਕਾਕੂ, ਉਹ ਵੱਡੇ ਸਾਹਿਬ ਦਾ ਆਰਡਰ ਸੀ, ਸਾਹਿਬ ਦੀ ਇੱਜ਼ਤ ਕਰੋ। ਖਿੱਚੋ 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 ਗੱਡੀ, ਖਿੱਚੋ ਖਿੱਚੋ ਖਿੱਚੋ। ਹਾਂ ਜਲੰਧਰ। ਹਾਂ ਉਸਤਾਦ, ਬਣਿਆ ਕੁਛ? ਉਹ ਬਣ ਨੂੰ ਹੁਣ ਮੈਂ ਤਾਜ ਮਹਿਲ ਬਣਾ ਦਵਾਂ। ਮੈਂ ਇੱਥੇ ਸੜਕਾਂ ਤੇ ਭੌਂਕਦਾ ਫਿਰਦਾ, ਤੂੰ ਨੱਚ ਵੀ ਨਹੀਂ ਹੋ ਰਿਹਾ ਯਾਰ। ਨੱਚ ਨੱਚ ਕੇ ਤੇਰੇ ਬੇਬੇ ਬਾਪੂ ਦੇ ਗੋਡਿਆਂ ਦਾ ਗਰੀਸ ਮੁੱਕ ਜਾਣਾ, ਛੇਤੀ ਲੱਭ ਲੈ। ਉਹ ਤੂੰ ਉਹ ਗਾਣਾ ਲਵਾ, ਉਹ ਬੁਲਟ ਦਾ ਰੱਖਿਆ ਪਟਾਕੇ ਪਾਉਣ ਨੂੰ, ਉਹ ਸਾਹਿਬ ਨੂੰ ਪਸੰਦ ਆ। ਹਾਂ ਹਾਂ ਲਵਾ ਲਵਾ ਮੇਰਾ ਵੀਰ। ਹਾਂ ਹਾਂ ਚੱਲ ਖਿੱਚ ਖਿੱਚ ਖਿੱਚ। ਜਿਹੜੀ ਗਿੱਧਾ ਨਾ ਪਾਵੇ ਰੰਨ ਪਾਵੇ ਦੀ, ਜਿਹੜੀ ਗਿੱਧਾ ਨਾ ਪਾਵੇ ਰੰਨ ਪਾਵੇ ਦੀ, ਜਿਹੜੀ ਗਿੱਧਾ ਨਾ ਪਾਵੇ ਰੰਨ ਪਾਵੇ। ਜਨਾਬ, ਹੈ ਸਾਹਿਬ ਨਾਲ ਗੱਲ ਕਰਾਇਓ। ਹਾਂ ਹੈਲੋ, ਦਿਸ ਇਜ਼ ਟੂ ਮੱਚ। ਇਹ ਵੀ ਫੋਨ ਛੱਡ ਦਵਾਂ? ਹਾਂ ਠੀਕ ਹੈ। ਹਾਂ ਕੋਈ ਗੱਲ ਨਹੀਂ, ਛੱਡ ਦਿੰਦਾ ਜੀ। ਹਲੋ, ਉਹ ਕਹਿੰਦੇ ਛੱਡ ਦਿਓ ਜੀ। ਹਾਂਜੀ ਚਲੋ ਚਲੋ ਖਿੱਚੋ ਖਿੱਚੋ। ਕਮਾਲ ਕਰਦੇ ਹੋ, ਖਿੱਚੋ ਖਿੱਚੋ ਤੁਸੀਂ, ਖਿੱਚੋ ਖਿੱਚੋ। ਤਾਂ ਸਾਲੇ ਫੋਨ ਹੀ ਨਹੀਂ ਹਟ ਰਹੇ। ਹਾਂਜੀ ਟਾਈਟ ਸਲੈ ਮੰਮੀ। ਥਾਣੇਦਾਰ ਆਪਣਾ ਫੋਨ ਕਿਉਂ ਨਹੀਂ ਚੱਕਦਾ? ਉਹਨੂੰ ਕਹਿ ਆਪਣਾ ਫੋਨ ਚੱਕੇ ਜਰਾ। ਉਹ ਜੀ ਹੁਣ ਥਾਣੇਦਾਰ ਨੇ ਕੀ ਚੱਕਣਾ ਜੀ? ਉਹ ਤਾਂ ਵੀ ਹੁਣ ਕੋਈ ਕਿਸਮਤ ਵਾਲਾ ਹੀ ਚੱਕੂ। ਹਾਂਜੀ ਹਾਂਜੀ, ਓਕੇ ਬਾਏ। ਹੈਲੋ, ਫੇਰ ਕਰਤਾ ਇਹਨੂੰ ਮੈਂ ਮਾਰ ਦੇਣਾ, ਟੱਚ ਸਲੈਪ ਮਾਰ ਮਾਰ ਕੇ। ਖਿੱਚੋ ਖਿੱਚੋ ਖਿੱਚੋ।
हेलो हेलो किथे है तू सड़क दे छेती दे के ठाणे पहुंच हां ओ कमलिया बुलाणा है चाची जगह बुला दिस इज टू मच लव यू मच रबनी दितियां गाजरा रंबा भी विच रख के वाह रे हैं रोक पीछे कर उस्ताद चार बज गए नहाई धोई की तैयारी शुरू कर ली मैं पिंड वाले नचा नचा दंदला पैन वाले करे पे है कुटना बहुत है उस्ताद इन्होंने मैनू लभगी तू टेंशन फ्री हो जा हुण बस ओ तू बरात तोर इधरों ओ नहाई धोई मैं इत्थे ढाबे ते कर लेनी है ओ एक मिनट जरूरी सूचना एक मिनट ताया बधाइया थोड़ी नूह लभ गई रात भज गई ओ शुक्र है मालक दा ओ हरे हरे काय ते सत तुसा मालक दा मैं मूंह ते सर दा पोता केवें मैं दा ले ਉਹ ਮੈਥੋਂ ਤਾਂ ਚੂਰੀ ਨਹੀਂ ਕੁੱਟੀ ਜਾਂਦੀ ਉਹ ਮੈਨੂੰ ਬੇਬੇ ਕੁੱਟ ਕੇ ਦਿੰਦੀ ਆ ਉਹ ਗੱਲਾਂ ਹੀ ਬੜੀਆਂ ਮੈਂ ਤੈਨੂੰ ਕਿੱਥੋਂ ਕੁੱਟ ਲੈਣਾ ਇੰਨੇ ਜੋਗਾ ਹੁੰਦਾ ਤਾਂ ਤੂੰ ਆ ਭੱਜ ਕੇ ਖਾਣ ਡਈ ਆ ਭਟੂਰੇ ਹੁਣ ਨੂੰ ਮੈਂ ਤੇਰਾ ਭਟੂਰਾ ਨਾ ਬਣਾਇਆ ਹੁੰਦਾ ਤੂੰ ਜਾਣ ਕੇ ਤੜਵਾਇਆ ਨਾ ਮੇਰਾ ਵਿਆਹ ਕਿਉਂ ਉਹ ਸੋਹਣਾ ਨੈਰੋ ਮਾਈਂਡਡ ਜਿਹਾ ਬੰਦਾ ਸੀ ਵਾਹ ਤੇ ਤੂੰ ਆ ਤੂੰ ਨਹੀਂ ਨੈਰੋ ਮਾਈਂਡਡ ਲੈ ਮੈਂ ਜਮੇ ਨਹੀਂ ਨੈਰੋ ਮਾਈਂਡਡ ਮੈਂ ਤਾਂ ਬਹੁਤ ਓਪਨ ਮਾਈਂਡਡ ਹਾਂ ਮੇਰੇ ਭਾਅ ਦੀ ਪਛਾਕ ਤੂੰ ਇਹਨੂੰ ਜੱਫੀ ਪਾ ਲਾ ਮੈਂ ਕੁਛ ਨਹੀਂ ਕਹਿਣਾ ਦੇਖ ਲਾ ਮੈਂ ਸੱਚੀ ਪਾ ਲੈਣੀ ਮੈਂ ਕਹਿੰਦਾ ਮਿੰਟ ਮਾਰ ਹਾਂ ਨਹੀਂ ਠੀਕ ਆ ਪਾਲੋ ਜੀ ਪਾਲੋ ਕੋਈ ਗੱਲ ਨਹੀਂ ਕੱਢ ਲਓ ਸ਼ੱਕ ਨਿਕਲ ਮਾਮਾ ਕੱਢਾਂ ਤੇਰਾ ਸ਼ੱਕ ਮੈਂ ਉਹ ਬੰਦਾ ਹੀ ਠੀਕ ਨਹੀਂ ਸੀ ਲੱਗ ਰਿਹਾ ਮੈਨੂੰ ਸਹੀ ਸਹੀ ਦੱਸ ਕਿਉਂ ਤੜਵਾਇਆ ਮੇਰਾ ਜੀ ਕਰਦਾ ਕਹਿੰਦਾ ਆਪਣਾ ਇੱਕੋ ਹੀ ਤੌਲੀਆ ਹੋਵੇ ਇੱਕੋ ਹੀ ਆਪਣਾ ਬਰੱਸ਼ ਹੋਵੇ ਕੁਛ ਵੀ ਵੰਡਿਆ ਨਾ ਹੋਵੇ ਜੋ ਮੇਰਾ ਉਹ ਤੇਰਾ ਜੋ ਤੇਰਾ ਉਹ ਮੇਰਾ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੇ ਤੂੰ ਮੇਰੀ ਪੱਧਰੀ ਬਣਾਵੇ ਤੇਰੇ ਪਿੱਛੇ ਤਾਂ ਮੈਂ ਨੌਨਸੈਂਸ ਮੰਮੀ ਨੂੰ ਵੀ ਲਵ ਯੂ ਕਰ ਲੂੰ ਚੱਲ ਲਈ ਆ ਪਨੀਰ ਦੋ ਪਿਆਜ਼ਾ ਭਾਈ ਹੈਲੋ
या ब्रो, व्हाट अ कोइंसिडेंस। हाँ जी ब्रो, की हाल है? ए, मैं ठीक हूँ। मैं तेरा देन नहीं दे सकता यार। है? हाँ। ये तो फन कर दी फिर दिया टाबे थे। है? इन्हों पूरा फिकर नहीं बिया टूटे दी? हाँ। किड्डी फनी कुड़िया ये रहे? हाँ हाँ, मैं तो तुम्हें पहले दस गया। और? ना? नाले तू मेरे पैसे मोड़। पैसे कहाँ दे? फोटो शूट तो होया ही नहीं। हाँ, ओहो, मैं भी पर्स नहीं लेके आया, कल ले ली। चल फिर आ ही दे दे। है? आहा था मेरा कल। हाँ। हाँ चलो ठीक है। और पराना लो हार थोड़ो प्यारा। ठीक लग रहे। थैंक यू। आ तू निकल। ਲਿਆ ਆਲੂ ਵਾਲੇ ਪਰੌਂਠੇ ਲਿਆ ਹੋਈ ਓ ਚਪੇੜਾਂ ਦਾ ਯਾਰ ਭੌਂਕਦਾ ਫਿਰਦਾ ਸੀ ਥਾਂ ਥਾਂ ਤੇ, ਜੇ ਜੁੜ ਗਈ ਆ ਤੇ ਪੂਰਾ ਕਦਰ ਨਹੀਂ ਇਹਨੂੰ ਕਬੂਤਰ ਜੇ ਨੂੰ, ਅੱਜ ਉੱਤੀ ਆ ਮੇਰੇ ਪੈਰਾਂ 'ਚ ਕੁੜੀ ਨੂੰ ਕੁਝ ਕਿਹਾ ਤਾਂ। ਡੈਡੀ ਜੀ, ਕਿਉਂ ਇਹਦੇ ਮੂੰਹ ਲੱਗਦੇ ਹੋ? ਜੇ ਚਿੱਕੜ 'ਚ ਡੱਲੇ ਪਾਵਾਂਗੇ ਤਾਂ ਛਿੱਟੇ ਆਪਦੇ ਮੂੰਹ ਤੇ ਹੀ ਪੈਣੇ ਆ ਨਾ। ਉਹ ਤੂੰ ਟਕੀ ਰਿਹਾ ਵੱਡੀ ਸਚਿਆਰੀ, ਆਪਣੇ ਸੱਸ ਸਹੁਰਾ ਖਵਾ ਖਵਾ ਘਿਓ ਕਿਵੇਂ ਗੁਲਗਲੇ ਵਰਗੇ ਕੀਤੇ ਆ, ਤੇ ਮੇਰੇ ਸੱਸ ਸਹੁਰਾ ਭੁੱਖੇ ਮਾਰਤੇ ਤਾਂ ਢਹਿ ਜਾਣੀਏ। ਤੂੰ ਬਿਨਾਂ ਵਿਆਹ ਕਰਾ ਕੇ ਖੁਸ਼ ਹੈ? ਬਹੁਤ ਜ਼ਿਆਦਾ। ਦੇਖਿਆ, ਅਸੀਂ ਦੋਨੋਂ ਵਿਆਹ ਕਰਾ ਕੇ ਬਹੁਤ ਖੁਸ਼ ਹਾਂ, ਪਰ ਅਰੇਂਜ ਲਵ ਪਚ ਕੇ ਰੁਸ ਕੇ ਮਨਾ ਕੇ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਆਹ ਨੂੰ ਸਪੋਰਟ ਨਹੀਂ ਕਰਦੇ। ਸੋ ਪਲੀਜ਼ ਡੂ ਇਟ ਐਟ ਯੋਰ ਓਨ ਰਿਸਕ। ਵੀਰੇ, ਇਸ ਜਨਮ ਚ ਤਾਂ ਗਲਤੀ ਹੋ ਗਈ, ਅਗਲੇ ਜਨਮ ਚ ਕੁੱਤਾ ਹੋਵੇ ਜਿਹੜਾ ਵਿਆਹ ਕਰਾ। ਚੜਤੇ ਇਹ ਆਇਆ ਜੀ।
ਮਹਿਫਿਲ ਵਿੱਚ ਆ ਕੇ ਕਦੇ ਤੂੰ ਆਏ ਦਿਲ ਟੁੱਟੇ ਆਸ਼ਿਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬੈ ਸਜਣਾ ਦਿਲ ਟੁੱਟੇ ਆਸ਼ਿਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਬੈ ਸਜਣਾ।